गुरु प्यारी गुरु स्वारी सत्संग जियो कोटन कोटन धन्यवाद उस परम पिता परमात्मा दा जिसने रहम करके सानू अमृत वेले रब वर्गियां गुरसंगतां दे पाई दर्शन करा के उन्हां संगतां दे कोलों उस परम पिता परमात्मा दे पाई ओ गुज्जे भेद जो के साडे जीवन दे वास्ते अध्यात्मक जीवन दे नाल नाल साडे ग्रस्त जीवन दे वास्ते भी बेमोल ने बेमुले ने सी ओ साडी झोली दे विच पाउण दा उस परम पिता परमात्मा ने पाई आप ही उपराला कीता जी। वड्डे भाग हम जी भाई वड भागी साध संग प्राप्त जित भेटत दुरमत खोई साढ़े हिरदे दे विचों भी थोड़े थोड़े औगन जो हैं जो हौली हौली करके भाई वह दूर हो इस उपराले दे विचों सुकरे ट्रस्ट वालों वड्याई विचार प्रोग्राम दे विच हर ऐतवार सानू ओ गुरमुख ओ सज्जन साढ़े सन्मुख लिया के पाई सानू उन्हां दे दर्शन करवा के उन्हां दे जीवन तो सीधा लैन दई प्रेरित करन दा एक उपराला किया जा रहा जी। सो अज साढ़े दे विच संगती रूप दे विच सरदार रुपिंदर सिंह जी ते भैन जी हरप्रीत कौर जी गुरु विचारां करके साडा गृहस्थी जीवन जो है उसनूं असीं कीवें उच्चा सुच्चा बना सकते हाँ तां जो असीं अपने अध्यात्मक जीवन नूं वी सही रस्ते ते लिजा सकीए। उस दे विच पई छोटियां छोटियां पगडंडियां बनाउंदे होए असीं उस मंजिल तक पहुंचण दी कोशिश करिए ਤਾਂ ਜੋ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੀ ਉਸ ਜੋਤ ਦੇ ਭਾਈ ਦਰਸ਼ਨ ਕਰਨ ਵਾਸਤੇ ਅੱਗੇ ਨੂੰ ਵਧੀਏ ਜੀ। ਉਸ ਜੋਤ ਨੂੰ ਆਪਣੇ ਹਿਰਦੇ ਦੇ ਵਿੱਚ ਅਸੀਂ ਬਲਦੀ ਹੋਈ ਭਾਈ ਦੇਖੀਏ ਉਹ ਤਦ ਹੀ ਸੰਭਵ ਹੈ ਕਿ ਜੇਕਰ ਅਸੀਂ ਆਪਣੇ ਹਿਰਦੇ ਦੇ ਵਿੱਚੋਂ ਔਗਣਾਂ ਨੂੰ ਦੂਰ ਕਰਦੇ ਜਾਵਾਂਗੇ ਸੋ ਕਰਮ ਕਰਾਂਗੇ ਸੋ ਕ੍ਰਿਤ ਕਰਾਂਗੇ ਔਰ ਸਾਧ ਸੰਗਤ ਕਰਾਂਗੇ ਜੀ। ਸੋ ਆਓ ਗੁਰੂ ਪਿਆਰਿਓ ਗੁਰੂ ਸਵਾਰਿਓ ਅਸੀਂ ਸਰਦਾਰ ਰੁਪਿੰਦਰ ਸਿੰਘ ਜੀ ਤੇ ਭੈਣ ਜੀ ਹਰਪ੍ਰੀਤ ਜੀ ਉਹਨਾਂ ਦੇ ਵਿਚਾਰ ਜੋ ਹਨ ਉਹਨਾਂ ਤੋਂ ਲਾਹਾ ਲਈਏ ਉਹਨਾਂ ਕੋਲੋਂ ਅਸੀਂ ਆਪਣੇ ਜੋ ਮਨ ਦੇ ਵਿੱਚ ਕੋਈ ਸ਼ੰਕਾਵਾਂ ਹਨ ਉਹ ਉਹਨਾਂ ਦੇ ਕੋਲੋਂ ਗਿਆਨ ਲੈ ਕੇ ਅਸੀਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ। ਸੋ ਬੇਨਤੀ ਹੈ ਸਰਦਾਰ ਗੁਰਮੀਤ ਸਿੰਘ ਜੀ ਪਲੀਜ਼ ਤੁਸੀਂ ਕਰੋ ਕਿਰਪਾ ਜੀ ਔਰ ਬੇਨਤੀ ਕਰੋ ਜੀ ਸੰਗਤਾਂ ਨੂੰ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਤੇ ਅਸੀਂ ਹੁਣ ਬਹੁਤਾ ਟਾਈਮ ਨਾ ਲੈਂਦੇ ਰੁਪਿੰਦਰ ਵੀਰ ਜੀ ਤੇ ਹਰਪ੍ਰੀਤ ਭੈਣ ਜੀ ਦਾ ਵੈਲਕਮ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਕੋਲ ਉਹਨਾਂ ਦੇ ਵਿਚਾਰ ਜਾਣੀਏ। ਵੀਰ ਜੀ ਇੱਕ ਮੇਰਾ ਛੋਟਾ ਜਿਹਾ ਸਵਾਲ ਮੇਰੇ ਦਿਮਾਗ ਵਿੱਚ ਕੱਲ ਪਰਸੋਂ ਦਾ ਆ ਰਿਹਾ ਸੀ ਬਈ ਤੁਹਾਡੀ ਜਿਹੜੀ ਜੋਬ ਵੀ ਹੈ ਉਹਦੇ ਵਿੱਚ ਵੀ ਤੁਹਾਨੂੰ ਟਾਈਮ ਬੇ ਟਾਈਮ ਆਉਣਾ ਜਾਣਾ ਪੈਂਦਾ ਹੈ। ਭੈਣ ਜੀ ਦੀ ਵੀ ਜਿਹੜੀ ਜੋਬ ਹੈ ਉਹਨਾਂ ਦੇ ਵਿੱਚ ਵੀ ਇਸ ਤਰੀਕੇ ਦਾ ਹੀ ਕੰਮ ਹੈ ਵੀ ਕਿਸੇ ਵੇਲੇ ਵੀ ਹੌਸਪੀਟਲ ਦੇ ਵਿੱਚ ਲੋੜ ਪੈ ਗਈ ਤੇ ਜਾਣਾ ਪੈਂਦਾ। ਸੋ ਜਿਹੜਾ ਅੱਜ ਨਾ ਜਿਹੜੀ ਲਾਈਫ ਲੋਕਾਂ ਦੀ ਚੱਲ ਰਹੀ ਹੈ ਸਾਡੀ ਸਮਾਜ ਦੇ ਵਿੱਚ ਖਾਸ ਤੌਰ ਤੇ ਜਿਹੜੇ ਦੋਨੋਂ ਹੀ ਪਰਸਨ ਵਰਕਿੰਗ ਨੇ ਉਹ ਇਸ ਪ੍ਰੋਬਲਮ ਨੂੰ ਕਾਫੀ ਫੇਸ ਕਰ ਰਹੀ ਹੈ ਇਹਨੂੰ ਬੈਲੈਂਸ ਨਹੀਂ ਕਰ ਪਾਉਂਦੇ ਬਈ ਉਹ ਆਪਣੀ ਜੋਬਸ ਦੇ ਨਾਲ ਨਾਲ ਆਪਣੀ ਪਰਸਨਲ ਲਾਈਫ ਨੂੰ ਵੀ ਠੀਕ ਰੱਖ ਪੈਣ ਜਾਂ ਪਰਸਨਲ ਲਾਈਫ ਨੂੰ ਵੀ ਓਨਾ ਇੱਕ ਕੰਫਰਟ ਜ਼ੋਨ ਜਾਂ ਓਨਾ ਇੱਕ ਟਾਈਮ ਦੇ ਸਕਣ
ਵੀ ਉਹਨਾਂ ਦੀ ਲਾਈਫ ਇੱਕ ਹੈਪੀ ਫੈਮਿਲੀ ਲਾਈਫ ਬਣ ਸਕੇ? ਪਲੀਜ਼ ਆਪਣੇ ਦੋਨੋਂ ਵਿਚਾਰ ਸ਼ੇਅਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ ਹੈ ਜੀ? ਬਿਲਕੁਲ ਸਹੀ ਆ ਰਹੀ ਹੈ ਜੀ, ਫਸਟ ਕਲਾਸ ਜੀ, ਖੁਸ਼ ਹੋ ਗਿਆ ਦਿਲ ਜੀ। ਦੋ ਗੱਲਾਂ ਵੀਰ ਜੀ, ਸਭ ਤੋਂ ਪਹਿਲੇ ਤੇ ਇਸ ਗਰੁੱਪ ਦਾ, ਸੁਕਰ ਟਰਸਟ ਦਾ ਧੰਨਵਾਦ ਕਿ ਆਪ ਜੀ ਨੇ ਇਸ ਕੰਮ ਲਈ ਸਾਨੂੰ ਲਾਇਕ ਸਮਝਿਆ। ਦੂਜਾ, ਅਸੀਂ, ਸਾਡੇ ਕੋਈ ਅਥਾਰਿਟੀ ਨਹੀਂ ਹੈਗੀ ਇਹ ਗੱਲਾਂ ਕਹਿਣ ਦੀ, ਅਸੀਂ ਆਪਣੇ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹਾਂ। ਉਹ ਜ਼ਰੂਰੀ ਨਹੀਂ ਹੈ ਕਿ ਉਹ ਠੀਕ ਹੋਣ ਜਾਂ ਚੰਗੇ ਹੋਣ। ਹਾਂ, ਇਹ ਜ਼ਰੂਰ ਦੇਖਿਆ ਜਾ ਸਕਦਾ, ਜਿਸ ਤਰ੍ਹਾਂ ਆਪਾਂ ਅਸੀਂ ਕਿਤੋਂ ਪੜ੍ਹ ਕੇ ਕੋਈ ਚੀਜ਼ ਸਿੱਖ ਲੈਂਦੇ ਹਾਂ, ਕਿਸੇ ਨਾਲ ਬੈਠ ਕੇ ਸੰਗਤ ਕਰਕੇ ਵਿਚਾਰਾਂ ਲੈ ਕੇ ਕੋਈ ਚੀਜ਼ ਸਿੱਖ ਲੈਂਦੇ ਹਾਂ, ਇੱਦਾਂ ਹੀ ਆਪਾਂ ਇਹ ਸ਼ੇਅਰ ਕਰਾਂਗੇ ਆਪ ਜੀ ਦੇ ਨਾਲ। ਸੋ ਪਰ ਇਹ ਅਲਟੀਮੇਟ ਜਵਾਬ ਨਹੀਂ ਹੋਣਗੇ, ਇਹਦਾ ਨਹੀਂ ਮਤਲਬ ਹੈ ਵੀ ਇਹ ਜ਼ਰੂਰੀ ਸਹੀ ਹੋਣ ਕਿ ਨਾ ਹੋਣ। ਸਾਡੇ ਐਕਸਪੀਰੀਐਂਸਿਸ ਨੇ, ਜ਼ਰੂਰੀ ਨਹੀਂ ਕਿ ਹਰ ਇੱਕ ਦੇ ਉੱਤੇ ਇਹ ਕੰਮ ਕਰ ਜਾਣੇ, ਕੋਈ ਜ਼ਰੂਰੀ ਨਹੀਂ। ਹਾਂ, ਵੀ ਸਾਨੂੰ ਇਹਨਾਂ ਤੋਂ ਜ਼ਰੂਰ ਅਸੀਂ ਕਹਿ ਸਕਦੇ ਹਾਂ ਥੋੜ੍ਹਾ ਬਹੁਤ ਫਾਇਦਾ ਹੋਇਆ ਹੋਏਗਾ, ਜਾਂ ਅਸੀਂ ਕਿਉਂਕਿ ਕਾਫੀ ਘੁੰਮਦੇ ਰਹਿੰਦੇ ਹਾਂ, ਟ੍ਰਾਂਸਫਰਸ ਹੋ ਜਾਂਦੀਆਂ, ਨਵੇਂ ਨਵੇਂ ਲੋਕ ਸੰਪਰਕ ਵਿੱਚ ਆ ਜਾਂਦੇ ਹਨ, ਕਈ ਹਾਈ ਲੈਵਲ ਸੋਸਾਇਟੀਜ਼ ਦੇ ਵਿੱਚ ਜਾਣਾ ਹੋ ਜਾਂਦਾ ਹੈ। ਸੋ ਐਕਸਪੋਜ਼ਰ ਦੇ ਕਾਰਨ ਅਸੀਂ ਜ਼ਰੂਰ ਆਪ ਜੀ ਨਾਲ ਇਹ ਚੀਜ਼ਾਂ ਸ਼ੇਅਰ ਕਰਾਂਗੇ। ਸੋ ਜਿਹੜਾ ਸਵਾਲ ਆਪ ਜੀ ਨੇ ਪਾਇਆ ਹੈ ਕਿ ਸਮੇਂ ਦੀ ਘਾਟ, ਇਹ ਸਾਰਿਆਂ ਦੇ ਉੱਤੇ ਹੀ ਹੈ ਜੀ। ਅੱਜ ਕੱਲ੍ਹ ਜੋ ਸਪੀਡ ਆਫ ਲਾਈਫ ਬਣ ਗਈ ਹੈ, ਜੋ ਕਿਉਂਕਿ ਬਹੁਤ ਸਾਰੇ ਕਪਲਸ ਦੇ ਜਿਹੜੇ ਦੋਨੋਂ ਸਪਾਊਸਿਸ ਨੇ ਉਹ ਵਰਕਿੰਗ ਨੇ, ਔਰ ਉਹਦੇ ਕਰਕੇ ਘਰ ਨੂੰ ਅਤੇ ਬੱਚਿਆਂ ਨੂੰ ਟਾਈਮ ਜਿਹੜਾ ਹੈ ਉਹ ਘੱਟ ਗਿਆ ਹੈ। ਬੱਚੇ ਔਰ ਘਰ ਨੂੰ ਤੋਂ ਇਲਾਵਾ ਆਪਸ 'ਚ ਸ਼ੇਅਰਿੰਗ ਵੀ ਬਹੁਤ ਘੱਟ ਗਈ ਹੈ, ਜਿਹੜਾ ਦੋਨੋਂ ਵਰਕਿੰਗ ਹੋਣ ਦੇ ਨਾਲ ਅਤੇ ਕੰਮ ਜ਼ਿਆਦਾ ਹੋਣ ਦੇ ਨਾਲ ਜਿਹੜਾ ਹੈ ਉਹਦੇ 'ਚ ਕੀ ਹੈ, ਜਿਹੜਾ ਹਸਬੈਂਡ ਵਾਈਫ ਨੇ ਆਪਸ 'ਚ ਬੈਠ ਕੇ ਜੋ ਕੋਈ ਗੱਲ ਕਿਸੇ ਇਸ਼ੂ ਦੇ ਉੱਤੇ ਸ਼ੇਅਰਿੰਗ ਕਰਨੀ ਹੈ ਨਾ, ਉਹ ਵੀ ਬਹੁਤ ਘੱਟ ਗਈ ਹੈ। ਉਹ ਵੀ ਹੁਣ ਟੈਲੀਫੋਨਸ ਦੇ ਉੱਤੇ ਅਤੇ ਵਟਸਐਪ ਦੇ ਉੱਤੇ ਅਤੇ ਹੋਰ ਦੂਸਰੇ ਚੈਨਲਸ ਦੇ ਥਰੂ ਹੋ ਰਹੀ ਹੈ, ਫੇਸ ਟੂ ਫੇਸ ਬੈਠ ਕੇ ਘੱਟ ਹੋ ਰਹੀ ਹੈ। ਅਸੀਂ ਜੋ ਦੇਖਿਆ ਜੀ, ਇਹਦਾ ਪ੍ਰੈਸ਼ਰ ਬਹੁਤ ਹੁੰਦਾ ਇਸ ਚੀਜ਼ ਦਾ, ਤੁਹਾਡੀਆਂ ਕਮਿਟਮੈਂਟਸ, ਤੁਹਾਡੇ ਮਿਲ ਗਿਲਣ ਵਾਲੇ, ਤੁਹਾਡੇ ਜਿੱਥੇ ਤੁਸੀਂ ਜਾਣਾ ਮਿਲਣ ਵਾਸਤੇ। ਹੁਣ ਕੱਲ੍ਹ ਪਰਸੋਂ ਦੀਵਾਲੀ ਨਿਕਲੀ ਹੈ, ਇੱਥੇ ਬਹੁਤ ਪ੍ਰੈਸ਼ਰ ਹੁੰਦਾ ਹੈ ਇਹਨਾਂ ਫੈਸਟੀਵਲਸ 'ਤੇ, ਤੁਹਾਨੂੰ ਮਿਲਣ ਵਾਲੇ ਵੀ ਬਹੁਤ ਹੁੰਦੇ ਨੇ, ਅਤੇ ਐਸੇ ਵੀ ਜਗ੍ਹਾ ਹੁੰਦੀ ਹੈ ਜਿੱਥੇ ਤੁਸੀਂ ਮਿਲਣ ਵਾਸਤੇ ਜਾਣਾ ਹੁੰਦਾ ਹੈ। ਸੋ ਇਹ ਸਾਰੇ ਲਈ ਟਾਈਮ ਚਾਹੀਦਾ ਹੈ। ਅਤੇ ਜੋ ਨਟਸ਼ਲ 'ਚ ਜੇ ਮੈਂ ਦੱਸਾਂ ਕਿ ਇਹ ਸਭ ਦਾ ਹੱਲ ਇਹ ਹੈਗਾ ਕਿ ਵੰਡ ਕੇ ਕਰ ਲਓ ਕੰਮ। ਜਿਵੇਂ ਕੋਈ ਤੁਹਾਨੂੰ ਗੈਸਟ ਮਿਲਣ ਆਇਆ, ਅਤੇ ਬਜਾਏ ਤੁਸੀਂ ਦੋਨੋਂ ਜਣੇ ਉਹਨੂੰ ਅਟੈਂਡ ਕਰੋ, ਹਸਬੈਂਡ ਵਾਈਫ, ਤੁਸੀਂ ਵੰਡ ਕੇ ਕਰ ਲਓ, ਕਿਸੇ ਵਿੱਚ ਹਸਬੈਂਡ ਨੇ ਅਟੈਂਡ ਕਰ ਲਿਆ, ਕਿਸੇ ਵਿੱਚ ਵਾਈਫ ਨੇ ਅਟੈਂਡ ਕਰ ਲਿਆ। ਅਤੇ ਜੇ ਕੋਈ ਇਸ ਤਰ੍ਹਾਂ ਦਾ ਬੰਦਾ ਮਜਬੂਰੀ ਹੈ ਦੋਨਾਂ ਨੂੰ ਕਰਨਾ, ਤਾਂ ਠੀਕ ਹੈ, ਉਹ ਹੀ ਕਰ ਸਕਦੇ ਹਾਂ ਆਪਾਂ, ਆਪਾਂ ਆਪਣੇ ਘਰ 'ਚ ਹੀ ਬੈਠੇ ਹਾਂ। ਖਾਸ ਕਰ ਜਿਹੜਾ ਬਾਹਰ ਜਾਣਾ, ਕਿ ਆਊਟ, ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਨੂੰ ਮਿਲਣ ਜਾਣਾ, ਉੱਥੇ ਜ਼ਰੂਰ ਇਹ ਵਾਲਾ ਫਾਰਮੂਲਾ ਬਹੁਤ ਪੇਇੰਗ ਹੋ ਜਾਂਦਾ ਤੁਸੀਂ ਜੇ ਵੰਡ ਕੇ ਕਰਦੇ ਹੋ। ਮੈਂ ਜੇ ਆਪਣੀ ਗੱਲ ਦੱਸਾਂ, ਮੈਂ ਕੱਲ੍ਹ ਆਪਣੇ ਸੀਨੀਅਰਸ ਦੇ ਘਰ ਜਾਣਾ ਸੀ, ਦੀਵਾਲੀ ਦਾ ਪ੍ਰੋਗਰਾਮ ਸੀ, ਓਫਿਸ਼ਲ ਡਿਨਰਸ ਐਂਡ ਲੰਚ ਪ੍ਰੋਗਰਾਮਸ ਹੁੰਦੇ ਨੇ, ਅਤੇ ਉੱਥੇ ਮੈਂ ਇਕੱਲਾ ਹੀ ਜਾ ਕੇ ਆਇਆ ਹਾਂ। ਮੇਰੀ ਵਾਈਫ, ਮੇਰੀ ਸਿੰਘਣੀ ਨਾਲ ਨਹੀਂ ਗਈ ਹੈ। ਉਹਦਾ ਕਾਰਨ ਇਹ ਸੀਗਾ ਵੀ ਘਰ 'ਚ ਕੁਛ ਕੰਮ ਅਟੈਂਡ ਕਰਨਾ ਸੀ, ਬੱਚੇ ਨੂੰ ਅਟੈਂਡ ਕਰਨਾ ਸੀ। ਸੋ ਇਹ ਜਿਹੜੀਆਂ ਹਨ, ਲੇਕਿਨ ਇਸ ਕੋਸਟ ਉੱਤੇ ਆਏਗਾ, ਇਹਦੀ ਕੋਸਟ ਪ੍ਰਾਈਸ ਦੇਣੀ ਪਏਗੀ ਸਾਨੂੰ, ਕਿ ਉਹ ਜਿਹੜੀ ਗਰੁੱਪ ਫੀਲਿੰਗ ਹੈ ਉਹ ਉਸਦੀ ਇੰਪੋਰਟੈਂਸ ਮਨ 'ਚੋਂ ਕੱਢਣੀ ਪਏਗੀ। ਤੁਹਾਨੂੰ ਜੇ ਤੁਸੀਂ ਉੱਥੇ ਜਾਂਦੇ ਹੋ, ਤਿਆਰ ਹੋ ਕੇ ਜਾਂਦੇ ਹੋ, ਤੁਹਾਨੂੰ ਅਫਸਰ ਮਿਲਦੇ ਹਨ, ਤੁਹਾਡੀ ਕੰਪਨੀ ਹੈ ਜਿੱਥੇ, ਉੱਥੇ ਦੀਆਂ ਲੇਡੀਜ਼ ਤੁਹਾਨੂੰ ਮਿਲਦੀਆਂ ਹਨ। ਸੋ ਉਹ ਇੱਕ ਤਰ੍ਹਾਂ ਦਾ ਸੋਸਾਇਟੀ ਦੇ ਵਿੱਚ ਇੰਪ੍ਰੈਸ਼ਨ ਜਾਂਦਾ ਹੈ ਕਿ ਇਹ ਦੋਨੋਂ ਬੜੇ ਸੋਹਣੇ ਤਿਆਰ ਹੋ ਕੇ ਆਏ ਹਨ ਜਾਂ ਇਕੱਠੇ ਚੱਲਦੇ ਹਨ। ਅਤੇ ਜੇ ਇਕੱਲਾ ਇਕੱਲਾ ਜਾਂਦਾ ਹੈ ਜਾਂ ਇੱਕ ਜਗ੍ਹਾ 'ਤੇ ਕੋਈ ਇੱਕ ਪਰਟੀਕੁਲਰ ਫੰਕਸ਼ਨ 'ਚ ਇੱਕ ਪਾਰਟਨਰ ਨਹੀਂ ਜਾਂਦਾ ਹੈ, ਤਾਂ ਦੂਸਰੇ ਲੋਕ ਇਹ ਆਪਣੇ ਮਨ ਵਿੱਚ ਸੋਚਦੇ ਹਨ, ਤੁਹਾਨੂੰ ਕੁਛ ਨਹੀਂ ਕਹਿੰਦੇ ਉਹ ਆਪਣੇ ਕੇਵਲ ਅਤੇ ਕੇਵਲ ਮਨ ਹੀ ਸੋਚਦੇ ਹਨ। ਤਾਂ ਸਾਡੇ ਕੇਵਲ ਮਨਾਂ 'ਚ ਇਹ ਗੱਲ ਆਉਂਦੀ ਹੈ ਵੀ ਉਹ ਸਾਡੇ ਬਾਰੇ ਇੱਦਾਂ ਸੋਚ ਰਹੇ ਹੋਣਗੇ। ਇਹ ਵੀ ਬਹੁਤ ਵੱਡਾ ਇੱਕ ਪ੍ਰੈਸ਼ਰ ਹੁੰਦਾ ਸਾਡੇ ਮਨ 'ਤੇ ਵੀ ਦੂਸਰਾ ਮੇਰੇ ਬਾਰੇ ਕੀ ਸੋਚਦਾ ਹੈ। ਦੂਸਰੀ ਚੀਜ਼ ਹੈ ਕਿ ਜਿਹੜੇ ਵਰਕ ਟਾਈਮਿੰਗਸ ਦੀ ਆਪ ਜੀ ਨੇ ਗੱਲ ਕੀਤੀ ਹੈ ਕਿ ਬਈ ਔਡ ਟਾਈਮਿੰਗਸ ਦੇ ਉੱਤੇ ਜਾਣਾ ਪੈਂਦਾ, ਉਹ ਬਿਲਕੁਲ ਸਹੀ ਤੁਹਾਡੀ ਗੱਲ ਕਿ ਸਾਡੀ ਦੋਨਾਂ ਦੀ ਐਮਰਜੈਂਸੀ ਜੋਬਸ ਨੇ ਤੇ ਨਾਈਟਸ ਵਿੱਚ, ਈਵਨਿੰਗਸ ਵਿੱਚ ਵੀ ਇੱਧਰ ਉੱਧਰ ਸਾਨੂੰ ਜਾਣਾ ਪੈਂਦਾ। ਤੇ ਉਹ ਵੀ ਅਸੀਂ ਇਸੇ ਤਰ੍ਹਾਂ ਹੀ ਕੰਮ ਨੂੰ ਜੋ ਹੈ ਡਿਵਾਈਡ ਕਰਕੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਚੋਂ ਇੱਕ ਜਣਾ ਘਰ ਅਟੈਂਡ ਕਰ ਲੈਂਦਾ ਹੈ, ਦੂਸਰਾ ਜਣਾ ਡਿਊਟੀ ਤੇ ਚਲਾ। ਜਿਸ ਤਰ੍ਹਾਂ ਮੇਰੀ ਡਿਊਟੀ ਹੁੰਦੀ ਹੈ, ਨਾਈਟ ਹੋਏਗੀ ਹੁੰਦੀ ਹੈ ਜਾਂ ਇਸ ਤਰ੍ਹਾਂ ਜਾਣਾ ਹੁੰਦਾ ਕਈ ਵਾਰ ਔਡ ਟਾਈਮ ਤੇ,
ਤਾਂ ਸਿੰਘ ਸਾਹਿਬ ਘਰ ਹੀ ਹੁੰਦੇ ਨੇ, ਉਹ ਰੁਕਦੇ ਨਹੀਂ, ਮੇਕਸ ਇਟ ਅ ਪੁਆਇੰਟ ਕਿ ਬੇਟੇ ਨੂੰ ਮਤਲਬ ਵੀ ਅਸੀਂ ਜਿਸ ਤਰ੍ਹਾਂ ਹੁਣ 12th ਕਲਾਸ ਵਿੱਚ ਉਹਦੀ ਪੜ੍ਹਾਈ ਦਾ ਬੜਾ ਇੰਪੋਰਟੈਂਟ ਟਾਈਮ ਚੱਲ ਰਿਹਾ, ਤੇ ਸਾਡੇ ਦੋਨਾਂ ਵਿੱਚੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਜਣਾ ਉਹਦੇ ਕੋਲੋਂ ਰਹੇ। ਮਾਰਨਿੰਗ ਦੇ ਵਿੱਚ ਦੋਨਾਂ ਨੇ ਡਿਊਟੀ ਜਾਣਾ ਹੁੰਦਾ, ਪਰ ਸ਼ਾਮ ਦੁਪਹਿਰ ਤੋਂ ਬਾਅਦ ਤੇ ਰਾਤ ਨੂੰ ਇੱਕ ਜਣਾ ਉਹਦੇ ਕੋਲੋਂ ਕੋਸ਼ਿਸ਼ ਕਰਦੇ ਹਾਂ ਵੀ ਉਹਦੇ ਕੋਲ ਰਹੇ ਕਿ ਤਾਂ ਕਿ ਉਹ ਇਕੱਲਾ ਨਾ ਫੀਲ ਕਰੇ। ਤੇ ਇਸ ਤਰ੍ਹਾਂ ਬਾਕੀ ਹੋਰ ਵੀ ਬਜ਼ੁਰਗ ਹੁੰਦੇ ਨੇ ਘਰ ਵਿੱਚ, ਉਹਨਾਂ ਨੂੰ ਅਟੈਂਡ ਕਰਨਾ ਹੁੰਦਾ ਹੈ, ਜਾਂ ਹੋਰ ਕੋਈ ਭੈਣ ਭਰਾ ਆ ਜਾਂਦੇ ਨੇ ਕਈ ਵਾਰ, ਉਹਨਾਂ ਨੂੰ ਵੀ ਅਸੀਂ ਹਮੇਸ਼ਾ ਫਿਰ ਆਪਣਾ ਇਸ ਤਰ੍ਹਾਂ ਟਾਈਮ ਡਿਵਾਈਡ ਕਰ ਲੈਂਦੇ ਹਾਂ ਆਪਸ ਵਿੱਚ, ਇੱਕ ਦੂਸਰੇ ਨਾਲ ਐਡਜਸਟ ਕਰ ਲੈਂਦੇ ਹਾਂ ਕਿ, ਪਰ ਕਈ ਵਾਰ ਇੱਦਾਂ ਦੀ ਮਜਬੂਰੀ ਵੀ ਹੁੰਦੀ ਹੈ ਕਿ ਦੋਨਾਂ ਦਾ ਹੀ ਇੱਕੋ ਟਾਈਮ ਤੇ ਕਾਲ ਆ ਜਾਂਦੀ ਹੈ, ਉਹ ਵੀ ਵੰਸ ਇਨ ਅ ਵਾਈਲ ਹੁੰਦਾ ਹੈ, ਪਰ ਵੰਸ ਇਨ ਅ ਵਾਈਲ ਤਾਂ ਚੱਲਦਾ ਹੈ ਚਲੋ, ਬਟ ਹਮੇਸ਼ਾ ਨਹੀਂ ਹੋ ਪਾਉਂਦਾ, ਤੇ ਉਹ ਅਸੀਂ ਆਪਸ ਵਿੱਚ ਐਡਜਸਟਮੈਂਟ ਹੀ ਕਰਦੇ ਹਾਂ। ਬਹੁਤ ਵਧੀਆ ਜੀ ਤੁਹਾਡਾ ਜਿਹੜਾ ਤੁਸੀਂ ਸ਼ੁਰੂ ਤੋਂ ਗੱਲ ਕਹੀ, ਨੋ ਡਾਊਟ ਕਿ ਜਿਹੜੀ ਅਸੀਂ ਡਿਸਕਸ਼ਨਸ ਕਰਦੇ ਹਾਂ ਜਾਂ ਆਪਣੀ ਆਪਣੀ ਸ਼ੇਅਰਿੰਗਸ ਕਰਦੇ ਹਾਂ, ਉਹ ਕੋਈ ਫਾਈਨਲ ਡਿਸੀਜਨਸ ਨਹੀਂ ਹੈਗੇ ਕਿ ਹਰ ਬੰਦੇ ਵਾਸਤੇ ਉਹ ਇੰਪਲੀਮੈਂਟ ਹੋਣ ਅਤੇ ਹਰ ਬੰਦਾ ਉਸ ਚੀਜ਼ ਨੂੰ ਅਮਲ ਕਰੇ ਜਾਂ ਉਹਦੇ ਵਾਸਤੇ ਉਹੀ ਫਾਰਮੂਲਾ ਚੱਲਦਾ। ਹਾਂ, ਇਸ ਤੋਂ ਸੇਧ ਇਹੀ ਮਿਲਦੀ ਹੈ ਅਸੀਂ ਜਿਹੜੀ ਸ਼ੇਅਰਿੰਗ ਕਰਦੇ ਹਾਂ ਵੀ ਇੱਕ ਦੂਜੇ ਦੀ ਫੈਮਿਲੀ ਦੇ ਵਿੱਚ ਅਗਰ ਇਹ ਪੁਆਇੰਟ ਉਹਨਾਂ ਦੇ ਫੈਮਿਲੀ ਦੇ ਵਿੱਚ ਕੰਮ ਕੀਤਾ ਤਾਂ ਹੋ ਸਕਦਾ ਹੈ ਕਿ ਸਾਡੇ ਵਿੱਚ ਵੀ ਇਹ ਕੰਮ ਕਰ ਜਾਵੇ। ਸੋ ਇਹ ਵਾਲਾ ਪੁਆਇੰਟ ਕਿਧਰੇ ਮੈਨੂੰ ਅਜੇ ਵੀ ਥੋੜ੍ਹਾ ਜਿਹਾ ਇੱਕ ਲੱਗਦਾ ਹੈ ਇਹਦੇ ਵਿੱਚ ਕਿ ਸਾਡੀ ਇਹ ਚੀਜ਼ਾਂ ਤਾਂ ਤੁਸੀਂ ਫੈਮਿਲੀ ਦੀ ਗੱਲ ਕਰ ਲਈ ਵੀ ਫੈਮਿਲੀ ਨੂੰ ਟਾਈਮ ਅਸੀਂ ਇਸ ਤਰੀਕੇ ਵੰਡ ਕੇ ਦੇ ਲਿਆ, ਬਟ ਜਿਵੇਂ ਵੀਰ ਜੀ ਤੁਸੀਂ ਪਹਿਲੇ ਇਹ ਗੱਲ ਕਹੀ ਨਾ ਕਿ ਸਾਨੂੰ ਪਰਸਨਲ ਟਾਈਮ ਘੱਟ ਮਿਲਦਾ, ਉਹ ਜਿਹੜੀ ਸ਼ੇਅਰਿੰਗ ਹੈ ਨਾ ਉਹ ਕੁਛ ਤਾਂ ਮਤਲਬ ਸਾਡੀ ਜੋਬਸ ਲੈ ਗਈਆਂ, ਕੁਛ ਸਾਡੇ ਮੋਬਾਈਲ ਲੈ ਗਏ, ਅਸੀਂ ਰਾਤ ਨੂੰ ਵੀ ਕਪਲ ਬੈਠੇ ਹਾਂ ਆਪਣੇ ਰੂਮ ਵਿੱਚ ਅਤੇ ਦੋਨੋਂ ਹੀ ਮੋਬਾਈਲ ਲੈ ਕੇ ਬੈਠੇ ਹਾਂ, ਮਤਲਬ ਸਾਡੀ ਪਰਸਨਲ ਲਾਈਫ ਦੇ ਵਿੱਚ ਸ਼ੇਅਰਿੰਗਸ ਆਪਸ ਵਿੱਚ ਮੀਆਂ ਬੀਬੀ ਦੀ ਵੀ ਘਟਦੀ ਜਾ ਰਹੀ ਹੈ, ਜਿਹਦੇ ਕਰਕੇ ਵੀ ਮੈਨੂੰ ਕਿਧਰੇ ਥੋੜ੍ਹਾ ਜਿਹਾ ਇਹ ਲੱਗਦਾ ਕਿ ਸਾਨੂੰ ਇੱਕ ਮਾਇੰਡ ਡਿਸਟਰਬੈਂਸ ਵੱਧਦੀ ਹੈ ਕਿਧਰੇ ਨਾ ਕਿਧਰੇ। ਮੈਂ ਕਈ ਵਾਰੀ ਖੁਦ ਵੀ ਇਹ ਚੀਜ਼ ਨੋਟ ਕੀਤੀ ਹੈ ਕਿ ਮੋਬਾਈਲ ਦੇ ਉੱਤੇ ਅਸੀਂ ਜਦੋਂ ਟਾਈਮ ਆਪਣਾ ਲਗਾਉਂਦੇ ਹਾਂ ਅੱਧਾ ਘੰਟਾ ਘੰਟਾ, ਸਾਨੂੰ ਉਸ ਵੇਲੇ ਤਾਂ ਲੱਗ ਰਿਹਾ ਕਿ ਅਸੀਂ ਇਹਨੂੰ ਬੜੀ ਚੀਜ਼ਾਂ ਦੇਖ ਰਹੇ ਹਾਂ ਜਾਂ ਅਸੀਂ ਬੜਾ ਇਹਨੂੰ ਅੱਛਾ ਲੱਗ ਰਿਹਾ, ਲੇਕਿਨ ਬਾਅਦ 'ਚ ਆਪਣੇ ਮਨ ਦੇ ਵਿੱਚ ਜਾਂ ਆਪਣੇ ਮਾਇੰਡ ਦੇ ਵਿੱਚ ਕਿਧਰੇ ਸੈਟਿਸਫੈਕਸ਼ਨ ਨਹੀਂ ਆਉਂਦੀ, ਬਲਕਿ ਇੱਕ ਮਨ ਦੇ ਵਿੱਚ ਬੁੱਝਿਆ ਹੋਇਆ ਮਹਿਸੂਸ ਕਰਦਾ, ਫਰੈਸ਼ ਮਹਿਸੂਸ ਨਹੀਂ ਕਰਦਾ। ਕਿਧਰੇ ਨਾ ਕਿਧਰੇ ਮੈਨੂੰ ਲੱਗਦਾ ਕਿ ਸਾਡੇ ਦਿਮਾਗ 'ਤੇ ਵੀ ਇਹ ਮੋਬਾਈਲ ਅਫੈਕਟ ਕਰਦਾ ਹੈ, ਸਾਡੀ ਬਾਡੀ ਨੂੰ ਅਫੈਕਟ ਕਰਦਾ ਹੈ, ਜਿਹੜਾ ਕਿ ਅਸੀਂ ਇਹਨੂੰ ਛੱਡ ਨਹੀਂ ਪਾਉਂਦੇ, ਲੇਕਿਨ ਸਾਡੀ ਬਾਡੀ ਵਾਸਤੇ ਜਾਂ ਸਾਡੇ ਮਾਇੰਡ ਵਾਸਤੇ ਇਹਦਾ ਜ਼ਿਆਦਾ ਯੂਜ਼ ਕਰਨਾ ਵੀ ਸਾਨੂੰ ਕਿਧਰੇ ਨਾ ਕਿਧਰੇ ਡਿਪਰੈਸ਼ਨ ਵੱਲ ਵੀ ਲਿਜਾਂਦਾ ਹੈ। ਕਿਆ ਇਹ ਲੱਗਦੀ ਹੈ ਤੁਹਾਨੂੰ ਗੱਲ ਕਿ ਮੈਨੂੰ ਹੀ ਇਹ ਚੀਜ਼ ਮਹਿਸੂਸ ਹੁੰਦੀ ਹੈ? ਬਿਲਕੁਲ ਸਹੀ ਕਿਹਾ ਵੀਰ ਜੀ, ਆਪ ਜੀ ਨੇ ਇੱਕਦਮ ਪੁਆਇੰਟ ਤੁਹਾਡਾ ਬਿਲਕੁਲ ਵੈਲ ਟੇਕਨ ਹੈ। ਐਕਚੁਅਲੀ ਇਹਦੇ ਇੱਕ ਤਰੀਕਾ ਜੋ ਸਾਨੂੰ ਲੱਗਦਾ ਹੈ ਕਿ ਕਾਫੀ ਅੱਛਾ ਚੱਲਦਾ ਹੈ, ਉਹ ਹੈ ਕਿ ਦਿਨ ਦਾ ਪੌਣਾ ਘੰਟਾ ਇੱਕ ਘੰਟਾ ਆਪਾਂ ਕੱਢੀਏ ਆਪਸ ਇੱਕ ਦੂਜੇ ਵਾਸਤੇ, ਹਸਬੈਂਡ ਐਂਡ ਵਾਈਫ, ਤੇ ਮਤਲਬ ਮੋਬਾਈਲ ਨੂੰ ਛੱਡ ਜਾਈਏ, ਚਾਹੇ ਘਰ ਛੱਡ ਜਾਈਏ ਚਾਹੇ ਕਾਰ ਵਿੱਚ ਛੱਡ ਦਈਏ, ਤੇ ਆਪ ਥੋੜਾ ਜਿਹਾ ਵਾਕ ਕਰਨ ਚਲੇ ਜਾਈਏ ਸ਼ਾਮ ਦੇ ਟਾਈਮ ਜਾਂ ਰਾਤ ਦੇ ਟਾਈਮ, ਜਿਸ ਤਰ੍ਹਾਂ ਵੀ ਟਾਈਮ ਕਨਵੀਨੀਅੰਟ ਹੋਏ, ਜਾਂ ਸਵੇਰ ਦੇ ਟਾਈਮ, ਉਹ ਵਿੱਚ ਮਤਲਬ ਆਪਸ ਵਿੱਚ ਇਕੱਠੇ, ਉਹਦੇ ਵਿੱਚ ਕੀ ਵਾਕ ਵੀ ਹੋ ਜਾਂਦੀ ਹੈ, ਥੋੜਾ ਫਿਟਨੈਸ ਦਾ ਵੀ ਅੱਛਾ ਰਹਿੰਦਾ ਹੈ, ਤੇ ਸ਼ੇਅਰਿੰਗ ਵੀ ਹੁੰਦੀ ਹੈ ਆਪਸ ਵਿੱਚ, ਗੱਲਾਂ ਵੀ ਹੋ ਜਾਂਦੀਆਂ ਨੇ। ਔਰ ਮੋਬਾਈਲ ਦਾ ਜਿਹੜਾ ਹੈਗਾ ਉਹਨੂੰ ਆਪਾਂ ਜੇ ਕਿਤੇ ਗੱਡੀ ਵਿੱਚ ਜਾ ਰਹੇ ਹਾਂ ਤੇ ਉੱਥੇ ਗੱਡੀ ਪਾਰਕ ਕਰਕੇ ਪਾਰਕ ਵਿੱਚ ਮਤਲਬ ਵਾਕ ਕਰਦੇ, ਤੇ ਮੋਬਾਈਲ ਨੂੰ ਥੋੜੀ ਦੇਰ ਲਈ ਗੱਡੀ ਛੱਡਤਾ ਜਾਏ, ਜਾਂ ਫਿਰ ਘਰ ਹੀ ਛੱਡ ਕੇ ਚਲੇ ਜਾਓ ਜੇ ਕਨਵੀਨੀਅੰਟ ਹੈ ਤਾਂ ਉਹਦੇ ਵਿੱਚ ਕੀ ਹੈਗਾ ਕਿ ਉਹ ਥੋੜਾ ਜਿਹਾ ਮੋਬਾਈਲ ਤੋਂ ਵੀ ਡਿਸਟਰਬੈਂਸ ਫ੍ਰੀ ਹੁੰਦਾ ਹੈ। ਜਾਂ ਫਿਰ ਆਪਾਂ ਸੋਚ ਲਈਏ ਜੇ ਮੋਬਾਈਲ ਜੇਬ ਦੇ ਵਿੱਚ ਵੀ ਪਿਆ ਹੋਇਆ ਵੀ ਚਲੋ ਕੋਈ ਕਈ ਵਾਰ ਕਰਦੋ ਜਾਂ ਕਿਤੇ ਇੱਦਾਂ ਕੋਈ ਅਰਜੈਂਟ ਕਾਲ ਕਿਸੇ ਦੀ ਆ ਜਾਂਦੀ ਹੈ, ਜਿਸ ਤਰ੍ਹਾਂ ਸਾਡੀ ਜੋਬਸ ਨੇ ਥੋੜੀ ਅਰਜੈਂਸੀ ਵਾਲੀਆਂ, ਤੇ ਜਿਸ ਕਈ ਵਾਰ ਕਿਸੇ ਵੀ ਹੋ ਸਕਦੀ ਹੈ ਇਨਸਾਨ ਦੇ ਇੱਦਾਂ ਦੀ ਕੋਈ ਕੰਮ, ਤੇ ਉਹ ਜੇ ਹੋਏ ਤੇ ਮਤਲਬ ਵੀ ਸ਼ੁਡ ਮੇਕ ਇਟ ਅ ਪੁਆਇੰਟ ਕਿ ਵਾਈਲ ਵਾਕਿੰਗ ਵੀ ਸ਼ੁਡ ਟਾਕ ਐਂਡ ਵੀ ਸ਼ੁਡ ਨਾਟ ਲਾਈਕ ਯੂਜ਼ ਦਾ ਮੋਬਾਈਲ। ਤੇ ਆਪਸ ਦੇ ਵਿੱਚ ਜਿਹੜਾ ਹੈਗਾ ਕਿ ਮਤਲਬ ਇਹ ਚੀਜ਼ ਆਪਸੀ ਕੋਪਰੇਸ਼ਨ ਦੇ ਨਾਲ ਚੱਲ ਸਕਦੀ ਹੈ ਤੇ ਆਪਸੀ ਅੰਡਰਸਟੈਂਡਿੰਗ ਦੇ ਨਾਲ ਚੱਲ ਸਕਦੀ ਹੈ।
और ਇਹ ਜਿਹੜਾ ਨਾ ਕੋਆਪਰੇਸ਼ਨ ਔਰ ਅੰਡਰਸਟੈਂਡਿੰਗ ਦਾ ਜਿਹੜਾ ਸਬਜੈਕਟ ਹੈਗਾ ਉਹ ਹੈਗਾ ਕਿ ਇਟ ਇਜ਼ ਆਲਵੇਜ਼ ਵਿਦ ਗੁੱਡ ਕਮਿਊਨੀਕੇਸ਼ਨ ਕਿਉਂਕਿ ਕੋਈ ਵੀ ਰਿਲੇਸ਼ਨਸ਼ਿਪ ਦੀ ਸਕਸੈਸ ਦਾ ਮੰਤਰ ਹੈਗਾ ਗੁੱਡ ਕਮਿਊਨੀਕੇਸ਼ਨ ਤੇ ਮਤਲਬ ਆਪਸ ਜਿਹੜਾ ਕੋਆਪਰੇਟਿਵ ਮੋਡ ਹੁੰਦਾ ਜਿਹੜਾ ਕੋਆਪਰੇਸ਼ਨ ਹੈ ਉਹ ਹਮੇਸ਼ਾ ਕਮਿਊਨੀਕੇਸ਼ਨ ਆਪਾਂ ਇੱਕ ਦੂਜੇ ਨੂੰ ਨਾਲ ਆਪਣੀਆਂ ਪ੍ਰੋਬਲਮਸ ਨੂੰ ਸ਼ੇਅਰ ਕਰੀਏ ਇੱਕ ਦੂਜੇ ਨਾਲ ਜੇ ਸਾਨੂੰ ਜਿਹੜੀ ਵੀ ਕੋਈ ਦਿੱਕਤ ਆ ਰਹੀ ਹੈ ਆਪਣੇ ਹਸਬੈਂਡ ਜਾਂ ਵਾਈਫ ਨਾਲ ਉਹਨੂੰ ਥੋੜਾ ਸ਼ੇਅਰ ਕਰੀਏ ਔਰ ਉਹਨਾਂ ਨਾਲ ਕੋਸ਼ਿਸ਼ ਕਰੀਏ ਮਤਲਬ ਪੋਜ਼ਿਟਿਵ ਮੋਡ ਵਿੱਚ ਮਤਲਬ ਕਈ ਵਾਰ ਆਪਾਂ ਨੂੰ ਲੱਗਦਾ ਹੈ ਕਿ ਮੇਰਾ ਹਸਬੈਂਡ ਕੋਆਪਰੇਟਿਵ ਨਹੀਂ ਹੈ ਮੇਰੀ ਵਾਈਫ ਕੋਆਪਰੇਟਿਵ ਨਹੀਂ ਹੈ ਮਤਲਬ ਮੇਰਾ ਹੁਣ ਮੈਨੂੰ ਕਿਤੇ ਲੱਗਦਾ ਹੈ ਕਿ ਹੋ ਸਕਦਾ ਅਸੀਂ ਖੁਦ ਵੀ ਉਹਨਾਂ ਨੂੰ ਜੇ ਆਪਣੀ ਕੋਈ ਪ੍ਰੋਬਲਮ ਦੱਸਦੇ ਹਾਂ ਅਸੀਂ ਸ਼ਾਇਦ ਨੈਗੇਟਿਵ ਨੋਟ ਤੇ ਦੱਸਦੇ ਹਾਂ ਮਤਲਬ ਅਸੀਂ ਪ੍ਰੋਬਲਮ ਆਪਣੀ ਦੱਸਣ ਦੀ ਬਜਾਏ ਉਹਨਾਂ ਦੀ ਫਾਲਟ ਫਾਈਂਡਿੰਗ ਕਰਨ ਲੱਗ ਜਾਂਦੇ ਹਾਂ ਦੂਸਰੇ ਪਾਰਟਨਰ ਦੀ ਗਲਤੀ ਕੱਢਣ ਲੱਗ ਜਾਂਦੇ ਵੀ ਤੁਸੀਂ ਇੱਦਾਂ ਨਹੀਂ ਕਰਦੇ ਜਾਂ ਤੁਸੀਂ ਇੱਦਾਂ ਨਹੀਂ ਕਰਦੇ ਇਸ ਕਰਕੇ ਇੱਦਾਂ ਹੁੰਦਾ ਹੈ ਜਾਂ ਮੈਨੂੰ ਇਹ ਦਿੱਕਤ ਇਸ ਲਈ ਆਉਂਦੀ ਹੈਗੀ ਕਿ ਤੁਸੀਂ ਮੇਰੇ ਨਾਲ ਕੋਆਪਰੇਟ ਨਹੀਂ ਕਰ ਰਹੇ ਜਾਂ ਤੁਹਾਡੀ ਇਹ ਜਿਹੜੀ ਆਦਤ ਹੈਗੀ ਇਹ ਖਰਾਬ ਹੈਗੀ ਹੈ ਇਸ ਕਰਕੇ ਤੁਹਾਨੂੰ ਦਿੱਕਤ ਆ ਰਹੀ ਮਤਲਬ ਮੇਰਾ ਖਿਆਲ ਵੀ ਸ਼ੁੱਡ ਫਾਈਂਡ ਮੋਰ ਪੋਜ਼ਿਟਿਵ ਵੇਜ਼ ਦੈਨ ਨੈਗੇਟਿਵ ਵੇਜ਼ ਇੱਕ ਦੂਜੇ ਦੀ ਗਲਤੀਆਂ ਪੁਆਇੰਟ ਹੁੰਦੇ ਗਲਤੀਆਂ ਤਾਂ ਹਰੇਕ ਚ ਹੁੰਦੀਆਂ ਨੇ ਜੇ ਦੂਜੇ ਬੰਦੇ ਚ ਮੈਂ ਗਲਤੀ ਕੱਢ ਰਹੀ ਹਾਂ ਤਾਂ ਮੈਂ ਕਿਹੜਾ ਪਰਫੈਕਟ ਹਾਂ ਜੇ ਉਹਦੇ ਵੀ 10 ਗਲਤੀਆਂ ਨੇ ਮੇਰੇ ਤਾਂ 100 ਨੇ ਜੇ ਆਪਾਂ ਇਹ ਸੋਚ ਲਈਏ ਤੇ ਫਿਰ ਥੋੜਾ ਜਿਹਾ ਉਹ ਨਾ ਮਤਲਬ ਇੱਕ ਦੂਜੇ ਨਾਲ ਵੀ ਔਰ ਕਲੀਅਰ ਵਰਡਸ ਵਿੱਚ ਗੱਲ ਕਰੀਏ ਮਤਲਬ ਅਸੀਂ ਗੁੱਝੀਆਂ ਗੱਲਾਂ ਨਾ ਕਰੀਏ ਮਤਲਬ ਵੀ ਮੈਂ ਕਹਾਂ ਕੁਛ ਤੇ ਉਹਦਾ ਮਤਲਬ ਕੁਛ ਹੋਰ ਨਿਕਲੇ ਇਹ ਨਹੀਂ ਹੋਵੇ ਮਤਲਬ ਕੋਸ਼ਿਸ਼ ਕਰੀਏ ਕਿ ਜੋ ਵੀ ਅਸੀਂ ਕਨਵੇ ਕਰਨਾ ਚਾਹੁੰਦੇ ਹਾਂ ਉਹ ਕਲੀਅਰ ਹੋਵੇ ਕਿਉਂਕਿ ਕਈ ਵਾਰ ਦੂਸਰਾ ਬੰਦਾ ਕੋਈ ਡਿਫਰੈਂਟ ਫਰੇਮ ਆਫ ਮਾਇੰਡ ਵਿੱਚ ਹੁੰਦਾ ਹੈ ਤੇ ਉਹਨੂੰ ਤੁਹਾਡੀ ਗੱਲ ਨਹੀਂ ਸਮਝ ਆਉਂਦੀ ਉਸ ਤਰ੍ਹਾਂ ਉਹ ਉਹਨੂੰ ਪ੍ਰੋਪਰ ਤੁਹਾਡਾ ਮੈਸੇਜ ਨਹੀਂ ਅੰਡਰਸਟੈਂਡ ਕਰ ਪਾਉਂਦਾ ਇਸ ਕਰਕੇ ਥੋੜਾ ਕਈ ਵਾਰ ਇਹ ਵੀ ਹੁੰਦਾ ਕਿ ਦੂਜੇ ਦਾ ਮੂਡ ਵੀ ਦੇਖਣਾ ਪੈਂਦਾ ਕਿ ਉਹਦਾ ਗੱਲ ਕਰਨ ਦਾ ਮੂਡ ਹੈ ਕਿ ਨਹੀਂ ਤੇ ਥੋੜਾ ਅਪਰੋਪਰੀਏਟ ਟਾਈਮ ਦੇ ਉੱਤੇ ਗੱਲ ਕਰ ਵੀ ਜਾਏ ਮੈਂ ਕਹਿੰਦਾ ਦੋ ਤਿੰਨ ਚੀਜ਼ਾਂ ਨੇ ਜੇ ਥੋੜਾ ਜਿਹਾ ਧਿਆਨ ਰੱਖ ਲਿਆ ਜਾਏ ਤਾਂ ਮੇ ਬੀ ਇਟ ਹੈਲਪਸ ਅਸ ਇਨ ਹੈਵਿੰਗ ਅ ਗੁੱਡ ਕਮਿਊਨੀਕੇਸ਼ਨ ਇਸ ਦੇ ਵਿੱਚ ਜਿਹੜਾ ਸਭ ਤੋਂ ਵੱਧ ਹੈਲਪ ਕਰੇਗੀ ਨਾ ਜੀ ਜਿਹੜਾ ਹੁਣ ਚੈਲੰਜ ਆਏਗਾ ਕਿ ਇਹ ਟਾਈਮ ਕਿੱਥੇ ਕੱਢਿਆ ਜਾਏ ਅੱਧਾ ਘੰਟਾ ਜਾਂ ਇੱਕ ਘੰਟਾ ਜੇ ਆਪਸ 'ਚ ਗੱਲ ਕਰਨੀ ਹੈ ਉਹਦੇ ਲਈ ਇੱਕ ਮਾਹੌਲ ਵਿੱਚ ਚਾਹੀਦਾ ਹੁੰਦਾ ਹੈ ਬਹੁਤ ਵੱਧ ਘਰ ਦੇ ਵਿੱਚ ਜਦੋਂ ਬੱਚੇ ਵਿੱਚ ਬੈਠੇ ਹੋਣ ਜਾਂ ਪੇਰੈਂਟਸ ਵਿੱਚ ਨੇ ਜਾਂ ਕੋਈ ਹਰ ਘਰ ਦੀ ਆਪਣੀ ਇੱਕ ਕਨਫਿਗਰੇਸ਼ਨ ਹੁੰਦੀ ਹੈ ਉਸ ਵਿੱਚ ਕਿਹੜੇ ਕਿਹੜੇ ਮੈਂਬਰਸ ਨੇ ਇਹ ਗੱਲਾਂ ਬਹੁਤ ਵਾਰੀ ਤਾਂ ਹੋਣਗੀਆਂ ਜਦੋਂ ਹਸਬੈਂਡ ਵਾਈਫ ਦੋਨੋਂ ਇਕੱਲੇ ਹੋਣਗੇ ਇਕੱਲੇ ਮੀਨਸ ਉਹਨਾਂ ਦੀ ਗੱਲਾਂ ਸੁਣਨ ਵਾਲਾ ਹੋਰ ਕੋਈ ਨਹੀਂ ਹੋਏਗਾ ਤੇ ਜੇ ਤਾਂ ਘਰ ਦੇ ਵਿੱਚ ਪੋਸੀਬਲ ਹੈ ਤਾਂ ਵੈਲ ਐਂਡ ਗੁੱਡ ਨਹੀਂ ਤਾਂ ਤੁਸੀਂ ਕੋਈ ਟਾਈਮ ਇਸ ਤਰ੍ਹਾਂ ਦਾ ਲੱਭੋ ਆਪਸ ਵਿੱਚ ਸੇ ਦਿਨ ਵਿੱਚ ਸੈਰ ਕਰਨ ਦਾ ਟਾਈਮ ਰੱਖ ਲਓ ਉਹ ਜਿਹੜੀ ਸੈਰ ਹੈਗੀ ਹੈ ਉਹ ਸੈਰ ਵੀ ਹੋਏਗੀ ਤੇ ਨਾਲ ਗੱਲਾਂ ਵੀ ਹੋ ਜਾਣਗੀਆਂ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਡਿਪੈਂਡ ਕਰਦਾ ਤੁਹਾਡੀ ਫੈਮਿਲੀ ਵਿੱਚ ਕੀ ਸਰਕਮਸਟਾਂਸਿਸ ਨੇ ਉਸ ਦੇ ਵਿੱਚ ਜੇ ਤੁਹਾਡਾ ਉਹ ਟਾਈਮ ਕੇਵਲ ਤੁਹਾਡੇ ਦੋਨਾਂ ਦਾ ਹੋਏਗਾ ਔਰ ਉਹਦੇ ਵਿੱਚ ਇਹ ਮਿਊਚੁਅਲ ਅੰਡਰਸਟੈਂਡਿੰਗ ਵੀ ਚਾਹੀਦੀ ਹੈ ਕਿ ਜੇ ਆਪਸ 'ਚ ਗੱਲਾਂ ਕਰਦੇ ਹਾਂ ਕਿਸੇ ਇੱਕ ਪਾਰਟਨਰ ਨੇ ਕੋਈ ਐਸੀ ਗੱਲ ਕਹਿ ਦਿੱਤੀ ਹੈ ਦੂਜੇ ਨੂੰ ਜਿਹੜੀ ਉਹਨੂੰ ਬੁਰੀ ਲੱਗੀ ਹੈ ਤੇ ਉੱਥੇ ਫਿਰ ਲੜਾਈ ਨਹੀਂ ਹੋਏਗੀ ਇਹ ਇਹ ਰੂਲਸ ਆਫ ਦਾ ਗੇਮ ਹੁੰਦੇ ਹਨ ਇਹ ਵਾਲੇ ਕਈ ਵਾਰ ਹੁੰਦਾ ਹੈ ਗੱਲਾਂ ਦੇ ਵਿੱਚ ਕੋਈ ਐਸੀ ਗੱਲ ਨਿਕਲ ਜਾਂਦੀ ਹੈ ਕਿ ਉਹ ਬਾਏ ਰੈਫਰੈਂਸ ਉਹ ਗੱਲ ਹੋ ਜਾਂਦੀ ਹੈ ਤੇ ਬਹੁਤ ਵਾਰੀ ਕੀ ਹੁੰਦਾ ਮੇਨ ਮੁੱਦਾ ਤਾਂ ਪਿੱਛੇ ਹੋ ਜਾਂਦਾ ਉਹ ਗੱਲ ਅੱਗੇ ਆ ਜਾਂਦੀ ਫੋਰ ਐਗਜ਼ਾਮਪਲ ਗੱਲ ਇਸ ਤਰ੍ਹਾਂ ਦੀ ਚੱਲ ਰਹੀ ਹੈ ਵੀ ਲੜਕੀ ਦੀ ਸ਼ਾਦੀ ਆ ਗਈ ਹੈ ਤੇ ਜਾਂ ਉਹਦੇ ਲਈ ਅਸੀਂ ਲੜਕਾ ਦੇਖ ਰਹੇ ਹੈਗੇ ਹਾਂ ਤੇ ਜਿਹੜੀਆਂ ਡਿਸਕਸ਼ਨ ਚੱਲ ਰਹੀਆਂ ਹੈਗੀਆਂ ਤੇ ਉਹਦੇ ਵਿੱਚੋਂ ਕੋਈ ਗੱਲ ਨਿਕਲ ਆਈ ਵੀ ਸਾਡੇ ਆਪਣੇ ਵਿਆਹ 'ਚ ਕੀ ਹੋਇਆ ਸੀ ਅੱਜ ਤੋਂ 25 ਸਾਲ 30 ਸਾਲ ਪਹਿਲੇ ਤੇ ਉਸਦੇ ਵਿੱਚ ਵਾਈਫ ਨੇ ਕੁਛ ਗੱਲ ਐਸੀ ਕਹਿਤੀ ਵੀ ਤੁਹਾਡੇ ਪੇਰੈਂਟਸ ਨੇ ਇਹ ਕਿਹਾ ਸੀ ਜਾਂ ਬੰਦੇ ਨੇ ਇਹ ਗੱਲ ਕਹਿਤੀ ਕਿ ਜਦੋਂ ਵਿਆਹ ਵੇਲੇ ਦੇਖਣ ਆਏ ਸੀਗੇ ਤਾਂ ਤੁਹਾਡੇ ਭਰਾ ਨੇ ਤੁਹਾਡੇ ਫਾਦਰ ਉਹ ਹੁੰਦਾ ਕੀ ਹੈ ਉਹ ਮੇਨ ਮੁੱਦਾ ਗੱਲ ਆਪਾਂ ਸ਼ੇਅਰਿੰਗ ਕਰ ਰਹੇ ਹਾਂ ਬੱਚੀ ਦੇ ਸ਼ਾਦੀ ਬਾਰੇ ਉਹ ਉੱਥੋਂ ਫੋਕਸ ਹਟ ਕੇ ਫੋਕਸ ਇੱਥੇ ਆ ਜਾਂਦਾ ਹੁਣ ਆਪਸ ਲੜਨਾ ਸ਼ੁਰੂ ਕਰ ਦਿੰਦੇ ਆ ਐਂਡ ਉਹ ਵਾਲੀ ਲੜਾਈ ਫਿਰ ਕਈ ਦਿਨ ਚੱਲਦੀ ਹੈ ਤੇ ਉਹ ਉਹ ਉਹਦੇ ਵਿੱਚ ਕੋਈ ਬਿਟਰ ਐਕਸਪੀਰੀਅੰਸ ਹੋ ਜਾਂਦਾ ਹੈ ਉਹ ਧਿਆਨ ਰੱਖਣਾ ਹੈ ਇਹ ਮੈਚੋਰਿਟੀ ਨਾਲ ਆਏਗਾ ਇਹ ਚੀਜ਼ ਕਿ ਤੁਸੀਂ ਮੇਨ ਮੁੱਦਾ ਨਹੀਂ ਛੱਡਣਾ ਹੈਗਾ ਜਿਹਦੇ ਕਰਕੇ ਤੁਸੀਂ ਗੱਲ ਜਿਹੜਾ ਇਸ਼ੂ ਐਟ ਹੈਂਡ ਸੀਗਾ ਇਹ ਤਾਂ ਬਾਏ ਦਾ ਵੇ ਗੱਲ ਆਈ ਸੀ ਵਿੱਚੋਂ ਜਿਹਦਾ ਆਪਾਂ ਕਹਿੰਦੇ ਹਾਂ ਵੀ ਅਸੀਂ ਮੇਨ ਰੋਡ ਤੇ ਜਾ ਰਹੇ ਸੀਗੇ ਤੇ ਅਸੀਂ ਸਾਹਮਣੇ ਟ੍ਰੈਫਿਕ ਸੀਗਾ ਤੇ ਅਸੀਂ ਸਾਈਡ ਤੋਂ ਨਿਕਲ ਗਏ ਲੇਕਿਨ ਮੇਨ ਰੋਡ ਥੋੜੀ ਛੱਡਣੀ ਆ ਆਪਾਂ ਇਹ ਚੀਜ਼ ਦਾ ਧਿਆਨ ਰੱਖਣਾ ਇੱਕ ਦੂਸਰੀ ਗੱਲ ਜਿਹੜਾ ਮੋਬਾਈਲ ਫੋਨ ਹੈਗਾ ਇਹਨੂੰ ਸਮਾਰਟਲੀ ਯੂਜ਼ ਕਰੋ ਅੱਜ ਕੱਲ੍ਹ ਅਸੀਂ ਸਮਾਰਟ ਫੋਨ ਕਹਿੰਦੇ ਹਾਂ ਇਸਨੂੰ ਤੇ ਸਾਨੂੰ ਵੀ ਸਮਾਰਟ ਬਣਨ ਦੀ ਲੋੜ ਹੈਗੀ ਹੈ ਇਹਨੂੰ ਯੂਜ਼ ਕਰਨ ਵਿੱਚ ਮੈਂ ਦੇਖਦਾ ਹਾਂ ਬਹੁਤ ਸਾਰੇ ਬੱਚਿਆਂ ਨੇ ਵੀ ਤੇ ਵੱਡਿਆਂ ਨੇ ਵੀ ਨੋਟੀਫਿਕੇਸ਼ਨਸ ਲਗਾਏ ਹਨ ਉਹ ਹਰ ਮਿੰਟ ਕਿਤਨੀ ਸਾਰੀਆਂ ਚੀਜ਼ਾਂ ਉੱਤੇ
ਸਾਊਂਡ ਵਾਈਬ੍ਰੇਸ਼ਨਸ ਨਾਲ ਤੁਹਾਨੂੰ ਡਿਸਟਰਬ ਕਰਦੀਆਂ ਹਨ। ਜੇ ਮੈਂ ਗੱਲ ਕਰ ਰਿਹਾ ਉਸ ਦੇ ਵਿੱਚੋਂ ਮੇਰਾ ਮੋਬਾਈਲ ਨੇ ਟੰਗ 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 ਕਰੀ ਜਾਣਾ ਹੈਗਾ। ਸਭ ਤੋਂ ਪਹਿਲੀ ਗੱਲ ਇਹ ਨੋਟੀਫਿਕੇਸ਼ਨਸ ਤੇ ਵਾਲੇ ਅਲਰਟਸ ਕੇਵਲ ਉਹੀ ਬੰਦਾ ਲਗਾਵੇ ਜਿਹੜਾ ਇਸ ਤੋਂ ਜਿਸਦਾ ਕੰਮ ਇਸ ਤੋਂ ਬਿਨਾਂ ਨਹੀਂ ਚੱਲ ਸਕਦਾ। ਜੇ ਉਹ ਇਸ ਤਰ੍ਹਾਂ ਦੀ ਜੋਬ ਵਿੱਚ ਹੈਗਾ ਕਿ ਉਹਨੂੰ ਜ਼ਰੂਰਤ ਹੈਗੀ ਹੈ ਫਿਰ ਹੀ ਉਹ ਲਗਾਵੇ, ਅਦਰਵਾਈਜ਼ ਨਹੀਂ ਲਗਾਉਣ ਦੀ ਲੋੜ। ਇਹ ਡਿਸਟਰੈਕਸ਼ਨ ਹੈ ਬਹੁਤ ਵੱਡੀ। ਜੇ ਤੁਸੀਂ ਕੋਈ ਪੜ੍ਹਾਈ ਲਿਖਾਈ ਕਰ ਰਹੇ ਹੋ ਤਾਂ ਉਸਦੇ ਵਿੱਚ ਤੁਹਾਡਾ ਦਿਮਾਗ ਨਹੀਂ ਲੱਗੇਗਾ। ਜੇ ਤੁਸੀਂ ਅਦਰਵਾਈਜ਼ ਕਿਤੇ ਕੰਸੈਂਟਰੇਟ ਕਰ ਰਹੇ ਹੋ ਤਾਂ ਉਸਦੇ ਵਿੱਚ ਦਿਮਾਗ ਨਹੀਂ ਲੱਗੇਗਾ ਤੁਹਾਡਾ। ਤੇ ਜਿਹੜਾ ਅਨਾਵਸ਼ਕ ਸੋਸ਼ਲ ਮੀਡੀਆ ਉੱਤੇ ਬੈਠ ਕੇ ਚੈਟਿੰਗ ਤੇ ਫਾਰਵਰਡਿੰਗ ਅਸੀਂ ਕਰਦੇ ਹਾਂ ਇਹ ਬਹੁਤ ਸਾਰਾ ਟਾਈਮ ਲੈਂਦਾ ਸਾਡਾ। ਜਿਹੜਾ ਟਿਕਟੋਕ ਵੀਡੀਓਜ਼ ਅੱਜ ਕੱਲ੍ਹ ਦੀਆਂ ਆ ਰਹੀਆਂ ਹਨ ਇਹਦੇ ਵਿੱਚ ਸਬਸਟੈਂਸ ਘੱਟ ਹੈ ਤੇ ਹਾਸਾ ਠੱਠਾ ਜ਼ਿਆਦਾ ਹੈ। ਔਰ ਉਹਦੇ ਵਿੱਚ ਵੀ ਬਹੁਤ ਵਾਰੀ ਮਤਲਬ ਜਿਹੜਾ ਮੈਂ ਦੇਖ ਜਿੰਨੀਆਂ ਕੰਟੈਂਟ ਮੈਨੂੰ ਕਦੀ ਮੌਕਾ ਮਿਲਦਾ ਹੈ ਜਾਂ ਦੋਸਤ ਮਿੱਤਰ ਮੇਰੇ ਨਾਲ ਸ਼ੇਅਰ ਕਰਦੇ ਹਨ ਉਹ 'ਚ ਜ਼ਿਆਦਾਤਰ ਨਾ ਦੋ ਤਰ੍ਹਾਂ ਦੀਆਂ ਵੀਡੀਓਜ਼ ਹੁੰਦੀਆਂ, ਤਿੰਨ ਤਰ੍ਹਾਂ ਦੀਆਂ ਵੀਡੀਓਜ਼ ਹੁੰਦੀਆਂ ਹਨ। ਕੁਛ ਤਾਂ ਹੁੰਦੀਆਂ ਹਨ ਜਿਹੜੀ ਹਸਬੈਂਡਸ ਦੇ ਐਂਟੀ ਹੁੰਦੀਆਂ ਹਨ, ਮਤਲਬ ਮਜ਼ਾਕ ਬਣਾਏ ਹੁੰਦੇ ਹਨ। ਇੱਦਾਂ ਹੀ ਕੁਝ ਵਾਈਫਸ ਦੇ ਪ੍ਰਤੀ ਮਜ਼ਾਕ ਬਣਾਏ ਹੁੰਦੇ ਹਨ ਤੇ ਕੁਝ ਜਨਰਲ ਜਿਹੜਾ ਜਿਹਨੂੰ ਅਸੀਂ ਪਾਗਲਪਨ ਕਹਿ ਸਕਦੇ ਹਾਂ, ਹਾਂ ਬਈ ਕਿਸੇ ਦੇ ਨਾਲ ਬੇਵਕੂਫੀ ਕੀਤੀ ਹੁੰਦੀ ਹੈ, ਉਹ ਅੱਜ ਦੀ ਐਨਵਾਇਰਮੈਂਟ ਦੇ ਉੱਤੇ ਹੈਗਾ, ਅੱਜ ਦੇ ਹਿਸਾਬ ਪੋਲੀਟੀਕਲ ਸਿਸਟਮ ਜਾਂ ਕੁਛ ਹੋਰ ਦੇ ਉੱਤੇ ਮਜ਼ਾਕ ਬਣਾਏ ਹੁੰਦੇ ਹਨ। ਔਰ ਕੁੱਲ ਮਿਲਾ ਕੇ ਮੈਂ ਇਹ ਦੇਖਿਆ ਹੈ ਇਹਨਾਂ ਵੀਡੀਓ ਵਿੱਚ ਇਹ ਸੋਸ਼ਲ ਮੀਡੀਆ 'ਚ ਅਚੀਵਮੈਂਟ ਕੁਛ ਨਹੀਂ ਹੈ, ਕੇਵਲ ਟਾਈਮ ਪਾਸ ਵੀ ਨਹੀਂ ਮੈਂ ਕਹਾਂਗਾ, ਮੈਂ ਟਾਈਮ ਵੇਸਟੇਜ ਕਹਾਂਗਾ ਇਸ ਨੂੰ। ਮਤਲਬ ਅਗਰ ਇਹ ਜੇ ਮਾਈਨਸ ਕਰਤਾ ਜਾਵੇ ਸਾਡੀ ਲਾਈਫ ਵਿੱਚੋਂ ਤੇ ਆਪਾਂ ਲੂਜ਼ ਕੁਛ ਨਹੀਂ ਕਰ ਰਹੇ ਹੈਗੇ। ਕਿਸੇ ਵੀ ਚੀਜ਼ ਦੀ ਅਗਰ ਉਪਯੋਗਤਾ ਵੇਖਣੀ ਹੈ ਤੁਸੀਂ ਆਪਣੀ ਲਾਈਫ ਵਿੱਚ ਤਾਂ ਇਹ ਸੋਚਣਾ ਚਾਹੀਦਾ ਕਿ ਅਗਰ ਇਹ ਵਾਲੀ ਚੀਜ਼ ਮੇਰੇ ਕੋਲ ਨਾ ਹੋਵੇ ਤਾਂ ਮੇਰਾ ਕੀ ਘਟੇਗਾ। ਅਗਰ ਏਦਾਂ ਅਸੀਂ ਸੋਚਦੇ ਹਾਂ ਜੇ ਉਸ ਦਾ ਮਿਲਦਾ ਹੈ ਕਿ ਹਾਂਜੀ ਇਹ ਨਾ ਹੋਵੇ ਤਾਂ ਮੇਰਾ ਕੁਛ ਘੱਟ ਜਾਏਗਾ, ਫਿਰ ਤਾਂ ਯੂਜ਼ਫੁਲ ਹੈ, ਤੁਹਾਡੇ ਕੋਲ ਹੋਣੀ ਚਾਹੀਦੀ। ਜੇ ਉਹਦਾ ਤੁਹਾਡਾ ਕੁਛ ਨਹੀਂ ਘਟ ਰਿਹਾ ਤੇ ਉਹ ਨਹੀਂ ਹੋਣੀ ਚਾਹੀਦੀ। ਸੋ ਮੈਂ ਸਮਝਦਾ ਜਿਹੜਾ ਸੋਸ਼ਲ ਮੀਡੀਆ ਦੀ ਚੈਟਿੰਗ ਤੇ ਫਾਰਵਰਡਿੰਗ ਤੇ ਇਹ ਚੀਜ਼ਾਂ ਨੇ ਇਹ ਬੇਅਰ ਮਿਨੀਮਮ ਸਾਡੇ ਕੋਲ ਹੋਣੀਆਂ ਚਾਹੀਦੀਆਂ। ਪਲੱਸ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਪਲੈਟਫਾਰਮਸ ਹੈ, ਜਿਸ ਤਰ੍ਹਾਂ ਕੋਈ ਵਟਸਐਪ ਫੇਸਬੁੱਕ ਤਾਂ ਹੁੰਦੇ ਸੀ ਪਹਿਲਾਂ, ਹੁਣ ਤਾਂ ਇੰਸਟਾਗ੍ਰਾਮ ਤੇ ਹੋਰ ਪਤਾ ਨੀ ਕੀ ਮਤਲਬ ਕਿ ਮੈਨੂੰ ਤਾਂ ਨਾਮ ਵੀ ਨੀ ਪਤਾ ਇੰਨੇ ਕਿ ਉਹ ਹੁੰਦੇ ਆ। ਮਤਲਬ ਇੱਕ ਬੰਦਾ ਹੁਣ ਇੰਨੇ ਸਾਰੇ ਪਲੈਟਫਾਰਮਸ ਦੇ ਉੱਤੇ, ਟਵਿੱਟਰ ਹਾਂ ਟਵਿੱਟਰ ਤੇ ਇੰਨੇ ਇੱਕ ਬੰਦਾ ਕਿੰਨੇ ਸਾਰੇ ਪਲੈਟਫਾਰਮਸ ਦੇ ਉੱਤੇ ਕੰਮ ਕਰ ਰਿਹਾ ਹੈ, ਮਤਲਬ ਦੇਖ ਰਿਹਾ ਹੈ, ਕਦੇ ਵਟਸਐਪ ਦੇਖ ਰਿਹਾ ਹੈ, ਕਦੇ ਇੰਸਟਾਗ੍ਰਾਮ ਦੇਖ ਰਿਹਾ, ਕਦੇ ਕੁਛ ਦੇਖ ਰਿਹਾ, ਕਦੇ ਮਤਲਬ ਇੰਨੀ ਜ਼ਰੂਰਤ ਨਹੀਂ ਹੈਗੀ ਕਰਨ ਦੀ। ਮਤਲਬ ਇਟ ਇਜ਼ ਜਸਟ ਅਨਨੈਸੈਸਰੀ ਵੇਸਟੇਜ ਆਫ ਟਾਈਮ। ਇਸ ਦੇ ਨਾਲੋਂ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕੀਤਾ ਜਾਏ, ਆਪਣੀ ਪੜ੍ਹਾਈ ਦੇ ਵਿੱਚ ਜਾਂ ਆਪਣੇ ਡਿਊਟੀ ਦੇ ਵਿੱਚ, ਆਪਣੇ ਜੋਬ ਦੇ ਵਿੱਚ ਜ਼ਿਆਦਾ ਫੋਕਸ ਕੀਤਾ ਜਾਏ, ਪਲੱਸ ਬਾਣੀ ਦੇ ਵਿੱਚ ਜਿਹੜਾ ਹੈਗਾ ਉਹਦੇ ਲਈ ਪੂਰਾ ਪੂਰਾ ਪੂਰੇ ਦਿਨ ਵਿੱਚ ਸਮਾਂ ਵਧੀਆ ਸਮਾਂ ਕੱਢਿਆ ਜਾਏ, ਉਹ ਜ਼ਿਆਦਾ ਜ਼ਰੂਰੀ ਹੈ। ਜੇ ਪੇਰੈਂਟਸ ਨੇ ਤਾਂ ਬੱਚਿਆਂ ਵੱਲ ਧਿਆਨ ਦਿੱਤਾ ਜਾਏ, ਮਤਲਬ ਇਹ ਸਭ ਚੀਜ਼ਾਂ ਜ਼ਿਆਦਾ ਇੰਪੋਰਟੈਂਟ ਨੇ। ਆਪਣੇ ਪਾਰਟਨਰ ਵੱਲ, ਫੈਮਿਲੀ ਵੱਲ ਧਿਆਨ ਦਿੱਤਾ ਜਾਏ, ਰਾਦਰ ਦੈਨ ਔਨ ਜਸਟ ਵੇਸਟਿੰਗ ਟਾਈਮ ਔਨ ਸੋਸ਼ਲ ਮੀਡੀਆ। ਹੁਣ ਇੱਕ ਬੜਾ ਵੱਡਾ ਇਹਦੇ ਵਿੱਚ ਇੱਕ ਚੈਲੰਜ ਆਏਗਾ ਵੀਰ ਜੀ, ਇਹਦੇ ਵਿੱਚ ਨਾ ਦੋਨਾਂ ਵਿੱਚੋਂ ਕੋਈ ਇੱਕ ਪਾਰਟਨਰ ਬਹੁਤ ਵਾਰ ਕੋਆਪਰੇਟਿਵ ਨਹੀਂ ਹੋਏਗਾ। ਹੋ ਸਕਦਾ ਹਸਬੈਂਡ ਕੋਆਪਰੇਟਿਵ ਨਾ ਹੋਵੇ, ਹੋ ਸਕਦਾ ਵਾਈਫ ਕੋਆਪਰੇਟਿਵ ਨਾ ਹੋਵੇ, ਫਿਰ ਅਗੇਨ ਉਹੀ ਕੰਮ ਕਰੇਗਾ। ਸਟੈਂਡਰਡ ਫਾਰਮੂਲਾ ਕੋਈ ਨਹੀਂ ਹੈਗਾ, ਅਸੀਂ ਹਿਊਮਨ ਬੀਂਗਸ ਹੈਗੇ ਹਾਂ। ਜੇ ਸਾਰੀ ਬਿਮਾਰੀ ਪਤਾ ਵੀ ਲੱਗ ਜੇ ਤਾਂ ਸ਼ੋਰਟੀ ਨਹੀਂ ਹੈ, ਕਿਉਂਕਿ ਮਸ਼ੀਨਸ ਨਹੀਂ ਹੈਗੇ। ਅਸੀਂ ਮਸ਼ੀਨਾਂ ਵਿੱਚ ਫਾਰਮੂਲੇ ਕੰਮ ਕਰਦੇ ਨੇ, ਔਰ ਬੰਦਿਆਂ ਵਿੱਚ ਐਨਵਾਇਰਮੈਂਟ ਤੇ ਅਪਰਚੁਨਿਟੀਜ਼ ਕੰਮ ਕਰਦੀਆਂ। ਤਾਂ ਉਹਦਾ ਲੱਭਣਾ ਪਏਗਾ, ਜਾਂ ਕਿਸੇ ਕੋਈ ਕਲੋਜ਼ ਵਨ ਹੈ ਤੁਹਾਡੇ, ਉਸਦੀ ਹੈਲਪ ਵੀ ਤੁਸੀਂ ਲੈ ਸਕਦੇ ਜਿਸ 'ਚ ਤੁਸੀਂ ਕਨਫਾਈਡ ਕਰ ਸਕੋ ਤੇ ਉਹ ਬੰਦਾ ਵਿਸ਼ਵਾਸ ਹੋਵੇ ਤੁਹਾਨੂੰ। ਲੇਕਿਨ ਇਹ ਜਿਹੜੀ ਗੱਲ ਹੁਣੇ ਪਹਿਲੇ ਆਪਾਂ ਸ਼ੇਅਰ ਕੀਤੀ ਹੈ ਕਿ ਬਹੁਤ ਵਾਰ ਨਾ ਸਾਨੂੰ ਇੰਟਰੋਸਪੈਕਸ਼ਨ ਕਰਨੀ ਪਏਗੀ ਕਿ ਇੱਦਾਂ ਤਾਂ ਨਹੀਂ ਹੈਗਾ ਵੀ ਅਸੀਂ ਜਿਹੜਾ ਕੁਛ ਕਹਿ ਰਹੇ ਹੈਗੇ ਹਾਂ ਉਹ ਤਰੀਕਾ ਹੀ ਗਲਤ ਹੈਗਾ। ਉਸ ਨੂੰ ਪੋਜ਼ਿਟਿਵ ਨੋਟ ਤੇ ਨਾ ਕਹਿ ਕੇ ਅਸੀਂ ਜਿਵੇਂ ਨੈਗੇਟਿਵ ਨੋਟ ਤੇ ਗੱਲ ਸ਼ੁਰੂ ਕਰਦੇ ਹਾਂ ਉਹ ਸਾਹਮਣੇ ਵਾਲਾ ਆਪਣਾ ਮਨ ਬੰਦ ਕਰ ਲੈਂਦਾ ਹੈ। ਇਹ ਮਤਲਬ ਕਾਫੀ ਕਾਮਨ ਜਿਹੀ ਚੀਜ਼ ਹੈ ਜਿਹੜੀ ਨੈਗੇਟਿਵ ਵਾਲੀ ਕਹਿ ਰਹੇ ਨੇ ਸਿੰਘ ਸਾਹਿਬ, ਕਿ ਵੀ ਜਦੋਂ ਆਪਾਂ ਨੈਗੇਟਿਵ ਕਿਸੇ ਦੇ ਬਾਰੇ ਨੈਗੇਟਿਵ ਬੋਲੀਏ ਤੇ ਉਹ ਨੈਗੇਟਿਵ ਵਾਈਬਸ ਉਹ ਫਟਾਫਟ ਉਹ ਬੰਦੇ ਦੇ ਮਨ ਫੜ ਲੈਂਦਾ, ਕਿਉਂਕਿ ਜਦੋਂ ਵੀ ਸਾਡੇ ਮਨ ਚ ਕਿਸੇ ਦੇ ਪ੍ਰਤੀ ਨੈਗੇਟਿਵਿਟੀ ਆਉਂਦੀ ਹੈ, ਚਾਹੇ ਉਹ ਬੰਦਾ ਸਾਡੇ ਸਾਹਮਣੇ ਬੈਠਾ ਹੈ ਜਾਂ ਸਾਡੇ ਸਾਹਮਣੇ ਨਹੀਂ ਵੀ ਬੈਠਾ, ਸਾਡੇ ਤੋਂ 1000 ਕਿਲੋਮੀਟਰ ਦੂਰ ਵੀ ਹੈ ਨਾ, ਤੇ ਜਿੱਦਾਂ ਹੀ ਸਾਡੇ ਮਨ ਚ ਉਹਦੇ ਲਈ ਨੈਗੇਟਿਵਿਟੀ ਆਏਗੀ ਨਾ, ਉਹਦੇ ਮਨ ਚ ਵੀ ਸਾਡੇ ਲਈ ਨੈਗੇਟਿਵਿਟੀ ਆ ਜਾਏਗੀ। ਇਹ ਨੈਚੁਰਲ ਯੂਨੀਵਰਸਲ ਲਾਅ ਹੁੰਦਾ। ਤੇ ਜੇ ਸਾਡੇ ਅਸੀਂ ਕਿਸੇ ਲਈ ਪੋਜ਼ਿਟਿਵ ਸੋਚ ਰਹੇ ਹਾਂ ਤੇ ਮੋਸਟ ਪ੍ਰੋਬਲੀ ਉਹ ਵੀ ਸਾਡੇ ਲਈ ਪੋਜ਼ਿਟਿਵ ਹੀ ਸੋਚ ਰਿਹਾ ਹੁੰਦਾ। ਤੇ ਇਹ ਜਿਹੜਾ ਹੈਗਾ ਫਾਰਮੂਲਾ ਜਿਹੜਾ ਆਪਣੀ, ਔਰ ਫੈਮਿਲੀ ਤਾਂ ਇੰਨੀ ਕਲੋਜ਼ ਹੁੰਦੀ ਹੈ
ਉਹ ਤਾਂ ਇੱਕ ਦੂਜੇ ਦੀ ਵਾਈਫ ਨੂੰ ਝਟਪਟ ਫੜਦੇ ਨੇ ਆਪਸ ਜਿਹੜੇ ਜਿੰਨੇ ਵੀ ਮੈਂਬਰ ਹੁੰਦੇ ਨੇ ਤੇ ਇਸ ਲਈ ਮਤਲਬ ਅਸੀਂ ਥੋੜਾ ਜਿਹਾ ਆਪਣੇ ਮਨ ਨੂੰ ਥੋੜਾ ਬਾਣੀ ਨਾਲ ਜ਼ਿਆਦਾ ਜੁੜੀਏ ਤਾਂ ਕਿ ਸਾਡੇ ਮਨ ਵਿੱਚੋਂ ਨੈਗੇਟਿਵਿਟੀ ਘਟੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰੀਏ ਤੇ ਜੇ ਕੋਈ ਪ੍ਰੋਬਲਮ ਆਉਂਦੀਆਂ ਵੀ ਨੇ ਸਾਨੂੰ ਤੇ ਅਰਦਾਸ ਇੱਕ ਬਹੁਤ ਵੱਡਾ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਦਿੱਤੀ ਹੈ ਆਪਣਾ ਥੋੜਾ ਨਿਤਨੇਮ ਅਸੀਂ ਵਧਾ ਸਕਦੇ ਹਾਂ ਬਾਣੀ ਦਾ ਗੁਰੂ ਸਾਹਿਬ ਜੀ ਦੇ ਹੁਕਮਨਾਮਾ ਲੈ ਕੇ ਸਹਿਜ ਪਾਠ ਕਰਕੇ ਅਸੀਂ ਗੁਰੂ ਸਾਹਿਬ ਜੀ ਦੇ ਤੋਂ ਸੇਧ ਵੀ ਲੈ ਸਕਦੇ ਹਾਂ ਕਿ ਬਈ ਸਾਨੂੰ ਇਹ ਸਿਚੁਏਸ਼ਨ ਹੈਗੀ ਹੈ ਚਾਹੇ ਉਹ ਪਰਿਵਾਰਿਕ ਸਿਚੁਏਸ਼ਨ ਹੋਏ ਚਾਹੇ ਆਪਣੀ ਲਾਈਫ ਵਿੱਚ ਹੋਏ ਕਿਸੇ ਤਰ੍ਹਾਂ ਦੀ ਵੀ ਕੋਈ ਸਿਚੁਏਸ਼ਨ ਹੋਏ ਚਾਹੇ ਪ੍ਰੋਫੈਸ਼ਨਲ ਲਾਈਫ ਵਿੱਚ ਹੋਏ ਗੁਰੂ ਮਹਾਰਾਜ ਹਮੇਸ਼ਾ ਸਾਨੂੰ ਅਗਵਾਈ ਦਿੰਦੇ ਨੇ ਮਤਲਬ ਉਹ ਕਿਤੇ ਨਾ ਸਾਡੀ ਆਪਣੀ ਹੋਮੇ ਹੀ ਆੜੇ ਆ ਜਾਂਦੀ ਹੈ ਸਾਡੀ ਆਪਣੀ ਈਗੋ ਹੀ ਆੜੇ ਆ ਜਾਂਦੀ ਹੈ ਕਿ ਸਾਨੂੰ ਲੱਗਦਾ ਕਿ ਅਗਲਾ ਬੰਦਾ ਤਾਂ ਘਟਿਆ ਹੈਗਾ ਜਾਂ ਘਟਿਆ ਨਾ ਵੀ ਹੋਏ ਤੇ ਮਤਲਬ ਇਹ ਉਹਦੇ ਚ ਕਮੀ ਹੈਗੀ ਹੈ ਮੇਰੇ ਵਿੱਚ ਕਮੀ ਨਹੀਂ ਹੈਗੀ ਪਰ ਮੇਰੇ ਪਾਰਟਨਰ ਵਿੱਚ ਇਹ ਕਮੀ ਹੈ ਉਹ ਮੇਰੀ ਮੈਂ ਤਾਂ ਉਹਦੀ ਬਹੁਤ ਪਰਵਾਹ ਕਰਦਾ ਪਰ ਉਹ ਮੇਰੀ ਪਰਵਾਹ ਘੱਟ ਕਰਦਾ ਹੈ ਮੈਂ ਤਾਂ ਉਹਦੀ ਰਿਸਪੈਕਟ ਜ਼ਿਆਦਾ ਕਰਦਾ ਪਰ ਉਹ ਮੇਰੀ ਰਿਸਪੈਕਟ ਘੱਟ ਕਰਦਾ ਹੈ ਕਈ ਵਾਰ ਬਹੁਤ ਵਾਰ ਇਹ ਚੀਜ਼ ਹੁੰਦੀ ਹੈ ਪਰ ਸਾਨੂੰ ਲੱਗਦਾ ਨਹੀਂ ਹੈ ਕਿਉਂ ਪਰ ਉਹਦੇ ਲਈ ਸਵੈ ਚਿੰਤਨ ਦੀ ਸੈਲਫ ਇੰਟਰੋਸਪੈਕਸ਼ਨ ਦੀ ਜ਼ਰੂਰਤ ਹੈ ਕਿ ਅਸੀਂ ਆਪਣਾ ਇੰਟਰੋਸਪੈਕਟ ਕਰੀਏ ਕਿ ਕਿਤੇ ਇਹ ਤਾਂ ਨਹੀਂ ਕਿ ਕਿਤੇ ਨਾ ਕਿਤੇ ਅਸੀਂ ਵੀ ਗਲਤ ਇਹ ਨਹੀਂ ਕਹਿ ਰਹੀ ਕਿ ਦੂਜਾ ਵੀ ਬੰਦਾ ਵੀ ਤਾਂ ਗਲਤ ਹੋ ਸਕਦਾ ਹੈ ਪਰ ਹੋ ਸਕਦਾ ਹੈ ਕਿ ਆਪਾਂ ਦੋਨੋਂ ਹੀ ਗਲਤ ਹੋਈਏ ਤੇ ਉਹ ਆਪਣੀ ਦੋਨਾਂ ਦੀ ਜਿਹੜੀ ਛੋਟੀ ਇੱਕ ਛੋਟੀ ਗਲਤੀ ਮੇਰੀ ਤੇ ਇੱਕ ਛੋਟੀ ਗਲਤੀ ਉਹਨਾਂ ਦੀ ਤੇ ਦੋਨੋਂ ਰਲ ਕੇ ਵੱਡੀ ਗਲਤੀ ਬਣ ਜਾਂਦੇ ਨੇ ਏਦਾਂ ਵੀ ਹੋ ਸਕਦਾ ਹੈ ਕਿ ਅਸੀਂ ਕਈ ਵਾਰ ਆਪਣੇ ਅਸੀਂ ਫੀਲਿੰਗਸ ਨੂੰ ਜਾਂ ਆਪਣੀ ਜੋ ਕਹਿਣ ਦਾ ਸੈਂਸ ਹੈ ਜਾਂ ਕਹਿਣ ਦਾ ਮਤਲਬ ਜੋ ਅਸੀਂ ਚਾਹੁੰਦੇ ਹਾਂ ਕਹਿਣਾ ਐਕਸਪ੍ਰੈਸ ਹੀ ਨਹੀਂ ਕਰ ਪਾਉਂਦੇ ਸਾਡੇ ਵਰਡਸ ਗਲਤ ਹੋ ਜਾਂਦੇ ਨੇ ਜਾਂ ਸਾਡੀ ਨੈਗੇਟਿਵਿਟੀ ਹੁੰਦੀ ਹੈ ਉਹਦੇ ਵਿੱਚ ਜਦੋਂ ਨੈਗੇਟਿਵਿਟੀ ਹੁੰਦੀ ਨਾ ਉਹਦਾ ਰਿਜ਼ਲਟ ਕਦੇ ਪੋਜ਼ਿਟਿਵ ਨਹੀਂ ਹੁੰਦਾ ਕਈ ਵਾਰ ਨਾ ਟਾਈਮਿੰਗ ਬਹੁਤ ਮੈਟਰ ਕਰਦਾ ਇਹ ਖਾਸ ਕਰ ਮੈਂ ਛੋਟਾ ਹੁੰਦਾ ਬਚਪਨ ਚ ਸੁਣਦਾ ਹੁੰਦਾ ਸੀ ਗੱਲਾਂ ਆਪਣੇ ਘਰ ਦੇ ਵਿੱਚ ਕਿ ਜਦੋਂ ਵੱਡੇ ਲੋਕ ਗੱਲ ਕਰਦੇ ਸੀ ਰਿਸ਼ਤੇਦਾਰ ਚ ਇਕੱਠੇ ਹੋਏ ਮੰਮੀ ਡੈਡੀ ਜਾਂ ਮੰਨ ਲਓ ਮੈਂ ਨਾਨਕੇ ਗਿਆ ਤੇ ਮੇਰੇ ਮੰਮੀ ਉੱਥੇ ਗੱਲ ਕਰ ਤੇ ਮੇਰੇ ਮੰਮੀ ਕਈਆਂ ਨੂੰ ਸਮਝਾਉਂਦੇ ਸੀਗੇ ਖਾਸ ਕਰ ਲੇਡੀਜ਼ ਨੇ ਉਦੋਂ ਅਸੀਂ ਛੋਟੇ ਬੱਚੇ ਹੁੰਦੇ ਸੀ ਸਾਨੂੰ ਸਮਝ ਨਹੀਂ ਸੀ ਆਉਂਦੀ ਹੁਣ ਮੈਂ ਲੇਕਿਨ ਬੈਕ ਜਦੋਂ ਯਾਦ ਕਰਦਾ ਉਹ ਕਹਿੰਦੇ ਸੀਗੇ ਵੀ ਜਦੋਂ ਹਸਬੈਂਡ ਘਰ ਆਵੇ ਨਾ ਕੰਮ ਤੋਂ ਉਦੋਂ ਸ਼ਿਕਾਇਤ ਨਹੀਂ ਕਰਨੀ ਉਹ ਹੁਣ ਮੈਨੂੰ ਸਮਝ ਆ ਰਹੀ ਹੈ ਉਸ ਚੀਜ਼ ਦੀ ਜਦੋਂ ਮੇਰਾ ਆਪਣਾ ਵਿਆਹ ਹੋਇਆ ਉਸ ਤੋਂ ਬਾਅਦ ਹੁੰਦਾ ਕਿ ਇਹ ਬੰਦਾ ਥੱਕ ਕੇ ਜਦੋਂ ਘਰ ਆਉਂਦਾ ਨਾ ਉਹ ਬਹੁਤ ਸਾਰੀ ਫੀਲਿੰਗਸ ਆਪਣੇ ਮਨ ਚ ਲੈ ਕੇ ਆਉਂਦਾ ਵੀ ਮੈਂ ਅੱਜ ਇਹ ਵਾਲੀ ਗੱਲ ਕਰਨੀ ਹੈ ਜਿਸ ਤਰ੍ਹਾਂ ਅਸੀਂ ਸੌਂ ਕੇ ਥਕਾਨ ਉਤਾਰਦੇ ਹਾਂ ਨਾ ਜੀ ਸਰੀਰਕ ਥਕਾਨ ਸਾਡੀ ਉਤਰਦੀ ਹੈ ਇਸ ਤਰ੍ਹਾਂ ਹੀ ਜਦੋਂ ਅਸੀਂ ਕਿਤੋਂ ਵੀ ਆਉਂਦੇ ਹਾਂ ਨਾ ਸਾਡਾ ਮਨ ਭਰਿਆ ਹੁੰਦਾ ਅਸੀਂ ਗੱਲਾਂ ਕਰਕੇ ਘਰ ਵਿੱਚ ਆ ਕੇ ਆਪਣੀ ਮਾਨਸਿਕ ਉਹ ਵੀ ਥਕਾਨ ਸਾਡੀ ਉਤਰਦੀ ਹੈ ਮੈਂ ਜੇ ਰੂਟੀਨ ਦਾ ਵੀ ਕੰਮ ਕਰਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਫ਼ਤਰ 'ਚ ਕਰਕੇ ਘਰ ਆਇਆ ਵਾਂ ਤੇ ਮੇਰਾ ਮਨ ਹੈ ਕਿ ਮੈਂ ਆਪਣੇ ਫੈਮਿਲੀ ਨਾਲ ਆਪਣੀ ਵਾਈਫ ਨਾਲ ਆਪਣੇ ਬੱਚਿਆਂ ਨਾਲ ਜੇ ਮੇਰੇ ਘਰ 'ਚ ਪੇਰੈਂਟਸ ਨੇ ਤੇ ਉਹਨਾਂ ਨਾਲ ਉਹ ਜਿਹੜੀਆਂ ਮੈਂ ਅੱਧਾ ਘੰਟਾ ਇੱਕ ਘੰਟਾ ਗੱਲਾਂ ਕਰਦਾ ਉਸ ਦੇ ਨਾਲ ਮੇਰਾ ਜਿਹੜਾ ਬੈਕ ਆਫ ਦਾ ਮਾਇੰਡ ਆ ਮੇਰੇ ਰਿਲੈਕਸੇਸ਼ਨ ਆਉਂਦੀ ਹੈ ਉਸ ਦੇ ਨਾਲ ਉਹ ਬੜਾ ਜ਼ਰੂਰੀ ਹੈ ਟਾਈਮਿੰਗ ਜਦੋਂ ਜੇ ਤੁਸੀਂ ਕੋਈ ਸ਼ਿਕਾਇਤ ਕਰਨੀ ਹੈ ਤੇ ਉਹ ਧਿਆਨ ਰੱਖਿਆ ਜਾਏ ਕਿ ਕਿਹੜੇ ਟਾਈਮ ਤੇ ਕਰਨੀ ਜਦੋਂ ਉਹਦਾ ਮਾਇੰਡ ਰਿਲੈਕਸ ਹੋ ਗਿਆ ਇਹ ਨਹੀਂ ਹੈ ਕਿ ਉਹ ਘਰ ਵੜਿਆ ਤੇ ਤੁਸੀਂ ਕਹੋ ਜੀ ਅੱਜ ਤਾਂ ਬੱਚੇ ਨੇ ਜੀ ਇਹ ਸਮਾਨ ਤੋੜ ਦਿੱਤਾ ਸ਼ਿਕਾਇਤ ਕਰਨੀ ਸ਼ੁਰੂ ਕਰਤੀ ਜਾਂ ਤੁਹਾਡੀ ਮਦਰ ਇਨ ਲਾਅ ਨੇ ਕੁਛ ਕਿਹਾ ਤੇ ਉਹ ਲੇਡੀ ਜਿਹੜੀ ਹੈ ਉਹ ਘਰ ਵੜਦੇ ਹੀ ਹਸਬੈਂਡ ਨੂੰ ਸ਼ਿਕਾਇਤ ਕਰੇ ਵੀ ਇਹਨੇ ਅੱਜ ਇਸ ਤਰ੍ਹਾਂ ਕਰ ਦਿੱਤਾ ਕੋਈ ਪ੍ਰੋਬਲਮ ਹੋ ਜਾਏਗੀ ਸੋ ਉਹ ਜਿਹੜਾ ਹੈਗਾ ਉਹ ਆਲਰੇਡੀ ਇੱਕ ਟੈਂਸ ਮਾਇੰਡ ਹੁੰਦਾ ਉਹਦੇ ਵਿਚਕਾਰ ਹੋਰ ਉਹਨੂੰ ਜ਼ਿਆਦਾ ਉੱਤੇ ਚੜਾ ਦਿੰਦੇ ਉਹ ਫਿਰ ਉਹਨੂੰ ਗੁੱਸੇ 'ਚ ਆ ਜਾਂਦਾ ਤੇ ਹੁਣ ਅੱਜ ਦੇ ਸੀਨ ਵਿੱਚ ਜਿਹੜੇ ਨਾ ਅੱਜ ਦੇ ਸਿਨੈਰੀਓ ਦੇ ਵਿੱਚ ਇਹ ਚੀਜ਼ਾਂ ਦੋਨੋਂ ਪਾਰਟਨਰਸ ਲਈ ਟਰੂ ਨੇ ਅੱਗੇ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਕਿ ਲੇਡੀਜ਼ ਨੇ ਇਹ ਚੀਜ਼ ਦਾ ਧਿਆਨ ਰੱਖਣਾ ਹੁੰਦਾ ਸੀਗਾ ਕਿ ਬੰਦਾ ਕਿਉਂਕਿ ਬੰਦੇ ਬਾਹਰੋਂ ਆਉਂਦੇ ਸੀ ਤੇ ਲੇਡੀਜ਼ ਘਰ ਰਹਿੰਦੀਆਂ ਸੀ ਆਮ ਤੌਰ ਤੇ ਪਰ ਹੁਣ ਸਿੰਸ ਦੋਨੋਂ ਪਾਰਟਨਰਸ ਵਰਕਿੰਗ ਹੁੰਦੇ ਨੇ ਕਾਫੀ ਸਾਰੇ ਫੈਮਿਲੀਜ਼ ਦੇ ਵਿੱਚ ਕਿ ਉਹ ਲੇਡੀ ਵੀ ਬਾਹਰੋਂ ਆਉਂਦੀ ਹੈ ਤੇ ਬੰਦਾ ਤੇ ਦੋਨੋਂ ਹੀ ਥੱਕੇ ਹੁੰਦੇ ਨੇ ਤੇ ਜੇ ਬੰਦਾ ਘਰ ਹੈ ਉਸ ਟਾਈਮ ਤੇ ਲੇਡੀ ਬਾਹਰੋਂ ਆ ਰਹੀ ਹੈ ਤੇ ਮਤਲਬ ਦੋਨਾਂ ਨੇ ਹੀ ਧਿਆਨ ਰੱਖਣਾ ਇਸ ਚੀਜ਼ ਦਾ ਜਨਰਲ ਜੀ ਚੀਜ਼ ਹੈ ਕਿ ਬਈ ਜੇ ਕੋਈ ਵੀ ਬੰਦਾ ਬਾਹਰੋਂ ਆ ਰਿਹਾ ਹੈ ਡਿਊਟੀ ਕਰਕੇ ਜੋਬ ਕਰਕੇ 6 ਘੰਟੇ 8 ਘੰਟੇ 10 ਘੰਟੇ ਕੰਮ ਕਰਕੇ ਆ ਰਿਹਾ ਤੇ ਆਉਂਦਿਆਂ ਹੀ ਉਹਨੂੰ ਮਤਲਬ ਇੱਕਦਮ ਮਸਲੇ ਨਾ ਦੱਸੇ ਜਾਣ ਆਉਂਦਿਆਂ ਹੀ ਜਿਹੜਾ ਅੱਧਾ ਘੰਟਾ ਉਹਨੂੰ ਦੇ ਦਿੱਤਾ ਜਾਏ ਥੋੜਾ ਜਿਹਾ ਰਿਲੈਕਸ ਕਰਨ ਲਈ ਉਸ ਤੋਂ ਬਾਅਦ ਅਸੀਂ ਥੋੜਾ ਉਹਨੂੰ ਡਿਸਕਸ ਕਰ ਸਕਦੇ ਹਾਂ ਜੇ ਕੋਈ ਪ੍ਰੋਬਲਮ ਵੀ ਹੈ ਤੇ ਉਹਨੂੰ ਡਿਸਕਸ ਕੀਤਾ ਜਾ ਸਕਦਾ ਪਰ ਥੋੜੀ ਜਿਹੀ ਦੇਰ ਬਾਅਦ ਇੱਕਦਮ ਨਹੀਂ ਜੀ ਮੈਨੂੰ ਲੱਗਦਾ ਇਸ ਸੈਸ਼ਨ ਦੇ ਵਿੱਚ ਕਾਫੀ ਸਾਰੇ ਪੁਆਇੰਟ ਸਾਨੂੰ ਭੈਣ ਜੀ ਤੇ ਵੀਰ ਜੀ ਨੇ ਸ਼ੇਅਰ ਕਰ ਦਿੱਤੇ ਤੇ ਸ਼ਾਇਦ ਸਾਰਿਆਂ ਨੇ ਨੋਟ ਵੀ ਕੀਤੇ ਹੋਣਗੇ ਮੈਨੂੰ ਇੱਕ ਬੜਾ ਵੱਡਾ ਜਿਹੜਾ ਵੈਲਿਊਬਲ ਟਿਪ ਇਸ ਚੀਜ਼ ਦੇ ਵਿੱਚੋਂ ਨਜ਼ਰ ਆ ਰਿਹਾ ਹੈ ਕਿ ਸਾਨੂੰ ਕਿਸੇ ਨਾਲ ਵੀ ਘਰ ਦੇ ਵਿੱਚ ਫੈਮਿਲੀ ਦੇ ਵਿੱਚ ਗੱਲ ਕਰਨ ਵੇਲੇ
ਸਾਡੇ ਮਾਈਂਡ 'ਚ ਨੈਗੇਟਿਵਿਟੀ ਨਹੀਂ ਹੋਣੀ ਚਾਹੀਦੀ। ਇਹ ਉਹੀ ਗੱਲ ਹੈ ਕਿ ਅਗਰ ਨੈਗੇਟਿਵ ਫੀਲਿੰਗਸ ਲਿਆਵਾਂਗੇ ਤਾਂ ਅੱਗੋਂ ਵੀ ਨੈਗੇਟਿਵ ਹੀ ਆਉਣਗੀਆਂ। ਮਤਲਬ ਖੁਸ਼ੀ ਲਿਆਵਾਂਗੇ ਤਾਂ ਖੁਸ਼ੀ ਮਿਲੇਗੀ। ਬੇਸਿਕ ਫੰਡਾ ਕੀ ਹੈ, ਅਗਰ ਅੰਬ ਬੋਵਾਂਗੇ ਤਾਂ ਅੰਬ ਉੱਗੇਗਾ, ਕੰਡਾ ਬੋਵਾਂਗੇ ਤਾਂ ਕੰਡਾ ਉੱਗੇਗਾ, ਫੁੱਲ ਬੋਵਾਂਗੇ ਤਾਂ ਫੁੱਲ ਉੱਗੇਗਾ। ਸੋ ਸਾਨੂੰ ਇੱਥੇ ਆਪਣੇ ਅੰਦਰ ਇਹ ਕੰਸਿਡਰ ਕਰਨ ਦੀ ਲੋੜ ਹੈ ਕਿ ਅਸੀਂ ਜਦੋਂ ਕੋਈ ਵੀ ਗੱਲ ਕਰ ਰਹੇ ਹਾਂ, ਆਪਸੇ ਸ਼ੇਅਰਿੰਗ ਕਰ ਰਹੇ ਹਾਂ, ਕੋਈ ਪ੍ਰੋਬਲਮ ਡਿਸਕਸ ਕਰ ਰਹੇ ਹਾਂ, ਅਸੀਂ ਨੈਗੇਟਿਵਿਟੀ ਨਾ ਕ੍ਰੀਏਟ ਕਰੀਏ, ਅਸੀਂ ਅਗਲੇ ਨੂੰ ਨੈਗੇਟਿਵ ਬਣਾਉਣ ਦੀ ਕੋਸ਼ਿਸ਼ ਨਾ ਕਰੀਏ, ਬਲਕਿ ਉਸ ਚੀਜ਼ ਨੂੰ ਸੋਰਟ ਆਊਟ ਕਰਨ ਦੀ ਕੋਸ਼ਿਸ਼ ਕਰੀਏ। ਦਿਵਜੋਤ ਸਿੰਘ ਜੀ ਦਾ ਹੈਂਡ ਰੇਜ਼ ਹੈ ਜੀ, ਆਓ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਬੜੇ ਅੱਛੇ ਵਿਚਾਰ ਚੱਲ ਰਹੇ ਨੇ ਤੇ ਮੈਂ ਸ਼ੇਅਰ ਕਰਨਾ ਚਾਹੁੰਦੀ, ਜਿਵੇਂ ਮੈਂਸ਼ਨ ਕੀਤਾ ਹੈ ਸੋਸ਼ਲ ਮੀਡੀਆ ਬਾਰੇ, ਤੇ ਅਸੀਂ ਕਿਸ ਤਰ੍ਹਾਂ ਇੰਗੇਜ ਕਰੀਏ ਸੋਸ਼ਲ ਮੀਡੀਆ ਵਿੱਚ, ਤੇ ਇਹ ਦੋ ਗੱਲਾਂ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ। ਇੱਕ ਤਾਂ ਇੱਕ ਮੈਂ ਰੀਸੈਂਟਲੀ ਕਿਤੇ ਦੇਖਿਆ ਕਿਸੇ ਨੇ ਜਿਵੇਂ ਸਟਾਇਰ ਪਾਇਆ ਵੀ ਜਦੋਂ ਅਸੀਂ ਫੋਟੋ ਪਾਉਂਦੇ ਹਾਂ ਕੋਈ ਨਾਲ ਲਿਖਤਾ ਪਲੀਜ਼ ਪ੍ਰੇਜ਼ ਮੀ, ਮਤਲਬ ਇਟਸ ਅ ਸਟਾਇਰ ਕਿ ਅਸਲੀ ਚ ਜਦੋਂ ਹਰ ਕੋਈ ਬੰਦਾ ਫੋਟੋ ਪਾਉਂਦਾ ਹੈ ਨਾ ਕਿ ਸਾਰੇ ਜਣੇ ਮੈਨੂੰ ਲਾਈਕ ਕਰਨ, ਅਸਲੀ ਚ ਅਸੀਂ ਕੀ ਕਹਿ ਰਹੇ ਹਾਂ, ਸਾਡੇ ਅੰਦਰੋਂ ਇਹ ਚਾਹ ਹੈਗੀ ਕਿ ਲੋਕੀ ਮੈਨੂੰ ਪ੍ਰੇਜ਼ ਕਰਨ। ਵੀ ਆਰ ਐਕਚੁਅਲੀ ਸੀਕਿੰਗ ਏ ਪ੍ਰੇਜ਼, ਕਿ ਇਹਦਾ ਮਤਲਬ ਹੈ ਜਿਵੇਂ ਹੁਣੇ ਕਿਹਾ ਕਿ ਅਸੀਂ ਇੰਟਰੋਸਪੈਕਸ਼ਨ ਕਰੀਏ, ਜੇ ਅਸੀਂ ਹੋਰ ਡੀਪ ਇੰਟਰੋਸਪੈਕਟ ਕਰੀਏ ਤੇ ਅੰਡਰਲਾਈਨ ਸਾਡੇ ਅੰਦਰ ਇੱਕ ਇੱਕ ਡਿਜ਼ਾਇਰ ਹੈਗੀ ਹੈ ਕਿ ਮੇਰੀ ਪ੍ਰੇਜ਼ ਹੋਵੇ, ਤੇ ਇਹਨੂੰ ਵੀ ਅਸੀਂ ਯੂਨੋ ਇਵੈਲੂਏਟ ਕਰੀਏ ਕਿ ਇਹ ਸਾਡੇ ਅੰਦਰ ਕਦੋਂ ਕਦੋਂ ਇਹ ਫੀਲਿੰਗ ਆਉਂਦੀ ਹੈ, ਤੇ ਅਸੀਂ ਸੀਕ ਕਰਦੇ ਹਾਂ ਕਿ ਸੋਸ਼ਲ ਮੀਡੀਆ ਦੇ ਥਰੂ ਸਾਨੂੰ ਇਹ ਵੈਲੀਡੇਸ਼ਨ ਮਿਲੇ। ਤੇ ਦੂਸਰਾ ਮੈਂ ਇੱਕ ਹੋਰ ਰੀਸੈਂਟਲੀ ਅਸੀਂ ਸੋਚਿਆ ਕਿ ਜਿਵੇਂ ਐਜ਼ ਅ ਕਪਲ ਹਾਊ ਮੱਚ ਡੂ ਯੂ ਪੋਸਟ ਔਨ ਸੋਸ਼ਲ ਮੀਡੀਆ। ਹੁਣ ਇੱਥੇ ਸਾਡੇ ਫਰੈਂਡਸ ਹੈਗੇ ਨੇ ਫਰੈਂਡ ਸਰਕਲ 'ਚ, ਤੇ ਅਸੀਂ ਦੇਖਦੇ ਹਾਂ ਕਈ ਲੋਕ ਬਹੁਤ ਜ਼ਿਆਦਾ ਪੋਸਟ ਕਰਦੇ ਨੇ ਤੇ ਕਈ ਲੋਕ ਬੜਾ ਘੱਟ ਕਰਦੇ ਨੇ। ਮਤਲਬ ਇਟਸ ਅ ਡਿਸੀਜਨ ਦੈਟ ਯੂ ਹੈਵ ਟੂ ਮੇਕ, ਤੁਸੀਂ ਕਿੰਨਾ ਕੁ ਆਪਣੀ ਪਰਸਨਲ ਲਾਈਫ ਸ਼ੇਅਰ ਕਰਦੇ ਹੋ ਲੋਕਾਂ ਨਾਲ, ਕਿੰਨੀ ਕੁ ਨਹੀਂ ਕਰਦੇ। ਪਰ ਇੱਕ ਮੈਂ ਬੜੀ ਅੱਛੀ ਗੱਲ ਆਈ ਕੇਮ ਅਕਰੋਸ, ਤੇ ਉਹ ਕਹਿੰਦੇ ਕਿ ਦ ਸਾਈਨ ਆਫ ਅ ਗੁੱਡ ਰਿਲੇਸ਼ਨਸ਼ਿਪ ਇਜ਼ ਨੋ ਸਾਈਨ ਆਫ ਇਟ ਔਨ ਸੋਸ਼ਲ ਮੀਡੀਆ। ਕਿਉਂਕਿ ਜੇ ਤੁਸੀਂ ਸੋਸ਼ਲ ਮੀਡੀਆ ਤੇ ਪੋਸਟ ਕਰ ਰਹੇ ਹੋ ਅੱਜ ਅਸੀਂ ਉੱਥੇ ਗਏ ਉੱਥੇ ਗਏ ਉੱਥੇ ਗਏ, ਉਸ ਬਾਅਦ ਫਿਰ ਟਰੈਕ ਕਰ ਰਹੇ ਹੋ ਜੀ ਕਿੰਨੇ ਲਾਈਕਸ ਆਏ ਕਿੰਨੇ ਕਮੈਂਟਸ ਆਏ, ਤੇ ਇਹ ਇਨ ਅ ਵੇ ਇਜ਼ ਟੇਕਿੰਗ ਅਵੇ ਫਰੋਮ ਯੋਰ ਟਾਈਮ। ਤੁਸੀਂ ਉਹੀ ਟਾਈਮ ਜਿਹੜਾ ਆਪਣੇ ਹਸਬੈਂਡ ਵਾਈਫ ਨੇ ਆਪਸ ਵਿੱਚ ਸਪੈਂਡ ਕਰਨਾ ਸੀ ਉਹ ਤੁਸੀਂ ਉੱਥੇ ਸੋਸ਼ਲ ਮੀਡੀਆ ਟਰੈਕ ਕਰਨ ਦੇ ਉੱਤੇ ਲਗਾ ਦਿੱਤਾ। ਤੇ ਆਈ ਥਿੰਕ ਇਹ ਵੀ ਅਸੀਂ ਹੋਰ ਇੰਟਰੋਸਪੈਕਟ ਕਰ ਸਕਦੇ ਹਾਂ ਕਿ ਜੇ ਅਸੀਂ ਜਿੰਨਾ ਵੀ ਸੋਸ਼ਲ ਮੀਡੀਆ ਟਾਈਮ ਲਗਾ ਰਹੇ ਹਾਂ ਵਾਟ ਆਰ ਵੀ ਟੇਕਿੰਗ ਅਵੇ ਫਰੋਮ, ਉਹ ਕਿਹੜੀ ਚੀਜ਼ ਉਹਦੇ ਕਰਕੇ ਕੰਪਰੋਮਾਈਜ਼ ਹੋ ਰਹੀ ਹੈ। ਹਾਂਜੀ, ਇਸ ਦੇ ਵਿੱਚ ਇਹਦੇ ਆਪਣੇ ਵੀ ਵਿਚਾਰ ਦਿਓ ਤੇ ਅਸੀਂ ਸੰਗਤ ਦੇ ਵੀ ਵਿਚਾਰ ਸੁਣਨਾ ਚਾਹੁੰਦੇ ਹਾਂ, ਕਿਉਂਕਿ ਬੜਾ ਕੰਪਲੈਕਸ ਏਰੀਆ ਹੈ ਇਹਦੇ ਲਈ, ਇਕੁਇਲੀਬ੍ਰਿਅਮ ਨਹੀਂ ਆ ਰਿਹਾ ਕਿ ਵਟ ਇਜ਼ ਇਕੁਇਲੀਬ੍ਰਿਅਮ ਫਾਰ ਸੋਸ਼ਲ ਮੀਡੀਆ। ਬਿਲਕੁਲ ਠੀਕ ਕਿਹਾ ਦੀ ਦਿਵਜੋਤ ਨੇ ਤੇ ਜਲਦ ਨੇ, ਬਿਲਕੁਲ ਠੀਕ ਕਿਹਾ ਹੈ ਗੱਲ ਕਿ ਆਪਣੀ ਪਰਸਨਲ ਲਾਈਫ ਨੂੰ ਸੋਸ਼ਲ ਮੀਡੀਆ ਤੇ ਡਿਸਪਲੇ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਅੱਜ ਕੱਲ੍ਹ ਕਾਫ਼ੀ ਕਾਮਨ ਚੀਜ਼ ਹੋ ਗਈ ਹੈ ਕਿ ਲੋਕ ਆਪਣੇ ਕਿਤੇ ਜਾਂਦੇ ਨੇ ਹੋਲੀਡੇ ਤੇ ਜਾਂ ਬਾਹਰ ਜਾਂਦੇ ਨੇ, ਵੈਸੇ ਹੀ ਕਿਤੇ ਰੈਸਟੋਰੈਂਟ ਵਿੱਚ 10 ਮਿੰਟ ਲਈ ਵੀ ਚਲੇ ਜਾਣ ਖਾਣਾ ਖਾਣ ਲਈ ਅੱਧੇ ਘੰਟੇ ਲਈ, ਤਾਂ ਵੀ ਉਹ ਵਿੱਚ 10 ਫੋਟੋਆਂ ਪਾ ਦਿੰਦੇ ਹੈਗੇ ਕਿ ਬਈ ਅਸੀਂ ਇੱਥੇ ਗਏ ਹਾਂ ਅਸੀਂ ਇੱਥੇ ਗਏ ਹਾਂ। ਤੇ ਬਹੁਤ ਸ਼ੌਕ ਹੈ ਲੋਕਾਂ ਨੂੰ ਅੱਛੀਆਂ ਅੱਛੀਆਂ ਡਰੈਸਿਸ ਪਾ ਕੇ ਆਪਣੀਆਂ ਫੋਟੋਜ਼ ਖਿਚਾਉਣ ਨਾਲ ਜਾਂ ਆਪਣੇ ਸਪਾਊਸ ਦੇ ਨਾਲ, ਕਿ ਲੋਕਾਂ ਨੂੰ ਫੀਲ ਹੋਏ ਕਿ ਸਾਡਾ ਆਪਸ ਵਿੱਚ ਬਹੁਤ ਅੱਛਾ ਰਿਲੇਸ਼ਨ ਚੱਲ ਰਿਹਾ ਹੈ ਇਸ ਤਰ੍ਹਾਂ, ਹੈ ਨਾ। ਸੋ ਇਹ ਬਿਲਕੁਲ ਸਹੀ ਗੱਲ ਹੈਗੀ ਕਿ ਇਹ ਵਾਲਾ ਜਿਹੜਾ ਹੈਗਾ ਈਟਸ ਅਵੇ ਯੋਰ ਟਾਈਮ, ਆਪਣੇ ਹੀ ਟਾਈਮ ਦੇ ਉੱਤੇ ਟੋਲ ਆਉਂਦਾ ਹੈ। ਉਹ ਵੀ ਸਮਾਂ ਇੱਕ ਦੂਜੇ ਦੇ ਨਾਲ ਸਪੈਂਡ ਕਰਨ ਵਿੱਚ, ਆਪਣੇ ਪਰਿਵਾਰ ਦੇ ਵਿੱਚ ਸਪੈਂਡ ਕਰਨ ਦੇ ਵਿੱਚ ਲਗਾ ਦਿੱਤਾ ਜਾਏ ਤਾਂ ਜ਼ਿਆਦਾ ਬੈਟਰ ਹੈ। ਇਹਦੇ ਵਿੱਚ ਮੈਂ ਇੱਕ ਗੱਲ ਐਡ ਕਰਾਂ ਜੀ, ਥੋੜ੍ਹਾ ਜਿਹਾ ਜਿਵੇਂ ਅਸੀਂ ਆਪਣੀ ਜੋਬ, ਸਾਡੀਆਂ ਬਹੁਤ ਸਾਰੇ ਲੋਕਾਂ ਦੀਆਂ ਜੋਬਸ ਐਸੀਆਂ ਹੋਣਗੀਆਂ ਜਿਹਨਾਂ ਨੂੰ ਵਟਸਐਪ ਮੈਸੇਜਸ ਆਉਂਦੇ ਹੋਣਗੇ। ਵਟਸਐਪ ਅੱਜ ਦੀ ਡੇਟ ਵਿੱਚ ਬਹੁਤ ਵੱਡਾ ਚੈਲੰਜ ਬਣ ਗਿਆ ਹੈ, ਇਸ ਨੂੰ ਛੱਡਿਆ ਵੀ ਨਹੀਂ ਜਾ ਰਿਹਾ ਤੇ ਇਹ ਤੁਹਾਡਾ ਰਿਲੇਸ਼ਨਸ਼ਿਪ ਖਰਾਬ ਕਰ ਰਿਹਾ ਹੈ। ਸੋ ਪਰ ਮੈਨੂੰ ਇਹ ਲੱਗਦਾ ਹੈ ਜਿਸ ਤਰ੍ਹਾਂ ਅਸੀਂ ਆਪਣੇ ਆਫਿਸ 'ਚ ਆਪਣੇ ਬੌਸ ਦਾ ਡਰ ਰੱਖਦੇ ਹਾਂ ਨਾ ਜੀ, ਇੱਦਾਂ ਅਸੀਂ ਆਪਣੇ ਘਰ ਦੇ ਵਿੱਚ ਵੀ ਥੋੜ੍ਹਾ ਜਿਹਾ ਆਪਣੇ ਪਾਰਟਨਰ ਦਾ ਡਰ ਰੱਖੀਏ। ਇਸ ਨੂੰ ਨੈਗੇਟਿਵ ਵਿੱਚ ਨਹੀਂ ਲੈਣਾ। ਮਤਲਬ ਜੇ ਜਿੱਦਾਂ ਮੈਂ ਜਦੋਂ ਆਫਿਸ 'ਚ ਆਪਣੇ ਬੌਸ ਕੋਲ ਬੈਠਦਾ ਨਾ, ਮੈਂ ਉਦੋਂ ਫੋਨ ਅਟੈਂਡ ਨਹੀਂ ਕਰਦਾ, ਮੈਂ ਉਦੋਂ ਸੋਸ਼ਲ ਮੀਡੀਆ ਵੀ ਨਹੀਂ ਦੇਖਦਾ।
ਤੇ ਜੇ ਮੈਂ ਬਹੁਤ ਮਜਬੂਰੀ 'ਚ ਦੇਖਣਾ ਤਾਂ ਮੈਂ ਚੋਰੀ ਦੇਖਦਾ ਪਤਾ ਕਿ ਉਹਨੂੰ ਇਹ ਫੀਲ ਨਾ ਹੋਵੇ ਕਿ ਮੈਂ ਉਹਦੀ ਗੱਲ ਨਹੀਂ ਸੁਣ ਰਿਹਾ ਤੇ ਇਹ ਰਿਲੇਸ਼ਨਸ਼ਿਪ ਦੀ ਕਦਰ ਹੈਗੀ ਆ ਇਹ ਬੌਸ ਦਾ ਡਰ ਇਸ ਕਰਕੇ ਨਹੀਂ ਹੈਗਾ ਵੀ ਉਹ ਡਰਾਉਂਦਾ ਹੈ ਮੈਨੂੰ ਜਾਂ ਉਹ 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 ਮੈਨੂੰ ਕੋਈ ਨੁਕਸਾਨ ਕਰਦਾ ਆਈ ਵੈਲਿਊ ਹਿਸ ਰਿਲੇਸ਼ਨਸ਼ਿਪ ਵਿਦ ਮੀ ਕਿਉਂਕਿ ਮੇਰਾ ਸੀਨੀਅਰ ਹੈ ਤੇ ਮੈਨੂੰ ਉਹਦੇ ਸਾਹਮਣੇ ਪ੍ਰੋਪਰਲੀ ਬਿਹੇਵ ਕਰਨਾ ਇਹੀ ਆਪਣੇ ਮਨ 'ਚ ਸਾਈਕੋਲੋਜੀ ਲੈ ਕੇ ਅਸੀਂ ਗੁਰੂ ਸਾਹਿਬ ਦੇ ਹਜ਼ੂਰ ਜਦੋਂ ਬੈਠਦੇ ਹਾਂ ਉਦੋਂ ਵੀ ਇਹ ਰੱਖੀਏ ਆਪਣੇ ਪਾਰਟਨਰ ਦੇ ਨਾਲ ਵੀ ਅਸੀਂ ਇਹ ਰੱਖੀਏ ਇਹਦੇ ਵਿੱਚ ਹੁਣ ਇਹ ਮਜ਼ਾਕ 'ਚ ਨਹੀਂ ਲੈਣਾ ਵੀ ਜੇ ਹਸਬੈਂਡ ਇਹ ਕਰੇ ਤਾਂ ਮਤਲਬ ਵਾਈਫ ਤੋਂ ਡਰਦਾ ਤੇ ਜੇ ਵਾਈਫ ਇਹ ਕਰਦੀ ਤਾਂ ਉਹਨਾਂ ਹਸਬੈਂਡ ਤੋਂ ਦਰਦੀ ਉਹ ਡਰ ਨਹੀਂ ਹੈਗਾ ਇਟਸ ਇਹ ਕਦਰ ਹੈਗੀ ਹੈ ਵਾਲੀ ਇਹਨੂੰ ਅਸੀਂ ਰਿਲੇਸ਼ਨਸ਼ਿਪ ਦੀ ਕੇਅਰ ਕਰਾਂਗੇ ਔਰ ਇਹ ਚੀਜ਼ ਆਪਾਂ ਆਪਣੇ ਪੇਰੈਂਟਸ ਦੇ ਉੱਤੇ ਵੀ ਬਹੁਤ ਜ਼ਰੂਰੀ ਹੈ ਸਾਡੇ ਐਲਡਰਲੀ ਪੇਰੈਂਟਸ ਹੁੰਦੇ ਨੇ ਹਨਾ ਉਹ ਮਤਲਬ ਜਿਸ ਤਰ੍ਹਾਂ ਕੋਈ ਜਿਹੜਾ ਕੋਈ ਬੱਚੇ 25-30 ਸਾਲ ਦੀ ਏਜ ਗਰੁੱਪ 'ਚ ਹੋਣਗੇ ਉਹਨਾਂ ਦੇ ਪੇਰੈਂਟਸ 50s ਦੇ ਵਿੱਚ ਹੋਣਗੇ ਤੇ ਜਿਹੜੇ ਬੱਚੇ ਜਿਸ ਤਰ੍ਹਾਂ ਹੁਣ ਸਾਡੀ ਏਜ ਵਿੱਚ ਹੈਗੇ ਆ ਉਹਨਾਂ ਦੇ ਪੇਰੈਂਟਸ 70 or 80 years ਦੇ ਏਜ ਵਿੱਚ ਹੈਗੇ ਨੇ ਉਹਨਾਂ ਨੂੰ ਮਤਲਬ ਹੈਗਾ ਚਾਹੇ ਕਿਸੇ ਵੀ ਏਜ ਗਰੁੱਪ ਵਿੱਚ ਪੇਰੈਂਟਸ ਹੋਣ ਪੇਰੈਂਟਸ ਆਰ ਆਲਵੇਜ਼ ਪੇਰੈਂਟਸ ਤੇ ਉਹਨਾਂ ਦੀ ਜਿਹੜੀ ਕਦਰ ਹੈਗੀ ਆ ਉਹ ਅਟਮੋਸਟ ਮਤਲਬ ਸਭ ਤੋਂ ਇੰਪੋਰਟੈਂਟ ਹੈਗੀ ਉਹਨਾਂ ਦੀ ਵੈਲਿਊ ਕਰਨਾ ਸੋ ਉਹਨਾਂ ਦੇ ਸਾਹਮਣੇ ਵੀ ਜਦੋਂ ਤੁਸੀਂ ਬੈਠੇ ਉਹਨਾਂ ਨਾਲ ਗੱਲ ਕਰ ਰਹੇ ਹੋ ਇਸ ਤਰ੍ਹਾਂ ਮੰਮੀ ਪਾਪਾ ਕੋਈ ਗੱਲ ਸ਼ੇਅਰ ਕਰ ਰਹੇ ਤੁਹਾਡੇ ਨਾਲ ਆਪਾਂ ਉਹਨਾਂ ਦੇ ਨਾਲ ਕੋਈ ਗੱਲ ਕਰ ਰਹੇ ਤੇ ਇਹ ਨਹੀਂ ਕਿ ਵਿੱਚ ਆਪਾਂ ਵਿੱਚ ਫੋਨ ਵੀ ਸੁਣੀ ਜਾ ਰਿਹਾ ਵਿੱਚ ਮੈਸੇਜ ਵੀ ਵੇਖੀ ਜਾ ਰਿਹਾ ਦੇ ਸ਼ੁੱਡ ਨੋਟ ਫੀਲ ਕਿ ਬਈ ਮੈਂ ਗੱਲ ਕਰ ਰਿਹਾ ਜਾਂ ਕਰ ਰਹੀ ਹਾਂ ਤੇ ਇਹ ਇਹ ਸੁਣ ਹੀ ਨਹੀਂ ਰਿਹਾ ਮਤਲਬ ਤੁਹਾਡੀ ਬੋਡੀ ਲੈਂਗੁਏਜ ਇਸ ਤਰ੍ਹਾਂ ਹੋਣੀ ਚਾਹੀਦੀ ਤਾਂ ਕਿ ਉਹਨਾਂ ਨੂੰ ਵੀ ਇੰਪੋਰਟੈਂਸ ਫੀਲ ਹੋਏ ਔਰ ਜਿਹੜੀ ਜਲਨਿੰਦ ਕੌਰ ਨੇ ਗੱਲ ਕੀਤੀ ਹੈ ਬੇਟੇ ਬੱਚੀ ਨੇ ਕਿ ਬਈ ਸਾਨੂੰ ਐਪਰੀਸੀਏਸ਼ਨ ਦੀ ਵਾਂਟ ਹੈਗੀ ਹੈ ਉਹ ਐਪਰੀਸੀਏਸ਼ਨ ਦੀ ਵਾਂਟ ਆਪਾਂ ਸੋਸ਼ਲ ਮੀਡੀਆ ਤੋਂ ਕਿਉਂ ਸੀਕ ਕਰੀਏ ਉਹ ਅਸੀਂ ਇੱਕ ਦੂਸਰੇ ਨੂੰ ਫੈਮਿਲੀ ਦੇ ਵਿੱਚ ਹੀ ਐਪਰੀਸ਼ੀਏਟ ਕਰੀਏ ਕਿਉਂਕਿ ਹਰੇਕ ਦੇ ਵਿੱਚ ਗੁਰੂ ਮਹਾਰਾਜ ਦਾ ਵੀ ਹੁਕਮ ਹੈਗਾ ਕਿ ਦੂਸਰਿਆਂ ਤੋਂ ਗੁਣ ਲੈਣੇ ਗੁਣ ਵੇਖਣੇ ਨੇ ਇੱਕ ਦੂਜੇ ਦੇ ਵਿੱਚ ਤੇ ਔਗੁਣਾਂ ਨੂੰ ਛੱਡਣਾ ਹੈ ਸੋ ਅਸੀਂ ਹੁਣ ਐਕਚੁਅਲੀ ਕਿ ਰਿਵਰਸ ਮੋਡ ਤੇ ਚੱਲਦੇ ਹਾਂ ਅੱਜ ਕੱਲ੍ਹ ਬੈਕ ਗੇਅਰ ਲਾ ਲੈਂਦੇ ਕਈ ਵਾਰ ਕਿ ਬਈ ਆਪਾਂ ਨਾ ਮਤਲਬ ਦੂਜਿਆਂ ਦੇ ਔਗੁਣ ਵੇਖ ਲੈਂਦੇ ਹਾਂ ਤੇ ਦੂਜਿਆਂ ਦੇ ਗੁਣ ਨਹੀਂ ਦੇਖਦੇ ਸੋ ਹਰੇਕ ਦੇ ਵਿੱਚ ਗੁਣ ਔਗੁਣ ਦੋਨੋਂ ਹੁੰਦੇ ਨੇ ਜੇ ਅਸੀਂ ਥੋੜਾ ਜਿਹਾ ਔਗੁਣ ਨਾਲ ਨੂੰ ਇਗਨੋਰ ਕਰੀਏ ਔਰ ਗੁਣਾਂ ਨੂੰ ਵੇਖੀਏ ਤਾਂ ਫਿਰ ਅਸੀਂ ਇੱਕ ਦੂਸਰੇ ਤੇ ਉਹਨੂੰ ਐਪਰੀਸ਼ੀਏਟ ਵੀ ਕਰ ਸਕਦੇ ਹਾਂ ਇੱਕ ਦੂਸਰੇ ਨੂੰ ਕਹੀਏ ਵੀ ਇਹ ਚੀਜ਼ ਪ੍ਰੇਜ਼ ਵੀ ਕਰੀਏ ਘਰ ਦੇ ਵਿੱਚ ਉਸ ਦੇ ਨਾਲ ਦੂਸਰੇ ਦਾ ਸੈਲਫ ਕੌਨਫੀਡੈਂਸ ਬੂਸਟ ਅਪ ਹੁੰਦਾ ਹੈ ਉਹਦੇ ਨਾਲ ਉਹ ਪਲੱਸ ਫੈਮਿਲੀ ਦੇ ਵਿੱਚ ਇੱਕ ਪੋਜ਼ਿਟਿਵ ਮਾਹੌਲ ਆਉਂਦਾ ਹੈ ਇੱਥੇ ਇੱਕ ਰਾਈਡਰ ਹੈ ਜੀ ਛੋਟਾ ਜਿਹਾ ਇਹ ਜਿਹੜੇ ਦੂਜੇ ਦੇ ਗੁਣ ਵੇਖਣੇ ਨੇ ਨਾ ਇਹ ਵੀ ਧਿਆਨ ਰੱਖਣੀ ਵੀ ਵੇਖਣਾ ਕੀ ਹੈ ਜਿਹੜੇ ਅਫਸਰਾਂ ਦੀ ਕੰਪਨੀ ਹੁੰਦੀ ਹੈ ਨਾ ਮੈਂ ਉਹਦੀ ਐਗਜ਼ਾਮਪਲ ਸ਼ੇਅਰ ਕਰ ਸਕਦਾ ਤੁਹਾਡੇ ਨਾਲ ਕਿ ਸਾਡਾ ਇੱਕ ਦੋਸਤ ਉਹ ਇੱਕ ਨਵਾਂ ਫੋਨ ਲੈ ਕੇ ਆਇਆ ਅੱਜ ਕੱਲ੍ਹ ਆਈਫੋਨ ਦਾ ਬੜਾ ਕਰੇਜ਼ ਹੈ ਲੋਕਾਂ 'ਚ ਅਤੇ ਉਹ ਦਿਖਾਉਣ ਲੱਗ ਪਿਆ ਦੂਸਰਿਆਂ ਨੂੰ ਔਰ ਉਹਨੇ ਇਹ ਗੱਲ ਕਹੀ ਵੀ ਮੈਂ ਇੱਕ ਮੀਟਿੰਗ 'ਚ ਗਿਆ ਸੀਗਾ ਉੱਥੇ ਫਲਾਂ ਸਟੇਟ ਦੇ ਚੀਫ ਮਿਨਿਸਟਰ ਕੋਲੋਂ ਇਹ ਵਾਲਾ ਫੋਨ ਸੀਗਾ ਸੋ ਹੀ ਵਾਜ਼ ਗਾਈਡਡ ਬਾਏ ਉਹ ਵਾਲੇ ਚੀਫ ਮਿਨਿਸਟਰ ਦੇ ਕੋਲ ਫੋਨ ਕਿਹੜਾ ਸੀ ਉੱਥੋਂ ਇਹ ਆਪਣੇ ਵੱਲੋਂ ਗੁਣ ਲੈ ਕੇ ਆਇਆ ਪਰ ਇਹ ਗੁਣ ਨਹੀਂ ਹੈਗਾ ਇਹ ਵਾਲਾ ਇਹ ਤਾਂ ਮਟੀਰੀਅਲਿਜ਼ਮ ਹੈ ਗੁਣ ਨੂੰ ਗੁਣ ਇਸ ਤਰ੍ਹਾਂ ਹੀ ਲੋਕ ਇੱਕ ਦੂਜੇ ਦੀ ਡਰੈਸ ਸੈਂਸ ਤੋਂ ਕੱਪੜੇ ਖਰੀਦ ਲੈਂਦੇ ਨੇ ਗਹਿਣੇ ਖਰੀਦ ਲੈਂਦੇ ਨੇ ਟੀਵੀ ਤੋਂ ਵੇਖ ਕੇ ਵੀ ਖਰੀਦ ਲੈਂਦੇ ਨੇ ਇੱਥੋਂ ਤੱਕ ਕਿ ਲੋਕ ਇੱਕ ਦੂਜੇ ਦੀਆਂ ਗੱਲਾਂ ਕਰਨ ਦਾ ਸਟਾਈਲ ਵੀ ਕਾਪੀ ਕਰਦੇ ਨੇ ਉਹਨੂੰ ਉਹ ਕਿਸੇ ਨੂੰ ਡਾਂਟ ਕਿਵੇਂ ਲਗਾਉਂਦਾ ਉਹ ਗਾਲਾਂ ਕਿਹੜੀਆਂ ਕੱਢਦਾ ਉਹ ਮਜ਼ਾਕ ਕਿਹੜੇ ਕਿਹੜੇ ਕਰਦਾ ਉਹ ਸ਼ੂਜ਼ ਕਿੱਦਾਂ ਦੇ ਪਾਉਂਦਾ ਉਹ ਕੱਪੜੇ ਕਿਸ ਤਰ੍ਹਾਂ ਦੇ ਪਾਉਂਦਾ ਉਹ ਖਾਣਾ ਕਿਸ ਤਰ੍ਹਾਂ ਦਾ ਖਾਂਦਾ ਇਹ ਇਹ ਮਾਫ਼ ਕਰਨਾ ਇਹ ਗੁਣ ਨਹੀਂ ਹੈਗੇ ਇਹਨਾਂ ਚੋਂ ਇੱਕ ਵੀ ਗੁਣ ਨਹੀਂ ਹੈਗਾ ਇਹ ਇਹ ਬੇਕਾਰ ਦੀਆਂ ਚੀਜ਼ਾਂ ਨੇ ਔਰ ਇਹ ਬਹੁਤ ਜ਼ਿਆਦਾ ਕਾਪੀ ਕਲਚਰ ਜਿਹੜਾ ਸਾਡੇ ਸਮਾਜ ਵਿੱਚ ਚੱਲ ਪਿਆ ਹੈ ਚਾਹੇ ਅਸੀਂ ਉਹ ਫਿਜ਼ੀਕਲ ਇੰਟਰੈਕਸ਼ਨ ਤੋਂ ਕਾਪੀ ਕਰਦੇ ਹਾਂ ਅਸੀਂ ਮਿਲ ਕੇ ਆਏ ਕਿਸੇ ਨੂੰ ਵੇਖ ਕੇ ਆਏ ਜਾਂ ਅਸੀਂ ਸੋਸ਼ਲ ਮੀਡੀਆ ਦੇ ਥਰੂ ਇਸ ਨੂੰ ਪਿੱਕ ਕਰ ਲਿਆ ਸੋ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਜਿਹੜੀਆਂ ਗੁਣਾਂ ਦੀ ਗੱਲ ਹੋ ਰਹੀ ਹੈ ਨਾ ਸਾਡੀ ਡਿਸਕਸ਼ਨ ਵਿੱਚ ਇਹ ਗੁਣ ਉਹ ਨੇ ਜਿਹੜੇ ਤੁਹਾਡੀ ਜ਼ਿੰਦਗੀ ਨੂੰ ਉੱਚਾ ਲੈ ਕੇ ਜਾਂਦੇ ਨੇ ਚਾਹੇ ਤਾਂ ਤੁਹਾਡੇ ਪਰਿਵਾਰਕ ਜੀਵਨ ਵਿੱਚ ਜਾਂ ਤੁਹਾਡੇ ਸਪਿਰਚੁਅਲ ਜੀਵਨ ਵਿੱਚ ਸੋ ਇਹ ਇਹ ਵਾਲੇ ਗੁਣਾਂ ਨੂੰ ਗ੍ਰਹਿਣ ਕਰਨਾ ਨਾ ਕਿ ਇਹ ਦੂਸਰੇ ਵਾਲੇ ਨੂੰ ਤੇ ਜਿਵੇਂ ਹੁਣ ਮੈਂ ਫਿਰ ਐਗਜ਼ਾਮਪਲ ਕੋਟ ਕਰਾਂਗਾ ਹੁਣ ਦੋ ਦਿਨ ਪਹਿਲੇ ਦੀਵਾਲੀ ਹੋ ਕੇ ਨਿਕਲੀ ਹੈ ਦੀਵਾਲੀ ਤੇ ਬਹੁਤ ਸਾਰੇ ਮੈਸੇਜਿਸ ਆਉਂਦੇ ਹਨ ਵਧਾਈ ਦੇ ਇਤਨੇ ਜ਼ਿਆਦਾ ਮੈਸੇਜਿਸ ਆਉਂਦੇ ਨੇ ਕੁਛ ਜੇ ਕੋਈ ਕੰਮ ਦਾ ਮੈਸੇਜ ਹੁੰਦਾ ਨਾ ਤੁਹਾਡੀ ਜੋਬ ਰਿਲੇਟਡ ਉਹ ਗੁਆਚ ਹੀ ਜਾਂਦਾ ਬਿਕੋਜ਼ 250-300 ਮੈਸੇਜ ਵਧਾਈ ਦੇ ਹੋਣਗੇ ਉਹ 'ਚ ਦੋ ਮੈਸੇਜਿਸ ਤੁਹਾਡੇ ਜੋਬ ਰਿਲੇਟਡ ਕੰਮ ਦੇ ਹੋਣਗੇ ਚਲੋ ਲੇਕਿਨ ਉਹ ਵੀ ਦੇਖਣੇ ਨੇ ਲੇਕਿਨ ਇਹਦੇ 'ਚ ਇਸ ਤਰ੍ਹਾਂ ਇਸ ਨੂੰ ਮੈਨੇਜ ਕਿਸ ਤਰ੍ਹਾਂ ਕੀਤਾ ਮੈਂ
मैं की कीता, मैं दिने बिल्कुल अपना फोन अटेंड नहीं कीता, मेरी फोन कॉल्स भी मिस होंगी आ रही हैं। लेकिन मैं की करता, मेरी वैसे भी आता है, मैं हर दो या तीन घंटे च एक बार अपना फोन जरूर चेक करता हूँ। मैं छुट्टी वाले दिन की गल दस रहा जो तो मैं फ्री टाइम अपना या अपनी फैमिली नाल स्पेंड कर रहा, मैं तुसी थोड़ी देर बाद चेक कर लो और स्कैन कर लो, मान लो चार कॉल्स मिस्ड मेरे स्टोर हो गई उत्थे, तो मैं देख लिया जे कोई इंपॉर्टेंट हैगी तो पता लग जाएगा जिदे वालों कॉल आई है वो अक्सर की गल करता है। ठीक है, हुण दिवाली उत्ते ऐसे ऐसे बंद कॉल्स हैं जो साल च एक बार गल करते हैं, सो वो मैं पता सी ये दिवाली की उसने राम राम करनी मैं फोन, तो मैं उन्होंने अवॉयड किया कि मैं फ्री टाइम से बैक कॉल करा। इस तरह मैं जिन्हें मेरे वट्सएप मैसेजिस से गए वो जो कि मेरी जॉब रिलेटिड सेगा, कोई क्वेरी सी कंट्रोल रूम का मैसेज सेगा, उन्होंने मैं रिस्पोंड कर दिता जो मैं घंटे घंटे या दो घंटे बाद चेक किया उसने। तो जो बाकी दिवाली वाले मैसेज मैं चेक भी नहीं किए, वो मैं रात को या नैक्सट डे जो मैं टाइम मिलया मैं फ्री सेगा थोड़ा जहा टाइम लैके उदों गल की, ताकि मेरे को लकीली गैसट भी सके साढ़े घर च आए हुए उन्होंने टाइम भी देना सीगा। सो मेरी फैमिली नू ते मेरे गैसट नू ए फील ना होए भी अपने फोन दे विच कुछ आया वाला, मैं मिस कुछ भी नहीं किया उच्चो, मैं 250 या 300 लोगों नू ए फीलिंग नहीं दिती कि मैं थोड़ा रिस्पोंड नहीं किया, क्योंकि उन्होंने वालों मैं कोई शिकायत नहीं आएगी अगर मैं उन्होंने अज वाला मैसेज मैं कल रिस्पोंड करांगा। लेकिन मेरी फैमिली नू मेरे गैसट नू जिहड़ा मेरा वर्क एट हैंड है अगर मैं उन्होंने मिस करता हाँ तो जरूर शिकायत हो सकेगी। थैंक यू। बेसिकली प्रायोरिटी सेट करने वाली गल है कि असी प्रायोरिटी किस चीज नु दे रहे हैं, अपनी प्रायोरिटीज लिए क्लियर रहिए अपन कि साडे लिए सब तो इंपोर्टेंट की है, उस तो घट इंपोर्टेंट की है, उस तो घट इंपोर्टेंट की है, ते जिहड़ी चीज जिहड़ी नहीं इंपोर्टेंट हैगी है वी उहनू आराम नाल वी असी कर सकते हैं। सो ए प्रायोरिटी लिस्ट हुंदी है हमेशा हर एक दी लाइफ दे विच, ओ मेरे ख्याल सेट कर लिए तां काफी चीजां ना फंडामेंटल क्लियर हो जांदे आ ते प्रॉब्लम्स काफी रिड्यूस हो जांदी है उस दे नाल। वाह जी वाह, बहुत वैल्यूएबल, बहुत इंप्रेसिव पॉइंट सानू इस सैशन दे विच्चों भी मिल रहे ने। मेन चीज जिहड़ी गल आ रही है कि असी मोबाइल नू किस तरीके अपने उपर हावी नहीं होन देना, ते उन्नू किस तरीके अपनी लाइफ नू ते मोबाइल नू बैलेंस करके चलना है, अपने घर नू, अपने व्यापार नू, अपनी जॉब नू ते मोबाइल नू सेपरेट सेपरेट प्लेस ते किस तरीके बैलेंस करके चलना है। ते एक दिवजोत जी का जिहड़ा मेन सवाल आ रहा सी बे सोशल मीडिया, देखो मेरा परसनल जिहड़ा व्यू हैगा मैं 100% इस चीज़ तो बिल्कुल प्रैफर नहीं करता कि तुहाडी परसनल फैमिली की कोई भी चीज़ शेयरिंग तुहाडी सोशल नैटवर्क पर होनी चाहिए है। ਤੁਸੀਂ ਭਾਵੇਂ ਕਿਧਰੇ ਘੁੰਮਣ ਜਾਓ, ਭਾਵੇਂ ਤੁਸੀਂ ਕਿਧਰੇ ਹੋਟਲ ਜਾਓ, ਭਾਵੇਂ ਤੁਸੀਂ ਕਿਧਰੇ ਰੈਸਟੋਰੈਂਟ ਜਾਓ, ਭਾਵੇਂ ਤੁਸੀਂ ਘਰ ਦੇ ਵਿੱਚ ਕੋਈ ਤਿਉਹਾਰ ਮਨਾ ਰਹੇ ਹੋ, ਭਾਵੇਂ ਤੁਸੀਂ ਕੋਈ ਬਰਥਡੇ ਮਨਾ ਰਹੇ ਹੋ, ਉਹ ਤੁਹਾਡੀ ਆਪਣੀ ਪਰਸਨਲ ਐਂਟਰਟੇਨਮੈਂਟ ਵਾਸਤੇ ਹੈਗਾ, ਉਹ ਪਰਸਨਲ ਇੰਜੋਇਮੈਂਟ ਵਾਸਤੇ ਹੈਗਾ, ਨਾ ਕਿ ਲੋਕਾਂ ਨੂੰ ਦਿਖਾਉਣ ਵਾਸਤੇ। ਅਤੇ ਜਿਹੜੀ ਜਲਨਿਧ ਨੇ ਗੱਲ ਕੀਤੀ, ਬਈ ਬੇਟੀ ਨੇ ਗੱਲ ਕੀਤੀ ਸਾਨੂੰ, ਬਈ ਅਸੀਂ ਚਾਹ ਰਹੇ ਹਾਂ ਕਿ ਸਾਨੂੰ ਲੋਕੀ ਤਾਰੀਫ ਕਰਨ, ਸਾਨੂੰ ਇਹਦੇ ਤੇ ਵਰਕਆਊਟ ਕਰਨ ਦੀ ਲੋੜ ਹੈਗੀ ਹੈ ਬਿਲਕੁਲ ਬਹੁਤ ਜ਼ਿਆਦਾ, ਕਿ ਅਸੀਂ ਅਗਰ ਨਹੀਂ ਵੀ ਕਹਿੰਦੇ ਕੁਛ ਆਪਣੇ ਜਦੋਂ ਵਟਸਐਪ 'ਤੇ ਸ਼ੇਅਰਿੰਗ ਕਰਦੇ ਹਾਂ ਜਾਂ ਫੇਸਬੁੱਕ 'ਤੇ ਸ਼ੇਅਰਿੰਗ ਕਰਦੇ ਹਾਂ, ਲੇਕਿਨ ਅਸੀਂ ਐਕਸਪੈਕਟ ਇਹੀ ਕਰ ਰਹੇ ਹੁੰਦੇ ਹਾਂ ਕਿ ਸਾਨੂੰ ਕਿੰਨੇ ਲਾਈਕ ਮਿਲ ਰਹੇ ਨੇ, ਕਿੰਨੇ ਮਿਲੇ, ਅਸੀਂ ਉਹਨੂੰ ਚੈੱਕ ਹੀ ਕਰਦੇ ਰਹਿ ਜਾਂਦੇ ਹਾਂ। ਇੱਥੇ ਸਾਨੂੰ ਬਹੁਤ ਜ਼ਿਆਦਾ ਆਪਣੇ 'ਤੇ ਵਰਕ ਕਰਨ ਦੀ ਲੋੜ ਹੈਗੀ ਹੈ, ਬਈ ਇਹ ਖੁਸ਼ੀ ਕੋਈ ਸਾਡੀ ਅੰਦਰੂਨੀ ਖੁਸ਼ੀ ਨੂੰ ਸੈਟਿਸਫਾਈਡ ਨਹੀਂ ਕਰ ਰਹੀ, ਸਾਡੇ ਮਨ ਨੂੰ ਸ਼ਾਂਤੀ ਨਹੀਂ ਦੇ ਰਹੀ, ਇਹ ਸਿਰਫ ਅਸੀਂ ਇੱਕ ਜਿਵੇਂ ਸਾਡੇ ਸੰਸਾਰ ਦੇ ਬਾਕੀ ਵਿਕਾਰ ਨੇ ਨਾ, ਜਿਹੜੇ ਸਾਡੀ ਬਾਕੀ ਇੱਛਾਵਾਂ ਨੇ ਧਨ ਦੀ ਜਾਂ ਆਪਣੇ ਆਪ ਨੂੰ ਉੱਚਾ ਰੱਖਣ ਦੀ, ਉਸੇ ਤਰ੍ਹਾਂ ਦੀ ਇਹ ਇੱਕ ਇੱਛਾ ਹੈਗੀ ਹੈ ਵੀ ਮੇਰੀ ਕੋਈ ਤਾਰੀਫ ਕਰੇ। ਸੋ ਇਹ ਚੀਜ਼ ਪੁਆਇੰਟ ਬਹੁਤ ਵੈਲਿਡ ਹੈ, ਸਾਨੂੰ ਇਹਦੇ 'ਤੇ ਆਪਣੇ 'ਤੇ ਕੇਅਰ ਕਰਨ ਦੀ ਲੋੜ ਹੈ। ਮੈਨੂੰ ਲੱਗਦਾ ਕਿ ਕਿਧਰੇ ਨਾ ਕਿਧਰੇ ਇੱਥੇ ਸਾਡੀ ਈਗੋ ਵਿੱਚ ਹੈਗੀ ਹੈ ਸਾਡੇ ਅੰਦਰ, ਅਗਰ ਸਾਨੂੰ ਉੱਥੇ ਲਾਈਕ ਘੱਟ ਮਿਲ ਗਿਆ ਸਾਡੀ ਈਗੋ ਹਰਟ ਹੋ ਜਾਂਦੀ ਹੈ, ਮਤਲਬ ਇਹ ਚੀਜ਼ ਸਾਡੀ ਈਗੋ ਵਧਾਏਗੀ। ਸਾਨੂੰ ਇਹ ਪੁਆਇੰਟ ਬਹੁਤ ਪ੍ਰੋਪਰਲੀ ਆਪਣੇ ਅੰਦਰ ਸੋਚਣਾ ਚਾਹੀਦਾ। ਇੱਕ ਜਸਬੀਰ ਕੌਰ ਜੀ ਦਾ ਹੈਂਡ ਰੇਸ ਸੀ ਜੀ।
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਮੇਰੀ ਇੱਕ ਮੈਂ ਗੱਲ ਸ਼ੇਅਰ ਕਰਨੀ ਹੈ ਕਿ ਸਾਡੇ ਇੱਥੇ ਇੱਕ ਮਤਲਬ ਆਪਣੇ ਰਿਲੇਟਿਵ ਵਿੱਚ ਲੜਕੀ ਖੂਬ ਪੜ੍ਹੀ ਲਿਖੀ ਹੈ ਤੇ ਪੜ੍ਹਾਈ ਤੇ ਚਲੋ ਅੱਜ ਕੱਲ ਬਹੁਤ ਜ਼ਰੂਰੀ ਹੈ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਪਰ ਉਸ ਨਾ ਘਰ ਵੀ ਜਦੋਂ ਕਿਉਂਕਿ ਅਸੀਂ ਵੀ ਸਟੇਜ ਵਿੱਚ ਹੁਣ ਜਾਵਾਂਗੇ ਤੇ ਉਹ ਲੜਕੀ ਕੀ ਕਰਦੀ ਹੈ ਜਦੋਂ ਅੱਛੇ ਫੈਮਿਲੀ ਦੀ ਹੈ ਬੱਚੀ ਵੀ ਤੇ ਪਰਿਵਾਰ ਵੀ ਅੱਛਾ ਪਰ ਉਸਦੀ ਜਿਹੜੀ ਮਦਰ ਹੈ ਨਾ ਮਦਰ ਹੀ ਉਸਨੂੰ ਵਿਗਾੜ ਰਹੀ ਹੈ ਤੇ ਹੁਣ ਉਸਦੇ ਘਰ ਵਿੱਚ ਮੰਮੀ ਸੱਸ ਸਹੁਰੇ ਤੇ ਸੱਸ ਉਸਦੀ ਇਤਨੀ ਅੱਛੀ ਹੈ ਕਿ ਬਹੁਤ ਹੀ ਸਿਆਣੀ ਲੇਡੀ ਹੈ ਤੇ ਉਸਨੂੰ ਕੀ ਹੋਇਆ ਕਿ ਉਹ ਜਦੋਂ ਮਤਲਬ ਉਹ ਇਤਨੀ ਮਤਲਬ ਗੱਲ ਕਰਦੀ ਜਿਹੜੀ ਵੀ ਗੱਲਾਂ ਹੁਣ ਬਾਹਰ ਨਹੀਂ ਕੱਢਦੀ ਹੈ ਨਾ ਕਿਸੇ ਨੂੰ ਦੱਸਦੀ ਹੈ ਤੇ ਜਿਹੜੇ ਉਸਦੇ ਫਾਦਰ ਇਨ ਲਾ ਉਹ ਵੀ ਬਹੁਤ ਹੀ ਜੈਂਟਲ ਹਨ ਤੇ ਇੱਥੇ ਤੱਕ ਕਿ ਉਸਨੂੰ ਖੁਸ਼ ਰੱਖਣ ਵਾਸਤੇ ਕਿ ਇੱਕੋ ਇੱਕ ਨੂੰ ਹੈ ਤੇ ਘਰ ਵਿੱਚ ਪਰੇਸ਼ਾਨੀਆਂ ਬਹੁਤ ਪਾ ਰਹੀ ਹੈ ਤੇ ਫਿਰ ਉਹ ਇੱਥੇ ਤੱਕ ਕਿ ਸਾਰਾ ਘਰ ਵੀ ਆਪਣੀ ਪੈਨਸ਼ਨ ਨਾਲ ਚਲਾ ਰਹੇ ਹਨ ਕਿ ਚਲੋ ਇਹ ਖੁਸ਼ ਰਹੇ ਘਰ ਚੱਲੇ ਅੱਛੇ ਤਰ੍ਹਾਂ ਸਮੂਥਲੀ ਚੱਲ ਸਕੇ ਤੇ ਜਿਹਾ ਸਰਬਜੀਤ ਵੀਰ ਜੀ ਕਹਿੰਦੇ ਹਨ ਕਿ ਲੈਬੋਰਟਰੀ ਵਿੱਚ ਪ੍ਰੈਕਟੀਕਲ ਅਸੀਂ ਰੋਜ਼ ਹੀ ਜ਼ਿੰਦਗੀ ਵਿੱਚ ਹੁੰਦੇ ਹਨ ਤੇ ਉਹ ਉਸਦੀ ਸੱਸ ਹਮੇਸ਼ਾ ਇਸ ਪ੍ਰੈਕਟੀਕਲ ਕਰਦੀ ਹੀ ਰਹਿੰਦੀ ਹੈ ਕਿ ਕਿਸੇ ਤਰੀਕੇ ਨਾਲ ਮੇਰਾ ਬੱਚਾ ਵੀ ਖੁਸ਼ ਰਹੇ ਪਰਿਵਾਰ ਵੀ ਖੁਸ਼ ਰਹੇ ਤੇ ਇੱਥੇ ਤੱਕ ਕਿ ਉਹ ਐਸੇ ਐਸੇ ਮਤਲਬ ਖਤਰਨਾਕ ਗੇਮ ਖੇਡਦੀ ਹੈ ਕਿ ਉਹ ਇੱਕ ਦਫ਼ਾ ਸੱਸ ਨੂੰ ਕਹਿਣ ਲੱਗੀ ਕਿ ਨਹੀਂ ਪਤਾ ਨਹੀਂ ਕੁਛ ਕਹਿ ਦਿੱਤੇ ਤੇ ਉਹ ਕਹਿਣ ਉਹ ਇਤਨੀ ਮਤਲਬ ਸੈਂਸਿਟਿਵ ਹੋ ਗਈ ਉਹ ਪੇਕੇ ਚਲੇ ਗਈ ਤੇ ਜਦੋਂ ਮੈਨੂੰ ਇਹ ਗੱਲ ਦਾ ਪਤਾ ਚੱਲਿਆ ਕਿ ਉਹ ਪੇਕੇ ਚਲੇ ਗਈ ਮੈਂ ਕਿਹਾ ਉਹਨਾਂ ਆਂਟੀ ਨੂੰ ਕਿਹਾ ਮੈਂ ਕਿਹਾ ਤੁਸੀਂ ਬੁੱਢੇ ਬਜ਼ੁਰਗੀ ਮਤਲਬ ਜਦ ਬੱਚੇ ਛੋਟੇ ਸਨ ਵੱਡੇ ਸਨ ਉਦੋਂ ਤੁਸੀਂ ਇਤਨੇ ਨਹੀਂ ਗਏ ਪੇਕੇ ਤੇ ਅੱਜ ਬਜ਼ੁਰਗੀ ਵੀ ਤੁਸੀਂ ਪੇਕੇ ਚ ਆਖਿਆ ਨਹੀਂ ਮੈਂ ਸਿਸਟਰ ਦੇ ਘਰ ਹਾਂ ਥੋੜਾ ਆਈ ਹਾਂ ਇਸ ਮਨ ਪਰੇਸ਼ਾਨ ਸੀ ਮੈਂ ਕਿਹਾ ਨਹੀਂ ਆਂਟੀ ਮੈਨੂੰ ਪਤਾ ਤੁਸੀਂ ਕਿਉਂ ਆਏ ਹੋ ਤੇ ਜੋ ਵੀ ਹੈ ਸੋ ਹੈ ਤੁਸਾਂ ਨੇ ਮਕਾਨ ਬਣਾਇਆ ਹੈ ਆਪਣੇ ਖੂਨ ਪਸੀਨੇ ਨਾਲ ਤੁਸੀਂ ਆਪਣਾ ਮਕਾਨ ਛੱਡ ਕੇ ਕਿਉਂ ਜਾ ਰਹੇ ਹੋ ਤੁਸੀਂ ਆਓ ਵਾਪਸ ਤੇ ਉਸਦਾ ਮੈਂ ਥੋੜਾ ਮਨ ਉਹਨਾਂ ਦਾ ਸਟਰੋਂਗ ਕੀਤਾ ਤੇ ਉਹ ਫਿਰ ਆਪਣੇ ਘਰ ਆ ਗਈ ਤੇ ਫਿਰ ਉਹ ਆ ਗਏ ਘਰ ਆਪਣੇ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਪਹਿਲੇ ਬਜ਼ੁਰਗ ਜਿਹੜੇ ਆਉਂਦੇ ਸਨ ਮੈਂ ਦੇਖਿਆ ਕਿ ਘਰ ਵਿੱਚ 5-7 ਬੱਚੇ ਵੀ ਆਉਂਦੇ ਸਨ ਉਹਨਾਂ ਦੇ ਪਰ ਜਿਹੜੇ ਮਰਦ ਹੁੰਦਾ ਸੀ ਉਹ ਸਟਰੋਂਗ ਬੜੇ ਹੁੰਦੇ ਸਨ ਮਰਦ ਸਟਰੋਂਗ ਹੁੰਦੇ ਸਨ ਤੇ ਘਰ ਦਾ ਪੂਰਾ ਮਾਹੌਲ ਠੀਕ ਹੁੰਦਾ ਸੀ ਅੱਜ ਇਹ ਬੱਚੇ ਜਿਹੜੇ ਲੜਕੇ ਹਨ ਉਹ ਇੱਕ ਕਿਸਮ ਦੇ ਦਬ ਜਾਂਦੇ ਹਨ ਉਹ ਕਹਿੰਦੀ ਹੈ ਬਸ ਮੈਂ ਹੀ ਪੜ੍ਹੀ ਲਿਖਿਆ ਪਤਾ ਨਹੀਂ ਈਗੋ ਹੈ ਉਸ ਵਿੱਚ ਲੱਭ ਜਾਣਾ ਕੋਈ ਸਮਝ ਨਹੀਂ ਆਉਂਦੀ ਹੈ ਤੇ ਉਹ ਕਿਸ ਤਰ੍ਹਾਂ ਉਹ ਠੀਕ ਹੋ ਜਾਏਗੀ ਜੀ ਮੈਨੂੰ ਲੱਗਦਾ ਵੈਸੇ ਨਾ ਸ਼ਾਇਦ ਇਹ ਵਾਲਾ ਚੈਪਟਰ ਇਹੀ ਵਾਲਾ ਪੁਆਇੰਟ ਸ਼ਾਇਦ ਅਸੀਂ ਪਹਿਲੇ ਵੀ ਡਿਸਕਸ ਕਰ ਚੁੱਕੇ ਹੈਗੇ ਹਾਂ ਜੀ ਸ਼ਾਇਦ ਤੁਹਾਡਾ ਹੀ ਇਹ ਇਸ਼ੂ ਆਇਆ ਸੀ ਪਹਿਲੇ ਹੀ ਉਹਦੇ ਵਿੱਚ ਵੀ ਆਪਾਂ ਇਹ ਡਿਸਕਸ ਕਾਫੀ ਹੱਦ ਤੱਕ ਕਰ ਚੁੱਕੇ ਹਾਂ ਤੇ ਫਿਰ ਵੀ ਅਗਰ ਕੋਈ ਰੁਪਿੰਦਰ ਵੀਰ ਜੀ ਹੋਰਾਂ ਦੇ ਕੋਈ ਵਿਚਾਰ ਹੈਗੇ ਨੇ ਤੇ ਆਪਣੇ ਸ਼ੇਅਰ ਕਰ ਸਕਦੇ ਨੇ ਸ਼ਾਰਟ ਦੇ ਵਿੱਚ ਜੀ ਇਹਦੇ ਬਾਰੇ ਜੀ ਜਦੋਂ ਫੈਮਿਲੀ ਪ੍ਰੋਬਲਮਸ ਅਸੀਂ ਡਿਸਕਸ ਕਰਦੇ ਹਾਂ ਨਾ ਜੀ ਉਦੋਂ ਫਿਰ 1-to-1 ਕਰਨੀਆਂ ਚਾਹੀਦੀਆਂ ਹੈ ਕਿਉਂਕਿ ਮੈਂ ਦੁਬਾਰਾ ਉਹੀ ਕਹਿਣਾ ਸਾਡੇ ਕੋਲ ਕੋਈ ਫਾਰਮੂਲੇ ਨਹੀਂ ਹੈਗੇ ਸਟੈਂਡਰਡ ਸਾਡੇ ਕੋਲ ਗਾਈਡਲਾਈਨਸ ਹੈਗੀਆਂ ਸਾਡੇ ਕੋਲ ਐਸਾ ਜਿੱਦਾਂ ਕੰਪਿਊਟਰ ਪ੍ਰੋਗਰਾਮ ਹੁੰਦਾ ਨਾ ਜੀ ਉਦਾਂ ਦੀਆਂ ਚੀਜ਼ਾਂ ਨਹੀਂ ਹੈਗੀਆਂ ਸਾਡੇ ਕੋਲੋਂ ਤਾਂ ਨਾਲੇ ਇਹ ਵੀ ਗੱਲ ਹੈ ਇਹ ਜਦੋਂ ਆਪਾਂ ਇਹ ਵਾਲਾ ਡਿਸਕਸ ਕਰਦੇ ਹਾਂ ਫਿਰ ਆਪਾਂ ਦੋਨੋਂ ਪਾਰਟਨਰਸ ਨੂੰ ਨਾਲ ਲੈ ਕੇ ਤੇ ਉਸ ਫੈਮਿਲੀ ਜਿੱਥੇ ਪ੍ਰੋਬਲਮ ਚੱਲ ਰਹੀ ਹੈ ਉਹਦਾ ਪੂਰਾ ਐਨਵਾਇਰਮੈਂਟ ਸਟੱਡੀ ਕਰਕੇ ਫਿਰ ਹੀ ਅਜੇ ਇੰਟਰਵੀਨ ਕਰੀਏ ਤਾਂ ਸਹੀ ਇੰਟਰਵੈਂਸ਼ਨ ਹੁੰਦੀ ਹੈ ਇਸ ਤਰ੍ਹਾਂ ਵਨ ਸਾਈਡਡ ਗੱਲ ਸੁਣ ਕੇ ਨਾ ਤਾਂ ਪੂਰੀ ਪਿਕਚਰ ਡਿਵੈਲਪ ਹੁੰਦੀ ਹੈ ਤੇ ਨਾ ਹੀ ਇੰਟਰਵੀਨ ਕਰਨ ਦਾ ਕੋਈ ਫਾਇਦਾ ਹੁੰਦਾ ਹੈ ਪਲੱਸ ਇਹ ਪਰਸਪੈਕਟਿਵ ਹੁੰਦਾ ਐਕਚੁਅਲੀ ਜਿਸ ਤਰ੍ਹਾਂ ਜੇ ਇੱਕ ਉਹਨਾਂ ਦੀ ਮਦਰ ਇਨ ਲਾਅ ਜਾਂ ਫਾਦਰ ਇਨ ਲਾਅ ਦਾ ਪਰਸਪੈਕਟਿਵ ਹੈ ਹੋ ਸਕਦਾ ਉਸ ਨੂੰਹ ਦਾ ਵੀ ਪਰਸਪੈਕਟਿਵ ਹੋਵੇ ਮਤਲਬ ਉਹਨੂੰ ਉਹੀ ਜੋ ਮੈਂ ਪਹਿਲੇ ਵੀ ਬੇਨਤੀ ਕੀਤੀ ਸੀਗੀ ਕਿ ਆਪਾਂ ਆਪਣੇ ਫੈਮਿਲੀ ਮੈਂਬਰਸ ਨੂੰ ਜਦੋਂ ਨੈਗੇਟਿਵ ਲਾਈਟ ਵਿੱਚ ਲੈਂਦੇ ਹਾਂ ਨਾ ਕਿ ਇਹ ਤਾਂ ਜੋ ਕਹਿ ਰਿਹਾ ਇਹ ਗਲਤੀ ਹੈ ਮਤਲਬ ਥੋੜਾ ਜਿਹਾ ਇੱਕ ਦੂਸਰੇ ਨੂੰ ਐਕਚੁਅਲੀ ਅੰਡਰਸਟੈਂਡਿੰਗ ਦੀ ਪ੍ਰੋਬਲਮ ਹੁੰਦੀ ਹੈ ਆਪਸ ਵਿੱਚ ਕਿਉਂਕਿ ਉਹ ਕਿਤੇ ਨਾ ਕਿਤੇ ਈਗੋ ਆੜੇ ਆ ਰਹੀ ਹੁੰਦੀ ਹੈ ਤੇ ਪਰ ਆਪਾਂ ਜੇ ਇਹ ਸੋਚੀਏ ਵੀ ਜਿਹੜੀ ਸਾਡੀ ਨੂੰਹ ਹੈ ਉਹ ਬਹੁਤ ਈਗੋਇਸਟਿਕ ਹੈਗੀ ਹੈ ਅਸੀਂ ਤਾਂ ਬਹੁਤ ਐਡਜਸਟਿੰਗ ਹੈਗੇ ਹਾਂ ਉਹ ਈਗੋਇਸਟਿਕ ਹੈ ਐਕਚੁਅਲੀ ਇਹ ਨੈਗੇਟਿਵ ਥੋਟ ਨਾਲ ਹੀ ਫੈਮਿਲੀ ਨੈਗੇਟਿਵ ਹੋ ਜਾਂਦੀ ਹੈ ਜੇ ਅਸੀਂ ਇੰਨਾ ਸੋਚੀਏ ਵੀ ਨਹੀਂ ਚਲੋ ਉਹ ਵੀ ਬੱਚੀ ਹੈ ਹੋ ਸਕਦਾ ਐਡਜਸਟ ਹੋ ਰਹੀ ਹੈ ਉਹਨੂੰ ਪਿਆਰ ਨਾਲ ਸਮਝਾਈਏ ਉਹ ਕਰੀਏ ਤੇ ਜੇ ਨਹੀਂ ਸਾਡੀ ਪ੍ਰੋਬਲਮ ਹੱਲ ਹੋ ਰਹੀ ਤੇ ਕਿਸੇ ਪ੍ਰੋਫੈਸ਼ਨਲ ਕਾਉਂਸਲਰ ਦੇ ਨਾਲ ਵੀ ਅਸੀਂ
ਔਰ ਕਰ ਸਕਦੇ ਹਾਂ, ਉਹ ਤੋਂ ਕੰਸਲਟੇਸ਼ਨ ਲੈ ਸਕਦੇ ਹਾਂ, ਜਿਹੜੀ ਕਿ ਸਾਡੀ ਸੋਸਾਇਟੀ ਵਿੱਚ ਬਹੁਤ ਘੱਟ ਟ੍ਰੈਂਡ ਹੈ, ਉਹ ਅਸੀਂ ਮਤਲਬ ਜਿਹੜੀ ਸਾਨੂੰ ਲੱਗ ਰਿਹਾ ਹੈ ਕਿ ਸਿਚੁਏਸ਼ਨ ਸਾਡੇ ਵੱਸ ਤੋਂ ਬਾਹਰ ਜਾ ਰਹੀ ਹੈ, ਉਹ ਇੱਕ ਉਹ ਪਰਸਨਲ ਜਿਹੜੀ ਸਿਚੁਏਸ਼ਨ ਹੈ ਉਹ ਇੱਕ ਪ੍ਰੋਫੈਸ਼ਨਲ ਕਾਉਂਸਲਰਸ ਦੇ ਨਾਲ ਵੀ ਜਾਂ ਮੈਰਿਜ ਕਾਉਂਸਲਰਸ ਨਾਲ ਜਾਂ ਜਿਹੜੇ ਸਾਈਕੋਲੋਜੀਕਲ ਕਾਉਂਸਲਰ ਹੁੰਦੇ ਨੇ ਉਹਨਾਂ ਨਾਲ ਡਿਸਕਸ ਕੀਤੀ ਜਾ ਸਕਦੀ ਹੈ, ਔਰ ਉਹ ਬਹੁਤ ਅੱਛੇ ਤੁਹਾਨੂੰ ਸੁਜੈਸ਼ਨ ਦੇ ਦਿੰਦੇ ਨੇ ਕਿ ਮਤਲਬ ਇਸ ਤਰ੍ਹਾਂ ਇਹਨੂੰ ਇੰਪਲੀਮੈਂਟ ਕੀਤਾ ਜਾਏ, ਮਤਲਬ ਉਹ ਸਾਰੇ ਫੈਮਿਲੀ ਮੈਂਬਰਸ ਦਾ ਹੀ ਰੋਲ ਹੁੰਦਾ ਹੈ ਇਸ ਤਰ੍ਹਾਂ ਦੀ ਪ੍ਰੋਬਲਮਸ ਵਿੱਚ। ਇੱਕ ਮੈਨੂੰ ਕੱਲ ਹੀ ਇਹ ਗੱਲ ਪਤਾ ਚੱਲੀ ਹੈ ਜੀ, ਉਹ ਮੈਂ ਸ਼ੇਅਰ ਜ਼ਰੂਰ ਕਰ ਸਕਦਾ, ਉਹਨੂੰ ਫਾਰਮੂਲਾ ਲੈ ਸਕਦੇ ਹਾਂ ਅਸੀਂ। ਮੈਂ ਕਿਸੇ ਨਾਲ ਇਹ ਸ਼ੇਅਰਿੰਗ ਕਰ ਰਿਹਾ ਸੀਗਾ ਵੀ ਪਰਿਵਾਰਾਂ 'ਚ ਪ੍ਰੋਬਲਮਸ ਬਹੁਤ ਨੇ, ਕਈ ਵਾਰ ਸਮਝ ਨਹੀਂ ਆਉਂਦੀ, ਕਈ ਵਾਰ ਕੁਛ ਹੋਰ। ਉਹਦੇ ਵਿੱਚ ਇੱਕ ਬੜਾ ਅੱਛਾ ਉਹਨਾਂ ਨੇ ਸੁਝਾਅ ਦਿੱਤਾ ਕਿ ਗੁਰਮੁਖ ਰੂਹ ਸੀ ਬੜੀ, ਉਹਨੇ ਕਿਹਾ ਵੀ ਅਸੀਂ ਤਾਂ ਸਾਰਾ ਕੁਛ ਕਰ ਲੈਂਦੇ ਹਾਂ, ਜੇ ਸਾਹਮਣੇ ਵਾਲਾ ਕੋਪਰੇਟ ਨਾ ਕਰੇ ਤਾਂ ਕੀ ਕਰਨਾ। ਇਸ ਇਸ਼ੂ ਤੇ ਗੱਲ ਚੱਲੀ ਤੇ ਉਹਨੇ ਕਿਹਾ ਕਿ ਭਾਈ ਸਾਹਿਬ ਜੀ, ਜਪਜੀ ਸਾਹਿਬ ਦੀ ਜਿਹੜੀ ਬਾਣੀ ਹੈ ਨਾ, ਇਹ ਬਹੁਤ ਕਮਾਲ ਦੀ ਬਾਣੀ ਹੈ ਔਰ ਇਹ ਬੜੇ ਕੰਮ ਕਰ ਦਿੰਦੀ ਹੈ। ਤੇ ਉਹ ਕਹਿੰਦੇ ਵੀ ਜਦੋਂ ਕੋਈ ਸਾਹਮਣੇ ਵਾਲਾ ਕੋਪਰੇਟ ਨਾ ਕਰੇ ਤੁਹਾਡੇ ਨਾਲ, ਖਾਸ ਕਰ ਫੈਮਿਲੀ ਮੈਂਬਰ ਜਿਹਨੂੰ ਤੁਸੀਂ ਕੁਛ ਏਦਾਂ ਦਾ ਐਕਸ਼ਨ ਵੀ ਨਹੀਂ ਲੈ ਸਕਦੇ ਉਹਦੇ ਉੱਤੇ, ਵੀ ਉਹਦੇ ਨਾਲ ਰਿਲੇਸ਼ਨਸ਼ਿਪ ਵੀ ਨਹੀਂ ਤੋੜ ਸਕਦੇ, ਉਹਨੂੰ ਮਾਰ ਕੁੱਟ ਵੀ ਨਹੀਂ ਸਕਦੇ, ਉਹਨੂੰ ਜ਼ਬਰਦਸਤੀ ਮਨਾ ਵੀ ਨਹੀਂ ਸਕਦੇ, ਤੇ ਆਪਣੇ ਨਿਤਨੇਮ ਤੋਂ ਇਲਾਵਾ ਇੱਕ ਜਪਜੀ ਸਾਹਿਬ ਦੀ ਬਾਣੀ ਉਸਦੇ ਨਿਮਿਤ ਕੀਤੀ ਜਾਏ, ਤੇ ਗੁਰੂ ਸਾਹਿਬ ਬਹੁਤ ਵਾਰ ਐਸੀ ਵਿਧ ਬਣਾ ਦਿੰਦੇ ਨੇ ਕਿ ਉਹਦਾ ਮਨ ਬਦਲ ਜਾਂਦਾ। ਕਿਉਂਕਿ ਬਾਣੀ ਤਾਂ ਮਤ ਚੇਂਜ ਕਰਨ ਦੀ ਇਹ ਜਿਹੜੀ ਚੀਜ਼ ਹੈ ਨਾ, ਮੈਨੂੰ ਮਤਲਬ ਮੈਂ ਸੁਣੀ ਤਾਂ ਪਹਿਲੇ ਵੀ ਹੋਈ ਸੀ ਭਾਈ, ਕਈ ਵਾਰ ਕਥਾਵਾਂ ਚ ਜਦੋਂ ਅਸੀਂ ਕੀਰਤਨ ਦਰਬਾਰਾਂ ਚ ਜਾਂਦੇ ਉੱਥੇ ਸੁਣਦੀ ਹੈ, ਪਰ ਕੌਨਸ਼ੀਅਸਲੀ ਇੱਕ ਟੱਕ ਬੈਠ ਕੇ ਮੈਨੂੰ ਜਦੋਂ ਕੱਲ ਇਹ ਸੁਣੀ ਤੇ ਮੇਰੇ ਮਨ ਚ ਬੜਾ ਸਤਿਕਾਰ ਆਇਆ ਉਸ ਸੱਜਣ ਵਾਸਤੇ ਜਿਹਨਾਂ ਨੇ ਦੱਸੀ ਤੇ ਬਾਣੀ ਵਾਸਤੇ ਵੀ, ਕਿ ਦੇਖੋ ਅਸੀਂ ਇਸ ਨੂੰ ਅਪਲਾਈ ਨਹੀਂ ਕਰਦੇ, ਅਸੀਂ ਸੁਣਦੇ ਤਾਂ ਹੈਗੇ ਹਾਂ, ਅਸੀਂ ਇਹ ਚੀਜ਼ਾਂ ਗੁਰਦੁਆਰਿਆਂ ਵਿੱਚ ਜਾਂ ਕਿਸੇ ਬਜ਼ੁਰਗਾਂ ਤੋਂ ਸੁਣ ਲੈਂਦੇ ਹਾਂ, ਪਰ ਅਸੀਂ ਇਹਨੂੰ ਮੰਨਦੇ ਨਹੀਂ ਹੈਗੇ। ਉਹਦਾ ਕਾਰਨ ਇਹ ਹੁੰਦਾ ਵੀ ਅਸੀਂ ਸੋਚਦੇ ਵੀ ਮੇਰੀ ਪ੍ਰੋਬਲਮ ਮੇਰੀ ਮੈਂ ਆਪੇ ਸੋਲਵ ਕਰਾਂਗਾ, ਵਿੱਚ ਗੁਰੂ ਸਾਹਿਬ ਬਾਣੀ ਕੀ ਕਰੇਗੀ, ਕੁਛ ਨਹੀਂ ਕਰ ਸਕਦੀ ਜਦ ਇਹ ਸਾਹਮਣੇ ਵਾਲਾ ਮੰਨਦਾ ਹੀ ਨਹੀਂ ਪਿਆ ਹੈਗਾ। ਲੇਕਿਨ ਉਹਨਾਂ ਦੇ ਮੂੰਹੋਂ ਸੁਣ ਕੇ ਮੈਨੂੰ ਲੱਗਿਆ ਕਿ ਨਹੀਂ, ਸਾਨੂੰ ਇਹ ਚੀਜ਼ਾਂ ਅਪਲਾਈ ਕਰਨੀ ਚਾਹੀਦੀਆਂ ਨੇ ਆਪਣੀ ਲਾਈਫ ਵਿੱਚ, ਔਰ ਬਹੁਤ ਬੱਚਿਆਂ ਲਈ, ਆਪਣੇ ਪਾਰਟਨਰਸ ਲਈ। ਜੇ ਅਸੀਂ ਥੋੜਾ ਪਾਠ ਜਪਜੀ ਸਾਹਿਬ ਦਾ ਐਕਸਟਰਾ ਇੱਕ ਦੋ ਪਾਠ ਕਰਕੇ ਨਾਲ, ਫਿਰ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕੀਤੀ ਜਾਏ ਡੇਲੀ ਬੇਸਿਸ ਤੇ, ਤੇ ਗੁਰੂ ਮਹਾਰਾਜ ਤਾਂ ਸੁਣਦੇ ਨੇ, ਮਤਲਬ ਸਭ ਦੇ। ਉਹਨਾਂ ਦਾ ਕਹਿਣਾ ਸੀ ਵੀ ਤੁਸੀਂ ਰੋਜ਼ਾਨਾ ਆਪਣੇ ਨਿਤਨੇਮ ਤੋਂ ਇਲਾਵਾ ਇੱਕ ਜਪਜੀ ਸਾਹਿਬ ਦਾ ਪਾਠ ਐਡ ਕਰ ਲਓ, ਉਸ ਬੰਦੇ ਵਾਸਤੇ ਜਿਹੜਾ ਜਿਹਦੇ ਤੋਂ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਜਾਂ ਜਿਹਦੇ ਕਰਕੇ ਤੁਹਾਡੀ ਫੈਮਿਲੀ 'ਚ ਪ੍ਰੋਬਲਮ ਹੋ ਰਹੀ ਹੈ। ਸੋ ਉਸਦੇ ਨਾਲ ਕੀ ਹੋਏਗਾ ਕਿ ਉਸਦਾ ਮਨ ਚੇਂਜ ਹੋਣਾ ਸ਼ੁਰੂ ਹੋ ਜਾਏਗਾ। ਪੋਜ਼ਿਟਿਵ ਜਦੋਂ ਆਪਾਂ ਸੋਚਦੇ ਹਾਂ ਕਿਸੇ ਲਈ ਨਾ, ਉਹਦਾ ਰਿਜ਼ਲਟ ਹਮੇਸ਼ਾ ਪੋਜ਼ਿਟਿਵ ਆਉਂਦਾ। ਜੇ ਅਸੀਂ ਨੈਗੇਟਿਵ ਸੋਚਦੇ ਹਾਂ ਕਿਸੇ ਲਈ, ਵੀ ਭਾਵੇਂ ਮੂੰਹ ਅਸੀਂ ਕੁਛ ਵੀ ਕਹਿ ਰਹੀ ਹੋਈਏ ਵੀ ਹਾਂਜੀ ਬੇਟੇ ਅਸੀਂ ਤਾਂ ਤੇਰੇ ਨਾਲ ਬੜਾ ਪਿਆਰ ਕਰਦੇ ਹਾਂ, ਤੂੰ ਬਹੁਤ ਖੁਸ਼ ਰਹਿ, ਅਸੀਂ ਚਾਹੁੰਦੇ ਹਾਂ, ਦੁਨਿਆਵੀ ਐਫਰਟ ਵੀ ਕਰ ਰਹੇ ਹਾਂ, ਅਸੀਂ ਉਸ 'ਤੇ ਖਰਚਾ ਵੀ ਕਰ ਰਹੇ ਹਾਂ, ਅਸੀਂ ਮਤਲਬ ਆਪਣੀ ਜ਼ਿਆਦਾ ਕੰਮ ਵੀ ਕਰ ਰਹੇ ਹਾਂ, ਮਿਹਨਤ ਵੀ ਕਰ ਰਹੇ ਹਾਂ, ਪਰ ਜਦੋਂ ਮਾਇੰਡ ਜੇ ਸਾਡਾ ਨੈਗੇਟਿਵ ਹੈ ਨਾ, ਜੇ ਅਸੀਂ ਸੋਚ ਰਹੇ ਹਾਂ ਉਹਦੇ ਬਾਰੇ ਨੈਗੇਟਿਵ, ਕਰ ਭਾਵੇਂ ਪੋਜ਼ਿਟਿਵ ਹੀ ਐਫਰਟ ਪੋਜ਼ਿਟਿਵ ਡਾਇਰੈਕਸ਼ਨ 'ਚ ਹੀ ਕਰ ਰਹੇ ਹਾਂ, ਪਰ ਮਾਇੰਡ ਦੇ ਵਿੱਚ ਜੇ ਨੈਗੇਟਿਵਿਟੀ ਹੈ ਤਾਂ ਫਿਰ ਉਹਦਾ ਰਿਜ਼ਲਟ ਕਦੇ ਵੀ ਪੋਜ਼ਿਟਿਵ ਐਕਸਪੈਕਟ ਨਹੀਂ ਕਰ ਸਕਦੇ। ਉਹਦਾ ਰਿਜ਼ਲਟ ਪੋਜ਼ਿਟਿਵ ਨਿਕਲੇ, ਅਸੀਂ ਜਿੰਨਾ ਮਰਜ਼ੀ ਐਫਰਟ ਕਰ ਲਈਏ ਉਹਦਾ ਰਿਜ਼ਲਟ ਨਹੀਂ ਪੋਜ਼ਿਟਿਵ ਆਇਆ। ਇਹ ਤਾਂ ਮਤਲਬ ਗੱਲ ਬਹੁਤ ਜ਼ਰੂਰੀ ਪੱਕੀ ਗੱਲ ਹੈਗੀ ਜੀ। ਵਾਹਿਗੁਰੂ ਜੀ, ਸਾਡੇ ਵਿੱਚ ਨਾ ਸਰਬਜੀਤ ਵੀਰ ਜੀ ਵੀ ਹੈਗੇ ਨੇ, ਵੀ ਜੀ ਰਿਕੁਐਸਟ ਹੈ ਜੀ ਥੋੜ੍ਹਾ ਜਿਹਾ ਤੁਸੀਂ ਆਪਣੇ ਵਿਚਾਰ ਯਾਰ ਉਪਿੰਦਰ ਵੀਰ ਜੀ ਨਾਲ ਆਪਣੇ ਵਿਚਾਰ ਸ਼ੇਅਰ ਕਰਾਓ ਜੀ, ਥੋੜ੍ਹਾ ਜਿਹਾ ਦੱਸੋ ਕੀ ਤੁਹਾਡੇ ਪੁਆਇੰਟਸ ਨੇ ਪਲੀਜ਼। ਵਾਹਿਗੁਰੂ ਜੀ, ਇੰਨਾ ਆਨੰਦ ਬਣਿਆ ਹੋਇਆ ਜੀ, ਕਮਾਲ ਹੈ ਜੀ, ਸਾਰਿਆਂ ਨੇ ਬਹੁਤ ਪਿਆਰੇ ਵਿਚਾਰ ਦਿੱਤੇ ਨੇ, ਔਰ ਮੈਨੂੰ ਖਾਸ ਕਰਕੇ ਜਿਹੜੀ ਜਸਵੀਰ ਭੈਣ ਜੀ ਨੇ ਸ਼੍ਰੀਨਗਰ ਤੋਂ ਗੱਲ ਕੀਤੀ ਹੈ ਨਾ, ਬਾਰਾਮੂਲਾ ਤੋਂ, ਕਿ ਘਰ ਦੇ ਮਰਦ ਦਾ ਸਟਰੋਂਗ ਹੋਣਾ ਜ਼ਰੂਰੀ ਹੈ। ਜਿੱਥੇ ਵੱਡੀਆਂ ਫੈਮਿਲੀਜ਼ ਨੇ, ਜਿਹੜੇ ਬਜ਼ੁਰਗ ਨੇ ਨਾ, ਜੇ ਕੋਈ ਵੀ ਨੂੰਹ ਕੁਛ ਕਰਦੀ ਹੈ ਤੇ ਉਹਨੂੰ ਡਰ ਹੁੰਦਾ ਵੀ ਪਿਤਾ ਜੀ ਕੀ ਕਹਿਣਗੇ। ਮੈਂ ਦੇਖਿਆ ਵੀ ਇਹ ਚੀਜ਼ਾਂ ਵੀ ਜਿਹੜਾ ਘਰ ਦੀ ਇੱਕ ਸੀਨੀਅਰ ਪਰਸਨ ਜਿਹਦਾ ਹੋਲਡ ਹੋਵੇ, ਜਿਹਦਾ ਡਰ ਹੋਵੇ, ਨਿਰਮਲ ਭਾਉ ਜਿਹਨੂੰ ਅਸੀਂ ਕਹਿੰਦੇ ਹਾਂ, ਤੇ ਉਹ ਬੜਾ ਜ਼ਰੂਰੀ ਹੈ। ਦੂਸਰਾ ਇੱਕ ਮੇਰਾ ਸਵਾਲ ਹੈ, ਹੁਣ ਸਮਾਂ ਭਾਵੇਂ ਹੋ ਗਿਆ, ਭਾਵੇਂ ਅਗਲੀ ਵਾਰੀ ਰੁਪਿੰਦਰ ਜੀ ਨੂੰ ਫਿਰ ਲਈਏ ਜੀ, ਅਸੀਂ ਇਹਨਾਂ ਨੂੰ ਬੇਨਤੀ ਕਰੀਏ। ਦੋ ਫੀਲਿੰਗਸ ਮੇਰੇ ਮਨ 'ਚ ਅੱਜ ਕੱਲ੍ਹ ਆਉਂਦੀਆਂ ਨੇ ਵੀ ਜਿਹੜੀ ਪਰਿਵਾਰਕ ਕਲਹਿ ਕਲੈਸ਼ ਹੈ ਨਾ, ਇਹ ਪਰਮਾਤਮਾ ਨੇ ਬਣਾਈ ਕਿਉਂ ਹੈ?
ना ही बनांदा परमात्मा बड़ा वधिया ऐन सारे प्यार नाल रहिंदे ऐ उन्हें बनाई है असल दे विच के जदों जिहड़े लोग के तुसी परिवार तक ही सीमित ना रह जाओ असल च जदों परिवार तो मोह भंग हुंदा है फिर बंदा निरंकार नाल जुड़दा है मैनू कदे कदे लगदा है भी ये जिहड़े अलग अलग सुभा ने ना ये इसे करके ने भी साडा धीरज वधे ਸਾਡੇ ਅੰਦਰ ਗੁਣ ਵਧਣ ਸਾਡੀ ਸਹਿਣਸ਼ੀਲਤਾ ਵਧੇ ਤੇ ਨਾਲ ਦੀ ਨਾਲ ਜਿਹੜਾ ਹੈ ਨਾ ਵੀ ਮਨੁੱਖ ਜਿਹੜਾ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਜੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਖਚਤ ਹੋ ਜਾਓਗੇ ਜੇ ਪੂਰਨ ਪਿਆਰ ਹੈ ਨਾ ਪਰਿਵਾਰ ਦੇ ਵਿੱਚ ਬੰਦਾ ਉਹਦੇ ਵਿੱਚ ਖਚਤ ਹੋ ਜਾਏਗਾ ਤੇ ਜਦੋਂ ਕੋਈ ਝਟਕਾ ਵੱਜੇਗਾ ਬਹੁਤ ਪਰੇਸ਼ਾਨ ਹੋਏਗਾ ਤੇ ਜੇ ਥੋੜੀ ਥੋੜੀ ਦੇਰ ਬਾਅਦ ਕੋਈ ਝਟਕੇ ਵੱਜਦੇ ਰਹਿਣ ਫਿਰ ਯਾਦ ਰਹਿੰਦਾ ਵੀ ਯਾਰ ਇਹ ਪ੍ਰੀਤ ਝੂਠੀ ਹੈ ਇਹ ਸਾਰੇ ਸੁੱਖ ਮੈਂ ਆਨ ਮਿਲ ਬੈਠੇ ਨੇ ਹਾਂਜੀ ਇਹ ਘਰ ਕੀ ਨਾਰ ਸਦਾ ਰਹਿਤ ਸੰਗ ਲਾਗੀ ਪ੍ਰੇਤ ਪ੍ਰੇਤ ਕਰ ਭਾਗੀ ਮਤਲਬ ਇਹ ਜਗਤ ਦੀ ਪ੍ਰੀਤ ਝੂਠੀ ਹੈ ਅਸਲ ਪ੍ਰੀਤ ਨਿਰੰਕਾਰ ਦੀ ਹੈ ਇਹ ਪਰਿਵਾਰ ਦੇ ਵਿੱਚ ਜਿੱਥੇ ਅਸੀਂ ਸਦਗੁਣ ਲਿਆਉਣੇ ਨੇ ਸਿੱਖਣੇ ਨੇ ਉੱਥੇ ਨਾਲ ਨਾਲ ਇਹ ਵੀ ਯਾਦ ਰੱਖਣਾ ਹੈ ਅੱਛਾ ਹੁਣ ਇੱਕ ਗੱਲ ਹੈ ਸਵਾਲ ਜਿਹੜਾ ਮੇਰਾ ਮੈਂ ਸੋਚਦਾ ਅਗਲੀ ਵਾਰੀ ਭਾਵੇਂ ਕਰੀਏ ਵੀ ਸਪੋਜ਼ ਕਰੋ ਹਸਬੈਂਡ ਮੈਂ ਇਹ ਕਹਿੰਦਾ ਵੀ ਪੰਜਾਬੀ ਦਾ ਅਖਾਣ ਵੀ ਬਣਿਆ ਹੋਇਆ ਕਿ ਜੋੜੀਆਂ ਜੱਗ ਥੋੜੀਆਂ ਨਰੜ ਬਥੇਰੇ ਹਾਂਜੀ ਰੁਪਿੰਦਰ ਜੀ ਵਰਗੀ ਜੋੜੀ ਗੁਰਵੀਰ ਜੀ ਵਰਗੀ ਜੋੜੀ ਹਾਂਜੀ ਗੁਰਵੀਰ ਵੀਰ ਜੀ ਕਹਿੰਦੇ ਵੀ ਸਾਡੀ ਕਦੇ ਲੜਾਈ ਨਹੀਂ ਹੋਈ ਇਹ ਕਿੰਨੀ ਕਮਾਲ ਦੀ ਗੱਲ ਹੈ ਜੀ ਹੈਨਾ ਤੇ ਇਹ ਜੋੜੀਆਂ ਬੜੀਆਂ ਥੋੜੀਆਂ ਨੇ ਹੁਣ ਕਿਸੇ ਘਰ ਦੇ ਵਿੱਚ ਬੰਦੇ ਦਾ ਸੁਭਾਅ ਕਿਹੜਾ ਹੈ ਕਿਤੇ ਬੇਬੀ ਦਾ ਸੁਭਾਅ ਕਿਹੜਾ ਹੈ ਉੱਥੇ ਕੀ ਕੀਤਾ ਜਾਵੇ ਨੇਚਰ ਬਦਲ ਹੀ ਨਹੀਂ ਸਕਦੀ ਹਾਂਜੀ ਅੱਛਾ ਜਿਵੇਂ ਹੁਣ ਮੇਰੇ ਕੋਲ ਇੱਕ ਪਿੱਛੇ ਕੇਸ ਆਇਆ ਵੀ ਉਹ ਹਸਬੈਂਡ ਸ਼ੱਕੀ ਬੜਾ ਹੈ ਜੀ ਹਾਲਾਂਕਿ ਉਮਰ ਇੰਨੀ ਵੱਧ ਗਈ ਹੈ ਪਹਿਲਾਂ ਤੇ ਚਲੋ ਜਵਾਨੀ ਵਿੱਚ ਸ਼ੱਕ ਹੁੰਦਾ ਬੰਦਾ ਲੇਡੀ ਤੇ ਸ਼ੱਕ ਕਰਦਾ ਵੀ ਰਿਲੇਸ਼ਨਸ਼ਿਪ ਦਾ ਹੁਣ ਇੰਨੀ ਵੱਡੀ ਉਮਰ ਤੋਂ ਬਾਅਦ ਉਹ ਵਾਲਾ ਸ਼ੱਕ ਨਹੀਂ ਰਹਿੰਦਾ ਲੇਕਿਨ ਵੀ ਇਹ ਜਿਵੇਂ ਵੀ ਇਹ ਪੇਕੇ ਲੈ ਜਾਂਦੀ ਹੈ ਸਮਾਨ ਹਾਂਜੀ ਜਾਂ ਇਹ ਮੇਰੇ ਬਾਰੇ ਇਹ ਗੱਲ ਕਰਦੀ ਹੈ ਸ਼ੱਕ ਜਿਹੜਾ ਹੈ ਨਾ ਵੀ ਹੁਣ ਜੇ ਐਫੋ ਜੀ ਇੱਕ ਬਿਮਾਰੀ ਹੈ ਇੱਕ ਘਰ ਦੇ ਵਿੱਚ ਬਿਮਾਰੀ ਕਹਿ ਲਈਏ ਅਸੀਂ ਇਹਨੂੰ ਸੁਭਾਅ ਦੀ ਬਿਮਾਰੀ ਕਹਿ ਲਈਏ ਫਿਰ ਕੀ ਕੀਤਾ ਜਾਵੇ ਤੇ ਹੁਣ ਸਮਾਂ ਜੇ ਹੈਗਾ ਤੇ ਹੁਣੇ ਤੁਸੀਂ ਆਪਾਂ ਵਿਚਾਰ ਸਕਦੇ ਹਾਂ ਨਹੀਂ ਤੇ ਅਗਲੀ ਵਾਰ ਲਈ ਅਸੀਂ ਐਫੋ ਜੇ ਵਿਚਾਰ ਰੱਖ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਹਾਂਜੀ ਰੁਪਿੰਦਰ ਵੀਰ ਜੀ ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗੀ ਜੋ ਸਰਬਜੀਤ ਵੀਰ ਜੀ ਨੇ ਹੁਣੇ ਗੱਲ ਕੀਤੀ ਹੈ ਕਿ ਜਿਹੜਾ ਪਰਿਵਾਰਿਕ ਪਿਆਰ ਝੂਠਾ ਹੈ ਉਹ ਬਿਲਕੁਲ ਸਹੀ ਕਹਿ ਰਹੇ ਨੇ ਕਿ ਪਰਿਵਾਰ ਦਾ ਪਿਆਰ ਝੂਠਾ ਹੈ ਪਰ ਜੋ ਗੁਰੂ ਮਹਾਰਾਜ ਨੇ ਆਗਿਆ ਕੀਤੀ ਹੈ ਕਿ ਇੱਕ ਪਰਿਵਾਰ ਵੀ ਇੱਕ ਸਤਸੰਗ ਦਾ ਰੂਪ ਬਣ ਸਕਦਾ ਹੈ ਘਰ ਘਰ ਹੋਵੇ ਧਰਮਸਾਲ ਜਿਹੜਾ ਗੁਰੂ ਮਹਾਰਾਜ ਦਾ ਵਿਚਾਰ ਹੈ ਨਾ ਜਦੋਂ ਪਰਿਵਾਰ ਇਕੱਠੇ ਬੈਠ ਕੇ ਬਾਣੀ ਪੜ੍ਹਦਾ ਹੈ ਸਿਮਰਨ ਵਿੱਚ ਜੁੜਦਾ ਹੈ ਤੇ ਇੱਕ ਡਾਇਰੈਕਸ਼ਨ ਦੇ ਵਿੱਚ ਪੋਜ਼ਿਟਿਵ ਦੇ ਵਿੱਚ ਚੱਲਦਾ ਹੈ ਤਾਂ ਉਹ ਇੱਕ ਸਾਧ ਸੰਗਤ ਦਾ ਰੂਪ ਹੁੰਦਾ ਹੈ ਕਿਉਂਕਿ ਸੰਗਤ ਦੀ ਬਹੁਤ ਮਹਾਨਤਾ ਦਿੱਤੀ ਹੈ ਗੁਰੂ ਸਾਹਿਬ ਨੇ ਜੇ ਉਹ ਪਰਿਵਾਰ ਸਿਰਫ ਮਾਇਆ ਦੇ ਵਿੱਚ ਖਚਿਤ ਹੈ ਜਾਂ ਦੁਨਿਆਵੀ ਚੀਜ਼ਾਂ ਦੇ ਵਿੱਚ ਖਚਿਤ ਹੈ ਤਾਂ ਫਿਰ ਉਹ ਦੁਨਿਆਵੀ ਪਿਆਰ ਹੀ ਹੈ ਤੇ ਜੇ ਉਹ ਪਰਿਵਾਰ ਸੰਗਤੀ ਰੂਪ ਦੇ ਵਿੱਚ ਬੈਠ ਕੇ ਬਾਣੀ ਪੜ੍ਹਦਾ ਹੈ ਜਾਂ ਸੰਗਤੀ ਰੂਪ ਦੇ ਵਿੱਚ ਬੈਠ ਕੇ ਸੰਗਤ ਦੀ ਤਰ੍ਹਾਂ ਡਿਸੀਜਨ ਲੈਂਦਾ ਹੈ ਜਾਂ ਸੰਗਤ ਦੀ ਤਰ੍ਹਾਂ ਵਿਚਰਦਾ ਹੈ ਆਪਸ ਦੇ ਵਿੱਚ ਤਾਂ ਫਿਰ ਉਹ ਇੱਕ ਦੁਨਿਆਵੀ ਪਿਆਰ ਨਹੀਂ ਉਹ ਇੱਕ ਅਧਿਆਤਮਿਕ ਸੰਗਤ ਬਣ ਜਾਂਦੀ ਹੈ ਤੇ ਅਸੀਂ ਸਾਰੇ ਇੱਕ ਗੁਰੂ ਮਹਾਰਾਜ ਦੀ ਜੋ ਆਗਿਆ ਹੈ ਇਸ ਤਰ੍ਹਾਂ ਕੋਸ਼ਿਸ਼ ਕਰੀਏ ਕਿ ਸਾਡਾ ਇੱਕ ਇੱਕ ਜਿਹੜਾ ਘਰ ਹੈ ਇੱਕ ਇੱਕ ਪਰਿਵਾਰ ਉਹ ਸਤਸੰਗ ਦਾ ਰੂਪ ਬਣ ਜਾਏ ਉਹ ਆਪਣੇ ਘਰ ਦੇ ਵਿੱਚ ਹੀ ਸਾਨੂੰ 24 ਘੰਟੇ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਹੀ ਸਾਨੂੰ ਗੁਰੂ ਮਹਾਰਾਜ ਦੀ ਸੰਗਤ ਮਾਨਣ ਦਾ ਸੁਭਾਗ ਪ੍ਰਾਪਤ ਹੋ ਜਾਏ ਅਸੀਂ ਆਪਸ ਦੇ ਵਿੱਚ ਬਹਿ ਕੇ ਬਾਣੀ ਦੀਆਂ ਵਿਚਾਰਾਂ ਕਰੀਏ ਆਪਸ ਵਿੱਚ ਬੈਠ ਕੇ ਬਾਣੀ ਪੜ੍ਹੀਏ ਸਹਿਜ ਪਾਠ ਕਰੀਏ ਸੁਣੀਏ ਇੱਕ ਦੂਸਰੇ ਦੀ ਅਪਲਿਫਟਮੈਂਟ ਲਈ ਹੈਲਪ ਕਰੀਏ ਵੀ ਸ਼ੁੱਡ ਹੈਲਪ ਈਚ ਅਦਰ ਇੱਕ ਦੂਜੇ ਨੂੰ ਪੌੜੀਆਂ ਲੱਤ ਥੱਲੇ ਨਾ ਖਿੱਚੀ ਇੱਕ ਦੂਜੇ ਦੀ ਇੱਕ ਦੂਜੇ ਨੂੰ ਪੌੜੀ ਚੜ੍ਹਾਉਣ ਦੇ ਵਾਸਤੇ ਸਪਿਰਿਚੁਅਲ ਪੌੜੀਆਂ ਚੜ੍ਹਾਉਣ ਦੇ ਵਾਸਤੇ ਇੱਕ ਦੂਜੇ ਦੀ ਹੈਲਪਿੰਗ ਹੈਂਡਸ ਬਣੀਏ ਬੱਚਿਆਂ ਦੇ ਵੀ ਚਾਹੇ ਸਾਡੇ ਬਜ਼ੁਰਗ ਨੇ ਇੱਕ ਦੂਸਰੇ ਨੂੰ ਫੈਸਿਲੀਟੇਟ ਕਰੀਏ ਤੇ ਉਹ ਫੈਮਿਲੀ ਜਿਹੜੀ ਹੈ ਨਾ ਉਹ ਇੱਕ ਸਤਸੰਗ ਦਾ ਰੂਪ ਬਣ ਜਾਏਗੀ ਉਹਨਾਂ ਦਾ ਘਰ ਸੱਚਖੰਡ ਦਾ ਰੂਪ ਬਣ ਜਾਏਗਾ ਤੇ ਬਾਕੀ ਵਿਚਾਰ ਮੇਰੇ ਖਿਆਲ ਅਸੀਂ ਨੈਕਸਟ ਟਾਈਮ ਲੈ ਸਕਦੇ ਹਾਂ ਕਿਉਂਕਿ ਹੁਣ ਸਮਾਂ ਵੀ ਕਾਫੀ ਹੋ ਗਿਆ ਤੇ ਮੇਰੇ ਖਿਆਲ ਨੈਕਸਟ ਟਾਈਮ ਠੀਕ ਰਹੇਗਾ ਬਾਕੀ ਦਾ ਡਿਸਕਸ਼ਨ ਜਿਹੜੀ ਹੈ ਠੀਕ ਹੈ ਜੀ ਠੀਕ ਹੈ ਜੀ ਬਹੁਤ
ਬਹੁਤ ਧੰਨਵਾਦ ਜੀ ਸਾਰਿਆਂ ਦਾ, ਖਾਸ ਤੌਰ ਤੇ ਰੁਪਿੰਦਰ ਵੀਰ ਜੀ, ਹਰਪ੍ਰੀਤ ਭੈਣ ਜੀ ਦਾ, ਬਾਕੀ ਸਾਰਿਆਂ ਨੇ ਵੀ ਆਪਣੇ ਵਿਚਾਰ ਸ਼ੇਅਰ ਕੀਤੇ। ਜਸਵੰਤ ਵੀਰ ਜੀ ਤੁਹਾਡਾ ਹੈਂਡ ਰੇਸ ਸੀ, ਬਟ ਆਪਾਂ ਇਹ ਡਿਸਕਸ ਨਹੀਂ ਕਰ ਪਾਏ, ਤੁਹਾਡਾ ਦਾ ਪੁਆਇੰਟ ਕੋਈ ਵੀ ਨਹੀਂ ਲੈ ਪਾਏ। ਨੈਕਸਟ ਵੀਕ ਆਪਾਂ ਵੀਰ ਜੀ ਨੂੰ ਰਿਕੁਐਸਟ ਕਰਾਂਗੇ ਇਹੀ ਆਉਣਗੇ ਅਗਰ ਆ ਸਕਦੇ ਹੋਏ ਤੇ ਦੈਨ ਆਪਾਂ ਇਸੇ ਨੂੰ ਅੱਗੇ ਚਲਾਵਾਂਗੇ। ਸੋ ਇੱਥੇ ਅਸੀਂ ਹੁਣ ਆਪਣੀ ਸਮਾਪਤੀ ਕਰਦੇ ਹਾਂ ਜੀ। ਹਾਂ ਵੀਰ ਜੀ, ਇੱਕ ਅਨਾਊਂਸਮੈਂਟ ਹੈ, ਅੱਜ ਜਿਹੜੀ G65 ਦਾ ਸੈਸ਼ਨ ਹੈ 9 to 11 PM, ਉੱਥੇ ਆਪਣੇ ਡਾਕਟਰ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਦੀ ਗ੍ਰੈਂਡ ਡਾਟਰ ਸੁਹਾਵੀ ਕੌਰ, ਅੱਛਾ ਜੀ, ਅੱਜ ਉਸ ਬੱਚੀ ਨੇ ਆਉਣਾ ਜੀ, ਉਹ ਫਸਟ ਕਲਾਸ ਦੀ ਬੱਚੀ ਹੈ ਤੇ ਉਹਦੀ ਬੁੱਕ ਛਪ ਗਈ ਹੈ ਜੀ ਪੋਇਮਸ ਦੀ ਜੀ। ਅੱਜ ਮੈਂ ਬੇਨਤੀ ਕਰਾਂਗਾ ਰੁਪਿੰਦਰ ਜੀ ਨੂੰ ਵੀ ਤੇ ਹੋਰ ਵੀ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਕਰਾਂਗੇ ਜਿਹੜੇ ਵਡਿਆਈ ਵਿਚਾਰ ਜੁੜਦੇ ਨੇ, 9 to 11 ਬੱਚੇ ਬਹੁਤ ਪਿਆਰਾ ਸੈਸ਼ਨ ਕਰਦੇ ਨੇ ਤੇ ਉਹ ਜ਼ਰੂਰ ਅਟੈਂਡ ਕਰੀਏ ਜੀ। ਧੰਨਵਾਦ, ਠੀਕ ਹੈ ਜੀ, ਠੀਕ ਹੈ, ਥੈਂਕ ਯੂ ਸੋ ਮਚ ਜੀ। ਸੋ ਇੱਥੇ ਅਸੀਂ ਹੁਣ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।